ਤਾਰੀ ਸਾਰੇ ਨੂੰ ਅੱਛੀ ਕਾ ਸਾਰਾ ਨੂੰ ਸਵਾਗਤ ਹੈ ਪੰਜਾਬ ਬੜਾ 247 ਤੇ ਮੇਰਾ ਨਾਮ ਹੈ ਗਗਨ ਤੇ ਆਪਾਂ ਜੁੜ ਚੁੱਕੇ ਹਾਂ ਇੱਕ ਵਾਰ ਫੇਰ ਫਿਰ ਬੋਰ ਹੋ ਗਿਆ ਪਤਾ ਮੈਂ ਕੀੜਾ ਲੱਗ ਬੋਲ ਕੇ ਚਲੋ ਐਨੀਵੇ ਤਾਰੀ ਸਾਰੇ ਨੂੰ ਅੱਛੀ ਕਾ ਜੈਹਿੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਕੀ ਹਾਲ ਚਾਲ ਸਾਰਿਆਂ ਦਾ ਸੋਮਵਾਰ ਹੋ ਚੁੱਕਾ ਹੈ ਇੱਕ ਵਾਰ ਤੇ ਕੱਲ ਸੀਗਾ ਗਿਵ ਅਵੇ ਆਈ ਹੋਪ ਤੁਸੀਂ ਸਾਰਿਆਂ ਨੇ ਜਿਹੜਾ ਫ੍ਰੀ ਪੀਟ੍ਰੀਪੀਐਸਬੀ ਦੀ ਬੁੱਕ ਸੀਗੇ ਤੇ ਨਾਲ ਨਾਲ ਜਿਹੜੇ ਦੋ ਐਕਸਾਈਜ਼ ਇਨਸਪੈਕਟਰ ਦੇ ਨਵੇਂ ਪੈਟਰਨ ਤੇ ਮੌਕ ਟੈਸਟ ਸੀਗੇ ਆਈ ਹੋਪ ਸਾਰਿਆਂ ਨੂੰ ਮਿਲੇ ਹੋਣ ਤੇ ਕਾਫੀ ਸਾਰੇ ਹੋਰ ਵੀ ਆਫਰ ਸੀਗੇ ਬਟ ਉਹ ਪਹਿਲੇ ਇੱਕ ਸਿਕ ਯੂਜ਼ਰਸ ਲਈ ਸੀਗੇ ਤੇ ਅਸੀਂ ਦੇਖਿਆ ਵੀ ਜਿੱਦਾਂ ਜਿੱਦਾਂ ਅਸੀਂ ਬੋਲ ਰਹੇ ਸੀਗੇ ਉਦਾਂ ਹੀ ਲਿਖਣਾ ਸ਼ੁਰੂ ਆ ਗਿਆ ਕਿ ਸਰ ਉਹ ਇਨਵੈਲਿਡ ਕੋਡ ਦੱਸ ਰਿਹਾ ਤੇ ਅਸੀਂ ਦੇਖਿਆ ਕਿ ਹਾਂਜੀ ਉਹ ਮੁੱਕ ਚੁੱਕਿਆ ਸੀ ਆਫਰ ਤੇ ਬਾਕੀ ਨੂੰ ਵੀ ਲੇਕਿਨ ਪਾਣੀ ਡਿਸਕਾਊਂਟ ਮਿਲ ਲੈਣੇ ਤਾਂ ਜੀ ਫਿਰ ਅੱਗੇ ਅੱਜ ਕੱਲ ਕੀਤਾ ਸੀ ਅਸੀਂ ਪੀਟਰ ਪ੍ਰੈਸ ਇੱਕ ਸਾਈਟ ਇਨਸਪੈਕਟਰ ਬਾਰੇ ਤਾਂ ਰਿਸਪੌਂਸ ਵਧੀਆ ਰਿਹਾ ਤਾਂ ਹੁਣ ਅਗਲੇ ਮਹੀਨੇ ਆਪਾਂ ਹੋਰ ਹਰ ਮਹੀਨੇ ਆਪਾਂ ਇੱਕ ਨਾ ਇੱਕ ਛੋਟਾ ਮੋਟਾ ਇਹ ਹੋ ਜਾ ਗਿਵ ਅਵੇ ਤੁਹਾਡੇ ਲਈ ਲਿਆਂਦੇ ਰਹਾਂਗੇ ਦੇਖੋ ਸਾਡਾ ਕੋਈ ਜਾਣਦਾ ਨਹੀਂ ਇਹਨਾਂ ਦੇ ਕੇ ਤੁਸੀਂ ਵੀ ਕਹੋਗੇ ਏਡੀ ਕੋਈ ਵੱਡੀ ਚੀਜ਼ ਦੇਣੀ ਨਹੀਂ ਦਿੱਤੀ ਹੈਨਾ ਤਾਂ ਤੁਹਾਡਾ ਵੀ ਕੁਝ ਆਇਆ ਨਹੀਂ ਕਿ ਓਹੋ ਹੋ ਪਤਾ ਨਹੀਂ ਕੀ ਦਿੱਤਾ ਬਸ ਯਾਰ ਥੋੜੀ ਜੀ ਨਾ ਹੈਲਦੀ ਜੀ ਪਾਰਟਿਸਪੇਸ਼ਨ ਰੱਖਿਆ ਕਰੋ ਹੈਨਾ ਵੀ ਐਵੇਂ ਵੀ ਨਹੀਂ ਕਰਨਾ ਵੀ ਸਭ ਕੁਝ ਹੀ ਦੇਤਾ ਕਹਿੰਦੇ ਫ੍ਰੀਚ ਦੇ ਦੇ ਸਰ ਸਭ ਕੁਝ ਫ੍ਰੀ ਤੇ ਦੇ ਦਿਓ ਸਾਡਾ ਵੀ ਕੁਝ ਗੁਆ ਨਹੀਂ ਉਹ ਉਹਨਾਂ ਦੇ ਦੇ ਕੇ ਤੁਹਾਡਾ ਵੀ ਕੁਝ ਇੰਨਾ ਹੋਇਆ ਨਹੀਂ ਕਿ ਓਹੋ ਹੋਹ ਕਿਆ ਮਿਲ ਗਿਆ ਉਹ ਥੋੜਾ ਜਿਆਰ ਤੁਹਾਡੀ ਪਾਰਟਿਸਪੇਸ਼ਨ ਚਾਹੀਦੀ ਹੈ ਥੋੜਾ ਜਿਆ ਤੁਹਾਡਾ ਜਿਹੜੀ ਮੋਟੀਵੇਸ਼ਨ ਤੁਹਾਨੂੰ ਮਿਲ ਜੇ ਥੋੜੀ ਜੀ ਪੁਸ਼ ਮਿਲ ਜਾਂਦਾ ਜਿਹੜਾ ਤਿਆਰੀ ਨੂੰ ਉਹੀ ਮੈਟਰ ਕਰਦਾ ਯਾਰ ਬਸ ਠੀਕ ਹੈ ਇਹਨਾਂ ਬਹਾਨੇ ਹੁੰਦੇ ਨੇ ਛੋਟੇ ਛੋਟੇ ਛੋਟੀ ਛੋਟੀ ਚੀਜ਼ਾਂ ਬਹੁਤ ਮੈਟਰ ਕਰਦੀਆਂ ਇਹ ਛੋਟੀ ਛੋਟੀ ਚੀਜ਼ਾਂ ਕਰਕੇ ਅੱਗੇ ਬਹੁਤ ਵੱਡਾ ਵੱਡਾ ਬਣਦਾ ਹੁੰਦਾ ਜਿਦਾ ਕਹਿੰਦੇ ਨੇ ਬੂੰਦ ਬੂੰਦ ਤੇ ਸਾਗਰ ਬਣਦਾ ਕਹਿੰਦੇ ਜਿਹੜੀ ਲिटल ਥਿੰਗਸ ਹੁੰਦੀਆਂ ਡੀਜ਼ ਲिटल ਸਿਕਸ ਮੈਟਰ ਦਾ ਹੀ ਹੁੰਦਾ ਛੋਟੇ ਛੋਟੇ ਖੁਸ਼ੀਆਂ ਬਹੁਤ ਵਧੀਆ ਹੁੰਦੀਆਂ ਤਾਂ ਜੀ ਠੀਕ ਹੈ ਫਿਰ ਤਾਂ ਜੀ ਸ਼ੁਰੂ ਕਰਦੇ ਆਂ ਕਲਾਸ ਚ ਚਲੋ ਤਾਂ ਜੀ ਸ਼ੁਰੂ ਕਰਦੇ ਆਂ ਕਲਾਸ ਨੂੰ ਇੱਕ ਵਾਰ ਉਹੀ ਗੱਲ ਮੋਟੀਵੇਸ਼ਨ ਮੈਨੂੰ ਆਂਦੀ ਨਹੀਂ ਦੇਣੀ ਹੋਰ ਕੋਈ ਮੈਂ ਤਾਂ ਇੰਨੀ ਗੱਲ ਕਹਿ ਸਕਦਾ ਦੇਖੋ ਯਾਰ ਨੌਕਰੀ ਤੋਂ ਵੱਡੀ ਕੋਈ ਮੋਟੀਵੇਸ਼ਨ ਨਹੀਂ ਹੁੰਦੀ ਮੈਂ ਕੱਲ ਵੀ ਇਹੀ ਗੱਲ ਕਹੀ ਸੀ ਜੇ ਤੁਸੀਂ ਜੁੜੇ ਹੋਣ ਤਾਂ ਹਮੇਸ਼ਾ ਤਾਂ ਮੈਂ ਇਹੀ ਕਹਿੰਦਾ ਯਾਰ ਨੌਕਰੀ ਤੋਂ ਵੱਡੀ ਕੋਈ ਮੋਟੀਵੇਸ਼ਨ ਨਹੀਂ ਐ ਨਹੀਂ ਕਹਿ ਸਕਦਾ ਮੈਂ वक्त बदल देंगे वो कर देंगे शाम के बाद रात होती है रात के बाद दिन दिन के बाद सुबह होता है सुबह के बाद दोपहर मैंने नहीं पता यार ठीक है <laughs> सच्ची कोई आइडिया नहीं बस सर इन्नी गल ध्यान रखो यार नौकरी लेनी है ऐसी नौकरी तो बड़ी मोटिवेशन कोई नहीं है अपने लिए अपने घर घरदे अपने शरीर में साड़न लिए ले लो या थोड़ी जी मोटिवेशन रखो कुछ तो देखो वो देखो पिक्चर चो आई एस अफसर बन गया सी गाना बनाया फिर इंतकाम देखेगी धुकरा के मेरा प्यार मेरा इंतकाम देखेगी आई एस अफसर लग गया हो ठीक है फिर उन्होंने ही सस्पेंड कर बचा लिया बाद ਵਾਚ ਪਿੱਗੜੇ ਚਲੋ ਅੱਡ ਗੱਲ ਹੈ ਬੱਟ ਚਲੋ ਇਨਤਕਾਮ ਤਾਂ ਲੈ ਲਿਆ ਨਾ ਉਸਨੇ ਠੁਕਰਾ ਕੇ ਤਾਂ ਥੋੜੀ ਜੀ ਕਿਸੇ ਵੀ ਤਰ੍ਹਾਂ ਦੀ ਮੋਟੀਵੇਸ਼ਨ ਰੱਖ ਲੋ ਯਾਰ ਠੀਕ ਹੈ ਅੱਛਾ ਐ ਕਰੋ ਮੇਰੀ ਗੱਲਾਂ ਵੀ ਸੁਣ ਲਓ ਸਾਰੇ ਕਿਨੂੰ ਗੁਰਵਿੰਦਰ ਨਾਲ ਗੱਲਾਂ ਕਰ ਰਹੇ ਨੇ ਇੱਧਰ ਇੱਧਰ ਸਾਡੀ ਵੀ ਥੋੜੀ ਜੀ ਗੱਲਾਂ ਗੁੱਲਾਂ ਸੁਣ ਲਓ ਤਾਂ ਹੀ ਸ਼ੁਰੂ ਕਰਦੇ ਆਂ ਕਲਾਸ ਅੱਜ ਦੀ ਠੀਕ ਹੈ ਠੀਕ ਹੈ ਸ਼ੁਰੂ ਕਰਦੇ ਆਂ ਆਪਾਂ ਥੋੜੀ ਜੀ ਕਲਾਸ ਆਪਣੀ ਚਲ ਭਰਾ ਤਾਂ ਜੀ ਛੋਟੀ ਜੀ ਗੱਲ ਇਹ ਹੀ ਹੈ ਜਿਨੇ ਹੁਣ ਤੱਕ ਚੈਨਲ ਵੀ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਬਿਸ਼ਰਮ ਆ ਕਰ ਲੋ ਚੈਨਲ ਸਬਸਕ੍ਰਾਈਬ ਕਰ ਲੋ ਠੀਕ ਹੈ ਤੇ ਲਾਈਕ ਲਾਈਕ ਦੇਖੋ ਉਹੀ ਗੱਲ ਹੈ ਲਾਈਕ ਤੁਹਾਨੂੰ ਕਹਿਣਾ ਪੈਂਦਾ ਹੈ ਨਾ ਵੀ ਇੰਨਾ ਲਾਈਕ ਦੇ ਗੱਲ ਬਣਦੀ ਨਹੀਂ ਇੱਕ ਵਾਰ ਲਾਈਕ ਕਰੋ ਦੇਖੋ ਉਹੀ ਗੱਲ ਫਿਰ ਮੇਰਾ ਕੁਝ ਬਣਦਾ ਨਹੀਂ ਲਾਈਕ ਹੋ ਕੇ ਤੁਹਾਡਾ ਕੁਝ ਆਉਂਦਾ ਨਹੀਂ ਲਾਈਕ ਹੋ ਕੇ ਬਸ ਇੰਨਾ ਹੀ ਹੁੰਦਾ ਯਾਰ ਜਦੋਂ ਰਾਤ ਨੂੰ ਤੁਹਾਨੂੰ ਆਪਾਂ ਫਿਰ ਨਾ ਪੂਰਾ ਕੰਮ ਨਵੇੜਨ ਮੋੜ ਕੇ ਆਪਾਂ ਪੈਂਦੇ ਨਾ ਫਿਰ ਇੱਕ ਵਾਰ ਐ ਫੋਨ ਖੋਲ ਲੈਣੇ ਅੱਛਾ ਠੀਕ ਹੈ ਫਿਰ ਦੇਖਦੇ ਨਾ ਯਾਰ ਅੱਛਾ ਉਹ ਲਾਈਕ ਇੰਨੇ ਹੋ ਗਏ ਮੇਰੇ ਕਮੈਂਟ ਇੰਨੇ ਹੋ ਗਏ ਤੇ ਦੇਖ ਕੇ ਵਧੀਆ ਲੱਗਦਾ ਕਮੈਂਟ ਪੜ੍ਹ ਕੇ ਤੁਹਾਡੇ ਯਾਰ ਇਹਦਾ ਵੀ ਬੱਚਿਆਂ ਨੂੰ ਯਾਰ ਪਤਾ ਲ ਉਹ ਹੀ ਮੈਂ ਕਹਿਣਾ ਛੋਟਾ ਜਿਹਾ ਜੇ ਕੋਈ ਰਿਕਾਰਡਡ ਵੀ ਦੇਖ ਰਤਾ ਹੈ ਇੱਕ ਵਾਰ ਇਹਨੂੰ ਲਾਈਕ ਜ਼ਰੂਰ ਕਰ ਦੇ ਤਾਂ ਚਲੋ ਆਪਾਂ ਕਰਦੇ ਅੱਜ ਦੀ ਕਲਾਸ ਸ਼ੁਰੂ ਤਾਂ ਪਹਿਲਾ ਰਿਵੀਜ਼ਨ ਵਾਲਾ ਸਵਾਲ ਇਹ ਰਿਹਾ ਤਾਂ ਜੀ आई2 ਯੂ2 ਸਬਮਿਟ ਵਿੱਚ ਯੂਏਈ ਕਹਿੰਦਾ ਇਨਵੈਸਟ ਕਰਨ ਜਾ ਰਿਹਾ 2 ਬਿਲੀਅਨ ਡਾਲਰਸ ਟੂ ਡਿਵੈਲਪ ਇੰਟੀਗ੍ਰੇਟਿਡ ਫੂਡ ਪਾਰਕਸ ਇਨ ਇੰਡੀਆ ਯੂਐਸ ਤੇ ਡੈਸ਼ ਟੂ ਪ੍ਰੋਵਾਈਡ ਟੈਕਨੋਲੋਜੀ ਤਾਂ ਜੀ ਇਹਦੇ ਵਿੱਚ ਯੂਐਸ ਤੇ ਕਿਹੜੀ ਕੰਟਰੀ ਟੈਕਨੋਲੋਜੀ ਪ੍ਰੋਵਾਈਡ ਕਰੂਗੀ ਇਟਲੀ ਇੰਡੋਨੇਸ਼ੀਆ ਇਜ਼ਰਾਈਲ ਜਾਂ ਫਿਰ ਈਰਾਨ ਇਟਲੀ ਇੰਡੋਨੇਸ਼ੀਆ ਇਜ਼ਰਾਈਲ ਜਾਂ ਫਿਰ ਇਟਲੀ ਇੰਡੋਨੇਸ਼ੀਆ ਇਜ਼ਰਾਈਲ ਜਾਂ ਫਿਰ ਇਰਾਨ ਹਾਂ ਬਿਲਕੁਲ ਠੀਕ ਹੋ ਜਾਂਦਾ ਅੰਦਰ ਬਹੁਤ ਹੀ ਸੌਖਾ ਜਿਹਾ ਸਵਾਲ ਸੀ ਤਾਂ ਵੈਸੇ ਮੈਂ ਤੁਹਾਨੂੰ ਕਮਾਂਡ ਨੂੰ ਦਿੱਤਾ ਆਈ ਟੂ ਯੂ ਟੂ ਜਿਹਨੂੰ ਪਤਾ ਹੈ ਅੰਦਰ ਦੱਸੀ ਦੋਗਾ ਇੰਡੀਆ ਇਜ਼ਰਾਈਲ ਯੂ ਏ ਈ ਤੇ ਯੂ ਐਸ ਏ ਇਹ ਚਾਰ ਸੀਗੀ ਹੈਨਾ ਚਲੋ ਤਾਂ ਅੱਜ ਆ ਤੇ ਕੋਈ ਨਵਾਂ ਜੁੜਿਆ ਤਾਂ ਜੀ ਪੈਰੋਤ ਵਾਲਾ ਜੀ ਆਇਆ ਨੂੰ ਤੁਹਾਨੂੰ ਤਾਂ ਥੋੜੀ ਜੀ ਸਕੀਮ ਆਫ ਸਟੱਡੀ ਦੱਸ ਦਿੰਦੇ ਆ ਆਪਾਂ ਕਿੱਦਾਂ ਚੱਲਦੇ ਹੁੰਦੇ ਆ ਸਟਾਰਟਿੰਗ ਵਿੱਚ ਮੈਂ ਕਰਾਉਂਗਾ ਜਿਹੜੇ ਆਪਾਂ ਸ਼ਨੀਵਾਰ ਨੂੰ ਕਰੰਟ ਅਫੇਅਰ ਕੀਤੇ ਸੀ ਉਹਨਾਂ ਦੇ ਰਿਵਿਊਜ਼ਨ ਇਹ ਉਹੀ ਚੱਲ ਰਹੀ ਹੈ ਠੀਕ ਹੈ ਕੁਐਸਚਨ ਦੇ ਫਾਰਮ ਵਿੱਚ ਉਸ ਤੋਂ ਬਾਅਦ ਆਪਾਂ ਕਰਾਂਗੇ ਅੱਜ ਦੇ ਕਰੰਟ ਅਫੇਅਰ ਤੇ ਸੰਡੇ ਦੇ ਤਾਂ ਦੋ ਦਿਨ ਨਿਕਲ ਗਏ ਵਿੱਚ ਚਾਲੇ ਤਾਂ ਉਹਦੇ ਕਰੰਟ ਅਫੇਅਰ ਕਰਾਂਗੇ ਤੇ ਫਿਰ ਐਂਡ ਵਿੱਚ ਆਪਾਂ ਕਰਾਂਗੇ ਜਿਹੜੇ ਕਰੰਟ ਅਫੇਅਰ ਆਪਾਂ ਫਰਡੇ ਨੂੰ ਕੀਤੇ ਸੀ ਤਾਂ ਜੋ ਸਾਨੂੰ ਬਾਰ-ਬਾਰ ਬਾਰ-ਬਾਰ ਸਾਨੂੰ ਯਾਦ ਕੀ ਕੁੜੀ ਦਾ ਕਹਿੰਦੀ ਕਰੰਟ ਅਫੇਅਰ ਪੜ੍ਹੇ ਨਹੀਂ ਸੀ ਮੈਂ ਉਹਦੀ ਸੀਰੀਅਸਲੀ ਬਟ ਕਲਾਸ ਲਾ ਕੇ ਫਾਇਦਾ ਹੋਗਾ ਕਿਉਂਕਿ ਉਹੀ ਗੱਲ ਮੈਂ ਤੁਹਾਨੂੰ ਤਾਂ ਹੀ ਕਹਣਾ ਕਿਤੇ ਵੀ ਤਿਆਰੀ ਕਰ ਰਹੇ ਹੋ ਕਿਸੇ ਵੀ ਅਕੈਡਮੀ ਇੰਸਟੀਟਿਊਟ ਕਲਾਸ ਜਿੱਥੇ ਵੀ ਜਾ ਰਹੇ ਹੋ ਇਹ ਟਾਈਮ ਵਾਲੀ ਕਲਾਸ ਲਾਓ ਠੀਕ ਹੈ ਮੈਂ ਨਹੀਂ ਕਹਿੰਦਾ ਆਓ ਆਓ ਮੈਂ ਮੈਂ ਤੁਹਾਨੂੰ ਮੈਂ ਖਾ ਮੈਂ ਤੁਹਾਨੂੰ ਉਹ ਬਣਾ ਦੂੰਗਾ ਹੈਨਾ ਇਲਨ ਮਸਕ ਤੋਂ ਉੱਤੇ ਤੁਹਾਡਾ ਮੈਂ ਆਈਕਿਊ ਕਰ ਦੇਣਾ ਮੈਂ ਕਹਿੰਦਾ ਨਿਊਟਨ ਐਦਾਂ ਮੈਂ ਕੁਝ ਨਹੀਂ ਕਹਿ ਰਿਹਾ ਠੀਕ ਹੈ ਇੰਨੀ ਗੱਲ ਕਹਿ ਰਿਹਾ ਥੋੜਾ ਜਿਹਾ ਇੱਕ ਘੰਟੇ ਦੀ ਸਵੇਰੇ ਕਲਾਸ ਲਾ ਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਸਕੀਮ ਵੀ ਹੈ ਹੈ ਸਕੀਮ ਹੈ ਸਕੀਮ ਹੈ ਲੋ ਤੁਹਾਨੂੰ ਪਹਿਲਾਂ ਸਕੀਮ ਦੱਸ ਦੇਣਾ ਤੇ ਆਪਾਂ ਕੀ ਕਰਦੇ ਹੁੰਦੇ ਆਪਾਂ ਰੋਜ਼ ਸਕੀਮ ਕਰਦੇ ਹੁੰਦੇ ਪਿਛਲੀ ਬਸ ਦੋ ਕਲਾਸ ਹੋਂ ਤਾਂ ਆਪਾਂ ਸਕੀਮ ਸਕਮ ਸਾਡੀ ਘਟ ਗਈ ਸੀ ਥੋੜੀ ਤਾਂ ਜੀ ਅੱਜ ਕਰਾਂਗੇ ਆਪਾਂ ਮਗਨ ਰਹਿਗਾ ਬਾਰੇ ਠੀਕ ਹੈ ਸਭ ਕੁਝ ਅਟੈਂਸ਼ਨ ਨਾਲ ਲੋ ਯਾਰ ਟੈਂਸ਼ਨ ਨਾਲੋ ਥੋੜੇ ਤੋਂ ਜ਼ਿਆਦਾ ਮੈਨੂੰ ਟ ਤਾਜੀ ਸ਼ੁਰੂ ਅੱਗੇ ਅਗਲਾ ਸਵਾਲ ਸੌਰੀ ਮੀਟਿੰਗ ਆਫ ਬਿਮਸਟੈਕ ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ ਇਹਨਾਂ ਦਾ ਹੋਈ ਮੀਟਿੰਗ ਕਿੱਥੇ ਨਵੀਂ ਦਿੱਲੀ ਵਿੱਚ ਹੋਈ ਸੀ ਟਾਪਿਕ ਸੀਗਾ ਸਾਈਬਰ ਸਿਕਿਉਰਿਟੀ ਤਾਂ ਜਿਹੜਾ ਬਿਮਸਟੈਕ ਹੈ ਇਹ ਕਦੋਂ ਫਾਰਮ ਹੋਇਆ ਸੀ 96 97 98 ਜਾਂ ਫਿਰ 99 ਦੱਸੋ ਛੇਤੀ 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 96 97 98 ਜਾਂ ਫਿਰ 99 ਕਿੱਥੇ ਕਦੋਂ ਫਾਰਮ ਹੋਇਆ ਸੀਗਾ ਬਿਮਸਟੈਕ ਆਪਾਂ ਬਹੁਤ ਵਧੀਆ ਗੱਲ ਕੀਤੀ ਸੀ ਬੀ ਫਾਰ ਬਿਮਸਟੈਕ ਮੈਂ ਦੱਸਿਆ ਸੀ ਜੇ ਤੁਹਾਨੂੰ ਹੈੱਡਕੁਆਟਰ ਯਾਦ ਨਹੀਂ ਹੁੰਦਾ ਬੀ ਫਾਰ ਬਿਮਸਟੈਕ ਬੀ ਫਾਰ ਬੰਗਲਾਦੇਸ਼ ਤੇ ਬੰਗਲਾਦੇਸ਼ ਦੀ ਕੈਪੀਟਲ ਢਾਕਾ ਵਿੱਚ ਹੈਦਾ ਹੈੱਡ ਕੁਆਟਰ ਤਾਂ ਆਨਸਰ ਦੱਸੋ ਛੇਤੀ ਇਹਦਾ ਤਾਂ ਬਿਲਕੁਲ ਠੀਕ ਹੋ ਜਾਂਦਾ ਹੈ ਆਨਸਰ 9077 ਵਿੱਚ ਹੋਇਆ ਸੀ ਬਣਿਆ ਸੀ ਬਿਮਸਟੈਕ ਚਲੋ ਅਗਲਾ ਹਿਮਾਚਲ ਦੇ ਗਵਰਨਰ ਨੇ ਉਹਨਾਂ ਨੇ ਉਦਘਾਟਨ ਕੀਤਾ ਕਿਤਾਬ ਜਿਹਦਾ ਨਾਮ ਹੈ ਦਾ ਮਕਮੋਹਨ ਲਾਈਨ ਜਿਹੜੀ ਲਿਖੀ ਸੀ ਜਨਰਲ ਜੇ ਜੇ ਸਿੰਘ ਨੇ ਤਾਂ ਹੁਣ ਹਿਮਾਚਲ ਦੇ ਗਵਰਨਰ ਦਾ ਨਾਮ ਦੱਸਣਾ ਦੇਖੋ ਕਿੰਨਾ ਸੌਖਾ ਸਵਾਲ ਬੰਦਾਰੂ ਦਿੱਤਾ ਤਰਿਆ ਬਨਵਾਰੀ ਲਾਲ ਪੁਰੀਹਤ ਆਰ ਵੀ ਆਰ ਲੈ ਕੇ ਜਾਂ ਫਿਰ ਗੁਰਮੀਤ ਸਿੰਘ ਬਹੁਤ ਹੀ ਸੌਖਾ ਸਵਾਲ ਆਹ ਦੀਸਾ ਖਸਵਾ ਤੇ ਕੋਈ ਨਵਾਂ ਜੁੜਿਆ ਤਾਂ ਇੱਕ ਮੈਂ ਇੱਕ ਗੱਲ ਕਹੂੰਗਾ ਅੱਜ ਕੁਛ ਨਾ ਪੈਨਪੁੰਨ ਚੱਕੋ ਸਿਰਫ ਦੇਖੋ ਵੀਡੀਓ ਕੱਲ ਵੀ ਕੋਈ ਪੈਨਪੁੰਨ ਚੱਕਣਾ ਸਿਰਫ ਸੇਖਣੀ ਹੈ ਵੀਡੀਓ ਪਰਸੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਓਕੇ ਇਹ ਕਲਾਸ ਚ ਕੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਕੀ ਹੋ ਰਿਹਾ ਹੈ ਆਪਣੇ ਆਪ ਪਤਾ ਲੱਗੂਗਾ ਤੀਜੀ ਕਲਾਸ ਤੇ ਆਪਣੇ ਤੁਹਾਨੂੰ ਪਤਾ ਲੱਗ ਜਾਊਗਾ ਦੇਖੋ ਥੋੜੀ ਪੇਸ਼ੈਂਸ ਰੱਖਣੀ ਪੈਣੀ ਹੈ ਕਿਉਂਕਿ ਤਿੰਨ ਕਲਾਸਾਂ ਤੱਕ ਹੱਡੇ ਕਰੰਟ ਅਫੇਅਰ ਰਿਵਾਈਜ਼ ਹੁੰਦੇ ਤਾਂ ਹੀ ਤੁਹਾਡੇ ਦਿਮਾਗ ਚ ਫਿੱਟ ਹੁੰਦੇ ਵੈਸੇ ਤਾਂ ਹੋ ਕੇ ਫਾਇਦਾ ਵੀ ਹੈ ਨਹੀਂ ਹੈਨਾ ਤਾਂ ਆਂਸਰ ਇਹਦਾ ਹੋ ਜਾਂਦਾ ਬਿਲਕੁਲ ਗਲਤ ਇਹ ਬ हद ਹੋ ਗਈ ਤੁਹਾਡੀ ਤਾਂ ਜੀ ਇਹ ਨੇ ਹਰਿਆਣਾ ਦੇ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਆਰ ਵੀ ਆਰ ਲੈ ਕੇ ਹਿਮਾਚਲ ਪ੍ਰਦੇਸ਼ ਤੇ ਤੇ ਗੁਰਮੀਤ ਸਿੰਘ ਜੀ ਕਿੱਥੋਂ ਦੇ ਨੇ ਇਹ ਨੇ ਉੱਤਰਾਖੰਡ ਦੇ ਤਾਂ ਧਿਆਨ ਰੱਖਣਾ ਹੈ ਬੰਦਾਰੂ ਦੱਤਾ ਤਰਿਆ ਹਰਿਆਣਾ ਦੇ ਬਨਵਾਰੀ ਲਾਲ ਪ੍ਰੋਹਿਤ ਪੰਜਾਬ ਦੇ ਆਰ ਵੀ ਆਰ ਲੈ ਕੇ ਹਿਮਾਚਲ ਪ੍ਰਦੇਸ਼ ਤੇ ਗੁਰਮੀਤ ਸਿੰਘ ਕਿੱਥੋਂ ਦੇ ਨੇ ਇਹ ਨੇ ਉੱਤਰਾਖੰਡ ਦੇ ਹੁਣ ਕੱਲ ਮੈਂ ਲਿਖੀ ਸੀ ਪੂਰੀ ਰਾਜੇਂਦਰ ਵਿਸ਼ਵਨਾਥ ਆਰ ਲੈ ਕੇ ਹੁਣ ਤੁਹਾਡੇ ਸ਼ਾਇਦ ਪੇਪਰ 'ਚ ਉਹ ਧਿਆਨ ਰਹਿ ਜਾਂਦਾ ਹੈ ਨਾ ਬਟ ਆਰ ਵੀ ਆਰ ਲੈ ਕੇ ਏ ਵੀ ਪੇਪਰ 'ਚ ਐਦਾਂ ਵੀ ਪੁੱਛ ਸਕਦਾ ਹੈ ਦੇਖੋ ਉਹਨੇ ਕੋਈ ਗਲਤੀ ਨਹੀਂ ਕੀਤੀ ਤੁਸੀਂ ਧਿਆਨ ਨਹੀਂ ਦਿੱਤਾ ਉਹਨਾਂ ਦਾ ਪੂਰਾ ਨਾਮ ਹੈ ਰਾਜੇਂਦਰ ਵਿਸ਼ਵਨਾਥ ਆਰ ਲੈ ਕੇ ਹੁਣ ਰਾਜੇਂਦਰ ਵਿਸ਼ਵਨਾਥ ਨੂੰ ਨਾ ਤੋੜ ਕੇ ਕੀ ਕਰਤਾ ਆਰ ਵੀ ਇਹ ਕਰਤਾ ਬਸ ਇੰਨੀ ਗੱਲ ਧਿਆਨ ਰੱਖਣੀ ਹੈ ਚਲੋ ਫਰਸਟ ਡੇ ਹੈ ਦੇਖੋ ਜਿੰਨਾ ਦਿਨਾਂ ਦਾ ਫਰਸਟ ਡੇ ਹੈ ਸਿਰਫ ਦੇਖੋ ਕੀ ਚੱਲ ਰਿਹਾ ਠੀਕ ਹੈ ਕਿਉਂਕਿ ਇਹ ਕਲਾਸ ਦਾ ਫਾਇਦਾ ਉਹਨੂੰ ਹੀ ਹੋ ਰਿਹਾ ਜਿਹੜਾ ਇੱਕ ਕਲਾਸ ਪਹਿਲਾਂ ਲਾ ਰਿਹਾ ਤਾਂ ਅੱਜ ਦੇਖ ਰਾ ਜੀ ਮੇਰੇ ਵੀਰ ਕੱਲ ਦੇਖ ਤੇ ਪਰਸੋਂ ਦੇਖ ਪਰਸੋਂ ਤੂੰ ਆਪ ਹੀ ਕਹੇਂਗਾ ਮੈਨੂੰ ਕਿ ਠੀਕ ਹੈ ਸਰ ਜੋ ਤੁਸੀਂ ਕਹਿੰਦੇ ਸੀ 100% ਸੱਚ ਹੈ ਚਲੋ ਡੈਸ਼ ਅਕੈਡਮੀ ਆਫ ਸਾਇੰਸਿਸ ਲਾਂਚਡ ਗਲੋਬਲ ਨੇਮਿੰਗ ਇਵੈਂਟ ਫਾਰ ਇਟਸ ਨਿਊਐਸਟ ਸੋਲਰ ਅਬਜ਼ਰਵੇਟਰੀ ਤਾਂ ਜੀ ਕੋਈ ਕੰਟਰੀ ਹੈ ਉਹ ਆਪਣੀ ਸੋਲਰ ਅਬਜ਼ਰਵੇਟਰੀ ਬਣਾ ਰਹੀ ਹੈ ਤਾਂ ਉਹਦੇ ਲਈ ਉਹਨੇ ਕਿਹਾ ਨਾਮਕਰਨ ਕਰੋ ਪੂਰੀ ਦੁਨੀਆ ਨੂੰ ਕਿ ਹਾਂਜੀ ਛੱਤੇ ਦੀ ਛੱਤੀ ਦੱਸੋ ਕੌਣ ਨੇ ਅਮਰੀਕਾ ਵਾਲੇ ਨੇ ਬ੍ਰਿਟਿਸ਼ ਵਾਲੇ ਨੇ ਕੈਨੇਡਾ ਵਾਲੇ ਆ ਫਿਰ ਚਾਈਨੀਜ਼ ਵਾਲੇ ਹਾਂਜੀ ਹਾਂਜੀ ਪੀਵੀ ਸਿੰਧੂ ਜਿੱਤ ਗਈ ਟੈਨਸ਼ਨ ਕਿਉ ਲੈਂਨੇ ਹੋ ਅਸੀਂ ਵੀ ਜਿੱਤ ਕੇ ਜਾਵਾਂਗੇ ਟੈਨਸ਼ਨ ਨਹੀਂ ਲੈਣੀ ਆਪ ਹੈਨਾ ਤਾਂ ਬਿਲਕੁਲ ਠੀਕ ਹੋ ਜਾਂਦਾ ਚਾਈਨੀਜ਼ ਬਹੁਤ ਹੀ ਸੌਖਾ ਧੰਨਵਾਦ ਕਿਸੇ ਨੇ ਬ੍ਰਿਟਿਸ਼ ਬ੍ਰਿਟਿਸ਼ ਨਹੀਂ ਕਰਤਾ ਹੈਨਾ ਚੀਨ ਬਿਲਕੁਲ ਠੀਕ ਹੈ ਹੁਣ ਦੇਖੋ ਜਿਨ੍ਹਾਂ ਦੇ ਆਨਸਰ ਆ ਰਹੇ ਨੇ ਜਿਹੜਾ ਨਵਾਂ ਜੁੜਿਆ ਉਹਨੂੰ ਦੱਸ ਦਉ ਇਸ ਰੈਗੂਲਰ ਲਾ ਰਹੇ ਨੇ ਕਲਾਸਾਂ ਯਾਰ ਤਾਂ ਹੀ ਆਨਸਰ ਨਿਕਲ ਰਹਿਣਾ ਹੈ ਤਾਂ ਆਨਸਰ ਨਿਕਲ ਵੀ ਨਹੀਂ ਸਕਦੇ ਕਿ ਨਹੀਂ ਚਲੋ ਨੈਸ਼ਨਲ ਰੇਲ ਐਂਡ ਟਰਾਂਸਪੋਰਟੇਸ਼ਨ ਇੰਸਟੀਚਿਊਟ ਇਹਦਾ ਨਾਮ ਬਦਲਤਾ ਕਿ ਗਤੀਸ਼ਕਤੀ ਵਿਸ਼ਵਵਿਦਿਆਲਯ ਠੀਕ ਹੈ ਹੁਣ ਇਹ ਲੋਕੇਟਿਡ ਕਿੱਥੇ ਹੈ ਇਹ ਮੈਂ ਦੱਸਿਆ ਨਹੀਂ ਸੀ ਹੁਣ ਦੇਖਦੇ ਆ ਤੁਹਾਡੇ ਤੁੱਕੇ ਸੂਰਤ ਰਾਜਕੋਟ ਵਡੋਦਰਾ ਗਾਂਧੀ ਨਗਰ ਚਲੋ ਸੂਰਤ ਰਾਜਕੋਟ ਵਡੋਦਰਾ ਜਾਂ ਫਿਰ ਗਾਂਧੀ ਨਗਰ ਕਿੱਥੇ ਲੋਕੇਟਿਡ ਹੈ ਇਹਨਾਂ ਨੂੰ ਬੁਲਾਇਆ ਸੀ ਯਾਰ ਆਏ ਨਹੀਂ ਇਹ ਚਲੋ ਚਲੋ ਸ਼ਾਬਾਸ਼ ਤੁੱਕੇ ਤੁੱਕੇ ਕਮਨ ਤੁੱਕੇ ਸ਼ਾਬਾਸ਼ ਤੁੱਕੇ ਤੁੱਕੇ ਉਹ ਨਹੀਂ ਯਾਰ ਗਲਤ ਹੋ ਰਿਹਾ ਚਲੋ ਕੋਈ ਗੱਲ ਨਹੀਂ ਗਲਤ ਹੋ ਰਿਹਾ ਆਨਸਰ ਇਹਦਾ ਹੋ ਜਾਂਦਾ ਵਡੋਦਰਾ ਠੀਕ ਹੈ ਤਿਆਰ ਰੱਖਣਾ ਮੈਂ ਦੱਸਿਆ ਨਹੀਂ ਸੀ ਇਹ ਮੈਂ ਕੀ ਪਤਾ ਮੈਂ ਟਰਾਈ ਮਾਰ ਕੇ ਦੇਖੀਏ ਅੱਛਾ ਇੱਕ ਗੱਲ ਦੱਸੋ ਮੈਨੂੰ 263 ਤੁਸੀਂ ਬੈਠੇ ਹੋ 145 ਲਾਈਕ ਕੀਤੇ ਹੋਏ ਨੇ ਹੁਣ ਮੈਂ ਵੀ ਜੇ ਐ ਕਰਨ ਲੱਗ ਜੇ ਮੈਂ ਦੋ ਸਵਾਲ ਕਰਕੇ ਬੋਲੂ ਬਾਕੀ ਆਪ ਕਰ ਲਿਓ ਦੋ ਕਰੰਟ ਅਫੇਅਰ ਕਰਾ ਕੇ ਬੋਲੂ ਬਾਕੀ ਆਪ ਕਰ ਲਓ ਐਸੇ ਮੈਂ ਕਰੂੰਗਾ ਨਹੀਂ ਜੇ ਮੈਂ ਕਹੂੰ ਲਾਈਕ ਕਰ ਦਿਓ ਯਾਰ ਮੇਰੇ ਕਹਿਣ ਦਾ ਭਾ ਇੰਨਾ ਯਾਰ ਲਾਈਕ ਕਰ ਦਿਆ ਕਰੋ ਹਜੇ ਤੱਕ ਜਿੰਨਾ ਚਿਰ ਮੈਨੂੰ ਪਤਾ ਮੈਂ ਡਾਇਲੋਗ ਮਾਰ ਮਾਰ ਕੇ ਬੋਰ ਹੋ ਗਿਆ ਤੁਸੀਂ ਵੀ ਕਹਿੰਦੇ ਹੋਣੇ ਮੋਦੀ ਜੀ ਨੇ ਹਜੇ ਨਹੀਂ ਲਾਇਆ ਟੈਕਸ ਲਾਈਕ ਕਰਨ ਤੇ ਜਦੋਂ ਲੱਗੂਗਾ ਉਦੋਂ ਦੇਖੂ ਯਾਰ ਆਜੋ ਯਾਰ ਚਲੋ ਅਗਲਾ ਅਰਸ਼ਦੀਪ ਸਿੰਘ ਨੇ ਪਹਿਲਾ ਓਵਰ ਮੇਡਨ ਪਾਇਆ ਯਾਨੀ ਕਿ ਇੱਕ ਓਵਰ ਵਿੱਚ ਇੱਕ ਜ਼ੀਰੋ ਰਨ ਦਿੱਤੇ T20 ਦੇ ਡੈਬਿਊ ਤੇ ਠੀਕ ਹੈ ਪਹਿਲੇ ਮੈਚ ਦਾ ਹੀ ਬੀਕਮ ਓਨਲੀ ਦਾ ਥਰਡ ਇੰਡੀਅਨ ਬੋਲਰ ਬਣਿਆ ਆਫਟਰ ਘੂਲਨ ਗੋਸਵਾਮੀ ਤੇ ਦੂਜੇ ਨੰਬਰ ਤੇ ਕਾਉਂਟ ਸੀ ਮੁਨਾਫ ਪਟੇਲ ਜ਼ਹੀਰ ਖਾਨ ਅਜੀਤ ਅਗਰਕਰ ਜਾਂ ਫਿਰ ਅਨਿਲ ਕੁੰਬਲੇ ਹਾਂਜੀ ਮੁਨਾਫ ਪਟੇਲ ਜ਼ਹੀਰ ਖਾਨ ਅਜੀਤ ਅਗਰਕਰ ਜਾਂ ਫਿਰ ਅਨਿਲ ਕੁੰਬਲੇ ਮਾਤਾ ਰਾਣੀ ਪਾਪਲਾਓ ਜੀ ਨੇ ਲੈਕਨਾ ਨਾ ਯਾਰ ਇਹਨਾਂ ਵੀ ਨਹੀਂ ਕਹਿੰਦੇ ਹੁੰਦੇ ਯਾਰ ਉਹ ਉਦੋਂ ਕਹੂੰਗਾ ਜਦੋਂ ਮੈਂ ਅੰਦਰ ਪੂਰਾ ਹੋ ਗਿਆ ਕਿ ਸ਼ਰਮ ਨਹੀਂ ਹੈ ਤੁਹਾਨੂੰ ਬਸ਼ਰਮ ਹੋਗੇ ਤੁਸੀਂ ਹੈ ਮਤਲਬ ਉਹ ਉਦੋਂ ਇਹੋ ਜਿਹਾ ਜੇ ਨਹੀਂ ਤਾਂ ਅੱਜ ਕੀ ਉਹ ਯਾਰ ਉਹੀ ਬੁਲਾ ਰਿਹਾ ਉਹਨਾਂ ਨੇ ਲੋਗੋ ਲਈ ਮੈਂ ਬਾਰ-ਬਾਰ ਘੰਟੀਆਂ ਬਜਾਤੀ ਆ ਨਹੀਂ ਰਹੇ ਤਾਂ ਅਜੀਤ ਅਗਰਕਰ ਹੋ ਜਾਂਦਾ ਠੀਕ ਹੈ ਅਜੀਤ ਅਗਰਕਰ ਫਿਰ ਸੌਰੀ ਝੁਲਾਨ ਗੋਸਵਾਮੀ ਫਿਰ ਅਜੀਤ ਅਗਰਕਰ ਤੇ ਹੁਣ ਨੇ ਅਰਸ਼ਦੀਪ ਸਿੰਘ ਠੀਕ ਹੈ ਇਹ ਤਿੰਨ ਵੀ ਧਿਆਨ ਰੱਖਾਂਗੇ ਬਹੁਤ ਬੇਸਿਕ ਜਾ ਕਿਹਦੇ ਅਗੇਟ ਹੋਇਆ ਸੀ ਮੈਚ ਇਹ ਪੁੱਛ ਸਕਦੇ ਨੇ ਇੰਗਲੈਂਡ ਦੇ ਬੈਂਗਲੌਰ ਦੀ ਦਿਗਾਂਤਰਾ ਤੇ ਹਾਇਬਰ ਹਾਇਦਰਾਬਾਦ ਦੀ ਧਰੂਵ ਇਹ ਬਣ ਚੁੱਕੇ ਨੇ ਜਿਨੂੰ ਉਹਨਾਂ ਨੂੰ ਇਨ ਸਪੇਸ ਵਾਲਿਆਂ ਨੇ ਅਥਾਰਾਈਜੇਸ਼ਨ ਦਿੱਤੇ ਕਿ ਤੁਸੀਂ ਸਾਡੇ ਲਾਂਚ ਪੈਡ ਨੇ ਉਹ ਯੂਜ਼ ਕਰ ਸਕਦੇ ਹੋ ਤੁਸੀਂ ਫੇਸ ਵਿੱਚ ਭੇਜਣ ਲਈ ਤਾਂ ਇਹ ਜਿਹੜਾ ਇਨ ਸਪੇਸ ਆ ਇਹਦਾ ਰੀਸੈਂਟਲੀ ਮੋਦੀ ਜੀ ਨੇ ਹੈੱਡ ਕੁਆਟਰ ਦਾ ਉਦਘਾਟਨ ਕੀਤਾ ਇੰਨਾ ਐਗਜ਼ਾਮਪਲ ਦੇ ਸਕਦਾ ਕਿੱਥੇ ਕੀਤਾ ਬੋਪਾਲ ਬੋਪਾਲ ਕਿੱਥੇ ਗੁਜਰਾਤ ਵਿੱਚ ਹੈ ਲੇਕਿਨ ਗੁਜਰਾਤ ਵਿੱਚ ਕਿੱਥੇ ਰਾਜਕੋਟ ਅਹਮਦਾਬਾਦ ਸੂਰਤ ਜਾਂ ਫਿਰ ਗਾਂਧੀ ਨਗਰ ਇੰਨੇ ਮੈਂ ਐਗਜ਼ਾਮਪਲ ਦੇ ਸਕਦਾ ਬਸ ਤੁਹਾਨੂੰ ਕਿ ਬੋਪਾਲ ਵਿੱਚ ਕੀਤਾ ਸੀ ਰੀਸੈਂਟ ਦਾ ਹੀ ਇਹ ਮਹੀਨਾ ਹੋਇਆ ਹੋਣਾ ਇਨ ਸਪੇਸ ਦਾ ਹੈੱਡਕੁਆਰਟਰ ਛੇਤੀ ਰਾਜਕੋਟ ਅਹਮਦਾਬਾਦ ਸੂਰਤ ਜਾਂ ਫਿਰ ਗਾਂਧੀ ਨਗਰ ਲਕਵੇਂਦਰ ਨੇ ਲਿਖ ਕੇ ਡਿਲੀਟ ਕਰਤਾ ਹੈ ਅਨਸਰ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧਿਆਨ ਰੱਖਣਾ ਅੱਗੇ ਤੋਂ ਬੋਪਾਲ ਹੈ ਅਹਮਦਾਬਾਦ ਵਿੱਚ ਠੀਕ ਹੈ ਇੱਕ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਹੈ ਉਹ ਹੈ ਲਵਾਰਡ ਐਲ ਏ ਵੀ ਏ ਡੀ ਉਹ ਹੈ ਕਿਦੇ ਉਹ ਹੈ ਗਾਂਧੀ ਨਗਰ ਦੇ ਨੇੜੇ ਤਾਂ ਕਾਫੀ ਸਾਰੀ ਛੋਟੀ 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 ਚੀਜ਼ਾਂ ਨੇ ਉਹਨਾਂ ਨੂੰ ਕਿਰਪਾ ਕਰਕੇ ਧਿਆਨ ਰੱਖੋਗੇ ਚਲੋ ਅਗਲਾ डैश युपुन अबेकून बिकम्स पहला साउथ एशियन टू ब्रीच 10 सेकंड मार्क इन 100 मीटर ताजी 100 मीटर दी रेस कीती है ने ता मुंडे दा नाम है युपुन अबेकून ते 10 सेकंड दे ਥੱਲੇ ਥੱਲੇ ਇਹਨੇ ਨਬੇੜਤੀ ਤੇ ਪਹਿਲਾ ਸਾਊਥ ਏਸ਼ੀਅਨ ਹੈ ਲੇਕਿਨ ਸਾਊਥ ਏਸ਼ੀਅਨ ਤੋਂ ਕਿਹੜੀ ਕੰਟਰੀ ਤੋਂ ਹੈ ਇਹ ਇੰਡੀਆ ਤੋਂ థਾਈਲੈਂਡ ਤੋਂ শ্রীলঙ্কা ਤੋਂ ਜਾਂ ਫਿਰ ਬੰਗਲਾਦੇਸ਼ ਤੋਂ ਛੇਤੀ ਛੇਤੀ ਕੀ ਹੋ ਗਿਆ ਵੇ ਹੈ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਭੋਪਾਲ ਨੀਯ ਸਿੰਘ ਸਤਪਾਲ ਉਹ ਹੈ ਭੋਪਾਲ B O P A L ਗੂਗਲ ਕਰੋ ਇੱਕ ਵਾਰ ਬੋਪਾਲ ਬੋਪੀਐਲ ਤਾਂ ਆਨਸਰ ਬਿਲਕੁਲ ਠੀਕ ਹੋ ਜਾਂਦਾ ਹੈ ਸ਼੍ਰੀਲੰਕਾ ਠੀਕ ਹੈ ਸ਼੍ਰੀਲੰਕਾ ਦਾ ਮੁੰਡਾ ਯੂਪਨ ਅਬੇਕੁੰ ਚਲੋ ਛੇਤੀ ਛੇਤੀ ਲਾਸਟ ਹੈ ਸੂਰਿਆ ਬਿਕਮ ਪਹਿਲਾ ਕਿਹੜਾ ਐਕਟਰ ਜਿਹਨੂੰ ਔਸਕਰ ਦੀ ਕਮੇਟੀ ਨੇ ਇਸ ਸਾਲ ਹੀ ਰੱਖਿਆ 397 ਲੋਕਾਂ ਨੂੰ ਇਹਨਾਂ ਨੇ ਇਨਵਾਈਟ ਕੀਤਾ ਤੇ ਉਹਨਾਂ ਵਿੱਚ ਇੱਕ ਹੈ ਸੂਰਿਆ ਤਾਂ ਸੂਰਿਆ ਕਿਹੜੀ ਇੰਡਸਟਰੀ ਦਾ ਹੈ ਮਲਿਆਲੀ ਕੰਨੜ ਤਾਮਿਲ ਜਾਂ ਫਿਰ ਮਰਾਠੀ ਯਾਰ ਚਲੋ ਯਾਰ ਕੀ ਹੋ ਗਿਆ ਤੁਸੀਂ ਤਾਂ ਘਰੇ ਬੈਠੇ ਹੋ ਆਰਾਮ ਨਾਲ ਆਪਣੇ ਕੁਰਸੀਆਂ ਤੇ ਮੇਜ਼ਾਂ ਤੇ ਪਾ ਕੇ ਤੁਸੀਂ ਕਰ ਰਹੇ ਹੋ ਲੋਕੋ ਲਗਾ ਦਿਆ ਲੱਗ ਨਹੀਂ ਰਹਾ ਹੈ ਕੀ ਹੋ ਗਿਆ ਕੀ ਹੋ ਗਿਆ ਅੰਦਰ ਵਿੱਚ ਲਿਖਿਆ ਹੋਇਆ ਸਹੀ ਬੰਦਾ ਸੋ ਨਹੀਂ ਯਾਰ ਕਿੱਥੇ ਲਿਖਿਆ ਹੋਇਆ ਪਤਾ ਨਹੀਂ ਆ ਚਲੋ ਐਨੀਵੇ ਅੰਦਰ ਇਹਦਾ ਹੋ ਜਾਂਦਾ ਤਮਿਲ ਠੀਕ ਹੈ ਤਮਿਲ ਤਮਿਲ ਤਾਂ ਜੀ ਇਹ ਸੀਗੇ ਕੱਲ ਦੇ ਕਰੰਟ ਅਫੇਅਰ ਦੀ ਰਿਵੀਜ਼ਨ ਤੇ ਹੁਣ ਆਪਾਂ ਕਰਾਂਗੇ ਅੱਜ ਦੇ ਤੇ ਕੱਲ ਦੇ ਕਰੰਟ ਅਫੇਅਰ 17 ਤੇ 18 ਜੂਨ ਦੇ ਕਰੰਟ ਅਫੇਅਰ ਕਰਾਂਗੇ ਆਪਾਂ ਤਾਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਣਾ ਚਾਹੁੰਗਾ ਮੈਂ ਕਿ ਸੈਸ਼ਨ ਨੂੰ ਸ਼ੇਅਰ ਕਰ ਦਿਓ ਯਾਰ ਬਸ ਹੋਰ ਤਾਂ ਕੀ ਦੱਸਣਾ ਮੈਨੇ ਸ਼ੇਅਰ ਕਰ ਦਿਓ ਤੇ ਭੈਣ ਜੀ ਕਹਿੰਦੇ ਲਾਈਕ ਕਰ ਦਿਓ ਇੱਕ ਵਾਰ ਠੀਕ ਹੈ ਠੀਕ ਹੈ ਇਹ ਗੱਲ ਧਿਆਨ ਰੱਖਣੀ ਹੈ ਤਾਂ ਆ ਜੀ ਹੁਣ ਥੋੜੇ ਲਈ ਇੱਕ ਛੋਟੀ ਜੀ ਪਹਿਲਾਂ ਅਪਡੇਟ ਜੀ ਹੈ ਅਪਡੇਟ ਤਾਂ ਕੀ ਹੈ ਇਹ ਹੈ ਤਾਂ ਜੀ ਜਿਹੜੇ ਸਾਡੇ ਨਵੇਂ ਚੀਫ ਸੀਗੇ ਹਰ ਆਰਮੀ ਦੇ 에ਅਰ ਫੋਰਸ ਦੇ ਉਹ ਸਾਰਿਆਂ ਦੀ ਇੱਕ ਵਾਰ ਅਪਡੇਟਡ ਲਿਸਟ ਹੈ ਕੱਲ ਮੈਂ ਟੈਲੀਗ੍ਰਾਮ ਤੇ ਬਕਾਇਦਾ ਪਾਤੀ ਸੀ ਬਟ ਜਿਹੜੇ ਟੈਲੀਗ੍ਰਾਮ ਤੇ ਨਹੀਂ ਜੁੜੇ ਤਾਂ ਉਹਨਾਂ ਲਈ ਧਿਆਨ ਰੱਖਣਾ ਤਾਂ ਜੀ ਸਾਰੇ ਅਪਡੇਟਡ ਨੇ ਆਰਮੀ ਮਨੋਜ ਪੰਡੈ 28th ਪੁੱਛ ਸਕਦੇ ਨੇ ਵਾਈਸ ਚੀਫ ਆਫ ਆਰਮੀ ਸਟਾਫ 44th ਨੇਵੀ ਦੇ ਆਰ ਹਰੀ ਕੁਮਾਰ 에ਅਰ ਫੋਰਸ ਦੇ ਵੀ ਆਰ ਚੌਧਰੀ ਸੀਆਰਪੀਐਫ ਦੇ ਕੁਲਦੀਪ ਸਿੰਘ ਇਹ ਸੁਣ ਲਓ ਕਿਉਂਕਿ ਮੈਂ ਸਿਰਫ ਐਬ੍ਰੀਵੀਏਸ਼ਨ ਲਿਖਿਆ ਨੇ ਫੁੱਲ ਫਾਰਮ ਤੁਹਾਨੂੰ ਪਤਾ ਹੋਣੀ ਚ NIA ਦੇ ਹੁਣੇ ਰੀਸੈਂਟਲੀ ਬਣੇ ਨੇ ਦਿਨਕਰ ਗੁਪਤਾ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਕੁਲਦੀਪ ਸਿੰਘ ਕੋਲ ਸੀਗਾ ਕਾਰਿਆਪਾਰ CISF ਦੇ ਸ਼ੀਲਵਰਦਨ ਸਿੰਘ ITBP ਦੇ ਸੰਜੇ अरोड़ा SSB ਇਹਨਾਂ ਕੀ ਸਸ਼ਾਸਤਰ ਸੀਮਾ ਬਲ ਦੇ ਸੁਜੈ لال ਥਾਉਸਨ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਸੰਜੇ अरोड़ा ਜੀ IB ਯਾਨੀ ਕਿ ਇੰਟੈਲੀਜੈਂਸ ਬਿਊਰੋ ਇਹਨਾਂ ਦੇ ਬਣੇ ਨੇ ਟੱਪਨ ਡੇਕਾ ਤੇ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਅਰਵਿੰਦ ਕੁਮਾਰ ਰੋ ਐਂਡ ਅਨਾਲਿਸਿਸ ਵਿੰਗ ਸਮੰਤ ਗੋਇਲ ਦੁਬਾਰੇ ਤੋਂ ਬਣ ਚੁੱਕੇ ਨੇ ਬਾਰਡਰ ਸਿਕਿਉਰਿਟੀ ਫੋਰਸ ਪੰਕਜ ਸਿੰਘ ਨੈਸ਼ਨਲ ਐਨਐਸਜੀ ਐਮਏ ਗਣਪਤੀ ਰੇਲਵੇ ਪ੍ਰੋਟੈਕਸ਼ਨ ਫੋਰਸ ਸੰਜੇ ਚੰਦਰ ਬਰੋ ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਰਾਜੀਵ ਚੌਧਰੀ ਤੇ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਜ਼ੁਲਫਿਕਰ ਹਸਨ ਇਹ ਹਜੇ ਮੁੱਕਿਆ ਨਹੀਂ ਦੋ ਹੋਰ ਤਿੰਨ ਹੋਰ ਸੀਬੀਆਈ ਦੇ ਸੁਬੋਧ ਜੈਸਵਾਲ DIA ਯਾਨੀ ਕਿ ਡਿਫੈਂਸ ਇੰਟੈਲੀਜੈਂਸ ਏਜੰਸੀ ਜੀਏਵੀ ਰੈਡੀ ਤੇ ਐਨਡੀਆਰਐਫ ਦੇ ਅਤੁਲ ਕਰਵਾਲ ਤਾਂ ਜੀ ਬਹੁਤ ਇੰਪੋਰਟੈਂਟ ਹੈ ਇਹ ਠੀਕ ਹੈ ਸਾਰਾ ਅਪਡੇਟਡ ਹੈ ਇੱਕ ਵਾਰ ਸਾਰੇ ਮਤਲਬ ਪੀਡੀਐਫ ਤੋਂ ਤੁਹਾਨੂੰ ਦੇ ਹੀ ਦੇਣੀ ਮੈਂ ਲੈ ਸਕਰੀਨਸ਼ਾਟ ਲੈ ਲੈ ਜਿਹਨੇ ਲੈਣੀ ਯਾਰ ਪਰ ਆਹ ਜਵਾਬ ਟੈਲੀਗ੍ਰam ਤੇ ਸ਼ੇਅਰ ਕਰ ਦਿਓ ਜਵਾਬਾਂ ਨੂੰ ਕਿੱਦਾਂ ਮੈਂ ਟੈਲੀਗ੍ਰam ਤੇ ਸ਼ੇਅਰ ਕਰ ਸਕਦਾ ਮੈਂ ਟੈਕਨੀਕਲ ਬੇਸਿਕ ਐਜੂਕੇਸ਼ਨ ਗੁੱਡ ਮਾਰਨਿੰਗ ਆ ਗੁੱਡ ਮਾਰਨਿੰਗ ਚਲੋ ਠੀਕ ਹੈ ਇਹ ਹੋ ਗਏ ਤੇ ਇਹ ਹੋ ਗਏ ਤਾਂ ਹੁਣ ਚੱਲਦੇ ਆਂ ਜੀ ਪਹਿਲੀ ਗੱਲ ਤੁਹਾਡੇ ਲਈ ਸਕੀਮ ਮੈਂ ਕਿਹਾ ਸੀ ਤਾਂ ਜੀ ਮਗਨ ਰੇਗਾ ਬਾਰੇ ਗੱਲ ਕਰਨ ਜਾ ਰਹੇ ਆਂ ਮਗਨ ਰੇਗਾ ਕੀ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਠੀਕ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ ਕਿਉਂਕਿ ਸਰਕਾਰ ਕਹਿੰਦੀ ਹੈ ਗਾਰੰਟੀ ਕਰਦੀ ਹੈ ਕੁਝ ਦਿਨਾਂ ਤੱਕ ਦੇ ਰੋਜ਼ਗਾਰ ਦੀ ਤਾਂ ਕਿੰਨੇ ਦਿਨਾਂ ਦੇ ਰੋਜ਼ਗਾਰ ਦੀ ਕੀ ਕਰਦੀ ਤਾਂ ਆ ਵੇਖੋ ਕੀ ਹੈ ਕੀ ਕਹਿੰਦੇ ਨੇ ਤਾਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਾਰੰਟੀ ਸਕੀਮ ਠੀਕ ਹੈ ਐਕਟ ਬਣਿਆ ਸੀ ਇਹ ਤਾਂ ਕਦੋਂ ਲਾਂਚ ਹੋਇਆ 2005 ਵਿੱਚ ਆਬਜੈਕਟਿਵ ਕੀ ਹੈ ਕਿਉਂ ਸ਼ੁਰੂ ਕੀਤਾ ਗਿਆ ਸੀਗਾ ਕਹਿੰਦੇ ਇਸ ਸਕੀਮ ਦਾ ਮੁੱਖ ਉਦੇਸ਼ ਕਿਸੇ ਵੀ ਪਿੰਡੂ ਪਰਿਵਾਰ ਦੇ ਬਾਲਗ ਬਾਲਗ ਮੈਂਬਰਸ ਬਾਲਗ ਕੀ ਹੁੰਦਾ ਯਾਰ ਹੁਣ ਚਲੋ ਦਾ ਪ੍ਰਾਇਮਰੀ ਆਬਜੈਕਟਿਵ ਆਫ ਦਾ ਸਕੀਮ ਇਜ਼ ਟੂ ਗਾਰੰਟੀ 100 ਦਿਨ ਦਾ ਰੋਜ਼ਗਾਰ ਹਰ ਫਾਈਨੈਂਸ਼ੀਅਲ ਇਅਰ ਵੀ ਟੂ ਅਡਲਟ ਮੈਂਬਰ 18 ਸਾਲ ਤੋਂ ਉੱਤੇ ਵਾਲੇ ਆਫ ਐਨੀ ਰੂਰਲ ਹਾਊਸਹੋਲਡ ਪਿੰਡਾ ਵਾਲੇ ਨੂੰ ਵਿਲਿੰਗ ਟੂ ਡੂ ਪਬਲਿਕ ਵਰਕ ਰਿਲੇਟਿਡ ਅਨ ਸਕਿਲਡ ਮੈਨੂਅਲ ਵੁਕ ਤਾਂ ਦੀ ਅਨਸਕਿਲਡ ਮਤਲਬ ਕਿ ਯਾਰ ਮੋਸਟਲੀ ਹੈ ਹੁੰਦਾ ਵੀ ਯਾਰ ਕਿਤੇ ਕੋਈ ਕੰਮਕਾਰ ਚੱਲ ਰਿਹਾ ਬੇਸਿਕਲੀ ਮੋਸਟਲੀ ਆਪਾਂ ਦੇਖੀ ਅਨਸਕਿਲਡ ਹੁੰਦਾ ਕੰਮ ਸਾਰਾ ਜਿੱਦਾਂ ਦਿੱਲੀ ਨੇ ਤੁਹਾਨੂੰ ਯਾਦ ਹੋਊਗਾ ਕਿ ਕੁਸ਼ਲ ਕਰਮੀ ਕਰਕੇ ਇੱਕ ਪ੍ਰੋਗਰਾਮ ਲਾਂਚ ਕੀਤਾ ਇਹਨਾਂ ਨੂੰ ਹੀ ਅਪਸਕਿੱਲ ਕਰਨ ਲਈ ਤਾਂ ਉਦੋਂ ਹੀ ਸਰਕਾਰ ਨੇ ਕਿਹਾ ਯਾਰ ਵੀ ਯਾਰ ਬਿਨਾਂ ਰੋਜ਼ਗਾਰ ਦੇ ਤਾਂ ਰੋਜ਼ਗਾਰ ਵਧਿਆ ਕਿ ਬੰਦੇ ਆਪਾਂ ਕੀ ਕਰਦੇ ਮੇਰੇ ਕਈ ਜਾਣਕਾਰ ਨੇ ਤਾਂ ਉਹ ਕਰਦੇ ਕੀ ਨੇ ਵੈਸੇ ਆਪਣੇ ਖੇਤ ਨੇ ਖੇਤਾਂ ਵਿੱਚ ਕੰਮ ਕਰਦੇ ਨੇ ਬਟ ਮਗਨ ਰਹਿ ਗਏ ਦੇ ਇੰਟਰਵਿਊ ਰਜਿਸਟਰਡ ਨੇ ਤੇ 100 ਦਿੰਦਾ ਗੈਰੰਟੀਡ ਰੋਜ਼ਗਾਰ ਦੇਖੋ ਸਰਕਾਰ ਨੂੰ ਦੇਣਾ ਹੀ ਦੇਣਾ ਪੈਂਦਾ ਹੈ ਪਲੱਸ 18 ਨਾਲ ਇਹਨਾਂ ਨੂੰ ਠੀਕ ਹੈ 18 ਸਾਲ ਤੋਂ ਉੱਤੇ ਵਾਲਿਆਂ ਨੂੰ ਕਦੋਂ ਲਾਂਚ ਹੋਇਆ ਸੀ 2005 ਵਿੱਚ ਹੋਇਆ ਸੀ ਔਰ ਇਟ ਕਵਰਸ 올 ਡਿਸਟ੍ਰਿਕਟਸ ਆਫ ਇੰਡੀਆ ਐਕਸੈਪਟ ਵਿਦ ਦਾ ਵਨਸ ਵਿਦ 100% ਅਰਬਰ ਪੋਪੂਲੇਸ਼ਨ ਪੰਜਾਬ ਕਹਿ ਰਿਹਾ ਇੰਡੀਆ ਦੇ ਇੱਕ ਇੱਕ ਜ਼ਿਲ੍ਹੇ ਨੂੰ ਕਵਰ ਕਰਦਾ ਐਕਸੈਪਟ ਜਿਸ ਜ਼ਿਲ੍ਹੇ ਵਿੱਚ 100% ਸ਼ਹਿਰੀ ਪੋਪੂਲੇਸ਼ਨ ਹੋਵੇ ਤਾਂ ਉਹਦੇ ਅੱਡ-ਅੱਡ ਕ੍ਰਾਈਟੇਰੀਆ ਹੁੰਦੇ ਨੇ ਕਿ ਇੰਨੇ ਮੁੰਡੇ ਹੋਣੇ ਚਾਹੀਦੇ ਇੰਨੀ ਕੁੜੀਆਂ ਹੋਣੀ ਚਾਹੀਦੀਆਂ ਇਹ ਏਰੀਆ ਮਿਊਨਿਸਪਲ ਕਾਰਪੋਰੇਸ਼ਨ ਕਮੇਟੀ ਉਹ ਅੱਡ ਗੱਲਾਂ ਨੇ ਇੰਨੀ ਗੱਲ ਧਿਆਨ ਰੱਖਣੀ ਹੈ ਹਰ ਇੱਕ ਜ਼ਿਲ੍ਹਾ ਕਵਰ ਹੋਊਗਾ ਐਕਸੈਪਟ ਜਿਸ ਜ਼ਿਲ੍ਹੇ ਵਿੱਚ 100% ਸ਼ਹਿਰੀ ਪੋਪੂਲੇਸ਼ਨ ਹੋਗੀ ਉਹ ਨਹੀਂ ਕਵਰ ਹੋਊਗਾ ਅਗੇ देयर इज आल्सो ਅ ਪ੍ਰੋਵੀਜ਼ਨ ਫਾਰ ਐਡੀਸ਼ਨਲ 50 ਡੇਸ ਅਨਸਕਿਲਡ ਵੇਜ এমਪਲੋਇਮੈਂਟ ਇਨ ਡਰਾਟ ਨੈਚੁਰਲ ਕਲਾਮਿਟੀ ਨੋਟੀਫਾਈਡ ਰੂਰਲ ਏਰੀਆਸ ਮਤਲਬ ਜੇ ਨਾ ਏਰੀਆ ਵਿੱਚ ਮੰਨ ਲਓ ਸੁੱਕਾ ਪੈ ਗਿਆ ਸੋਕਾ ਪੈ ਗਿਆ ਹੈਨਾ ਹੜ ਆ ਗਿਆ ਕਿਸੇ ਵੀ ਤਰ੍ਹਾਂ ਦਾ ਨੈਚੁਰਲ ਡਿਜ਼ਾਸਟਰ ਆ ਗਿਆ ਤਾਂ ਉਹਨਾਂ ਨੂੰ ਪਲੱਸ 50 ਡੇਸ ਹੋ ਰਿਆ ਨਹੀਂ ਕਿ 100 ਦਿਨ ਤਾਂ ਹੋਣਗੇ ਹੋਣਗੇ ਪਲੱਸ 50 ਦਿਨ ਹੋਰ ਤਾਂ ਜੀ 150 ਦਿਨ ਦਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਊਗਾ ਇਹ ਵੀ ਪ੍ਰੋਵੀਜ਼ਨ ਹੈ ਤਾਂ ਪੇਪਰ ਜੇ ਤੁਹਾਡੇ ਕੋਲ ਕਮੈਂਟ 올 ਸਟੇਟਮੈਂਟ 'ਚ ਸਵਾਲ ਆ ਜੇ ਕਿ ਕਦੇ-ਕਦੇ 150 ਦਿਨ ਦਾ ਵੀ ਦਿੱਤਾ ਜਾ ਸਕਦਾ ਤਾਂ ਐ ਕਰਕੇ ਅਸੀਂ ਤਾਂ 100 ਦਿਨ ਦਾ ਹੁੰਦਾ ਮੈਨੂੰ ਯਾਰ ਤਾਂ ਐ ਨਹੀਂ ਕਰਕੇ ਆਣਾ ਤੁਸੀਂ ਟਿੱਕ ਕਰਕੇ ਆਣਾ ਕਿ ਹਾਂ ਜੇਕਰ ਹੈਨਾ ਜੇਕਰ ਕੋਈ ਕੁਝ ਵੀ ਨੈਚੁਰਲ ਕੈਲਾਮਿਟੀ ਹੋ ਗਈ ਤਾਂ 50 ਦਿਨ ਦਾ ਐਕਸਟਰਾ ਦਿੱਤਾ ਜਾਂਦਾ ਹੈ ਬਿਲਕੁਲ ਠੀਕ ਹੈ ਬਹੁਤ ਵਧੀਆ ਰਜਨੀ ਰਾਣੀ ਕਰੰਟ ਅਫੇਅਰ ਆਪਾਂ ਕੀਤਾ ਸੀਗਾ ਪੰਜਾਬ ਵਿੱਚ ਫਾਜ਼ਿਲਕਾ ਫਸਟ ਆਇਆ ਇਹਦੇ ਵਿੱਚ ਮਗਨ ਰਹੇਗਾ ਵਿੱਚ এমਪਲੋਇਮੈਂਟ ਦੇਣ ਵਿੱਚ ਫਾਜ਼ਿਲਕਾ ਜ਼ਿਲ੍ਹਾ ਪੰਜਾਬ ਦੀ ਗੱਲ ਹੋ ਰਹੀ ਹੈ ਵਰਲਡ ਦੀ ਇੰਡੀਆ ਦੀ ਨਹੀਂ ਪੰਜਾਬ ਦੀ ਗੱਲ ਹੋ ਰਹੀ ਹੈ ਚਲੋ ਅੱਗੇ ਐਟ ਲੀਸਟ 1/3 ਆਫ ਬੈਨੇਫਿਸ਼ੀਅਰਜ਼ ਹੈਵ ਟੂ ਬੀ ਊਮਨ ਕਹਿੰਦੇ ਐਟ ਲੀਸਟ 1/3 ਜਿਹੜੇ ਉਹਦੇ ਕੰਮ ਕਰਨ ਵਾਲੇ ਜੇ ਤੁਸੀਂ 100 ਬੰਦਿਆਂ ਨੂੰ ਲੈ ਰਹੇ ਹੋ ਤਾਂ ਘੱਟੋ-ਘੱਟ 33 ਤੁਹਾਡੇ ਕੋਲ ਔਰਤਾਂ ਹੋਣੀਆਂ ਚਾਹੀਦੀਆਂ ਠੀਕ ਹੈ 33 ਊਮਨ ਇਹਨੂੰ ਇੰਪਲੀਮੈਂਟ ਕਰਦ ਕਰਦਾ ਜਿੱਦਾਂ ਮੈਂ ਕਿਹਾ ਸੀ ਤੁਹਾਨੂੰ ਪਹਿਲੇ ਸਕੀਮ ਬਾਰੇ ਪਤਾ ਹੋਣਾ ਚਾਹੀਦਾ ਤੇ ਸਕੀਮ ਵਿੱਚ ਕੀ ਹੈ ਕਦੋਂ ਲਾਂਚ ਹੋਈ ਸੀਗੀ ਤੇ ਉਹਨੂੰ ਇੰਪਲੀਮੈਂਟ ਕੌਣ ਕਰ ਰਿਹਾ ਤੇ ਇਹਨੂੰ ਇੰਪਲੀਮੈਂਟ ਕਰ ਰਹੀ ਹੈ ਸਾਡੀ ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਤੇ ਉਹ ਦੇ ਮਿਨਿਸਟਰ ਕੌਣ ਹੋ ਜਾਂਦੇ ਨੇ ਗੀਰੀ ਰਾਜ ਸਿੰਘ ਇਹ ਹੋ ਗਈ ਸਾਡੀ ਅੱਜ ਦੀ ਮਗਨ ਰਹਿਗਾ ਐਕਟ ਤਾਂ ਜਿਹੜੇ ਨਵੇਂ ਨੇ ਉਹ ਤਾਂ ਬੇਸਿਕਲੀ ਸਮਝ ਸਕਦੇ ਨੇ ਜੇ ਤੁਹਾਨੂੰ ਹਜੇ ਵੀ ਕੁਝ ਡਾਊਟ ਵਗੈਰ ਆ ਰਹੇ ਦੱਸਿਓ ਸੀਪੀਟੀ ਕੀ ਹੁੰਦਾ ਯਾਰ ਸੀਪੀਟੀ ਨਹੀਂ ਹੋਇਆ ਕਲੀਅਰ ਜੇ ਤੁਸੀਂ ਕਨਸੈਪਟ ਕਹਿ ਰਹੇ ਕਨਸੈਪਟ ਕੁਝ ਨਹੀਂ ਯਾਰ ਦੇਖੋ ਬੇਰੁਜ਼ਗਾਰੀ ਬਹੁਤ ਹੈ ਠੀਕ ਹੈ ਤੇ ਕਈ ਲੋਕ ਨੇ ਵੀ ਪੜ੍ਹੇ ਲਿਖੇ ਨਹੀਂ ਨੇ ਯਾਰ ਅਨਸਕਿਲਡ ਨੇ ਠੀਕ ਹੈ ਜਿਆਦਾ ਪੜ੍ਹਾਈ ਨਹੀਂ ਕੀਤੀ ਹੋਈ ਜਾਂ ਫਿਰ ਕਿਸੇ ਵੀ ਕਾਰਨ ਵਸ਼ ਕਹਿੰਦੇ ਜੌਬ ਨਹੀਂ ਹੈ ਕੁਝ ਵੀ ਕੰਮ ਨਹੀਂ ਕਰ ਸਕ ਰਹੇ ਤਾਂ ਉਹਨਾਂ ਨੂੰ 100 ਦਿਨ ਦਾ ਰੋਜ਼ਗਾਰ ਸਰਕਾਰ ਦੇਊਗੀ ਹੀ ਦੇਊਗੀ ਇਹ ਗੱਲ ਬਾਤ ਹੈ ਇਹਦੇ ਵਿੱਚ ਠੀਕ ਹੈ 100 ਦਿਨ ਦਾ ਰੋਜ਼ਗਾਰ ਸਰਕਾਰ ਨੇ ਗਾਰੰਟੀ ਐਕਟ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਮਪਲੋਇਮੈਂਟ ਗਾਰੰਟੀ ਉਹ ਗਾਰੰਟੀ ਜਿੱਥੇ ਲੱਗ ਗਿਆ ਨਾ ਮਤਲਬ ਕਿ ਬਸ ਪੱਕੀ ਗੱਲ ਹੈ ਹੈਨਾ ਚਲੋ ਆ ਇਹ ਬਸ ਗੱਲ ਰਸਣਾ ਚਾਹੂਗਾ ਤਾਂ ਜੀ ਜਿਹੜੇ ਦੋ ਬੈਚਸ ਸੀਗੇ ਰੀਸੈਂਟਲੀ 7 ਜੁਲਾਈ ਨੂੰ ਸ਼ੁਰੂ ਹੋਏ ਇਹਨਾਂ ਦੇ ਪ੍ਰਾਈਸ ਡ੍ਰੌਪ ਹੋ ਚੁੱਕੇ ਨੇ ਤਾਂ ਮੈਂ ਇਹੀ ਗੱਲ ਕਹੀ ਸੀ ਬੈਚ 2.0 ਐਕਸਾਈਜ਼ ਇਨਸਪੈਕਟਰ ਦਾ 2.0 ਤੇ ਪੀ ਟ੍ਰਿਪਲ ਐਸ ਬੀ ਕਲਰਕ ਦਾ 2.0 ਬੈਚ ਇਹ 1380 ਦਾ ਹੋ ਗਿਆ ਐਕਸਾਈਜ਼ ਤੇ ਕਲਰਕ ਹੋ ਗਿਆ 1150 ਦਾ ਤਾਂ ਧਿਆਨ ਰੱਖਣਾ ਹੈ ਨਵੇਂ ਬੈਚ ਵੀ ਆ ਰਹੇ ਨੇ ਬਟ ਮੈਂ ਤੁਹਾਨੂੰ ਹਜੇ ਵੀ ਇਹੀ ਕਹੂੰਗਾ 10 ਦਿਨ ਹੋਏ ਨੇ ਸ਼ੁਰੂ ਹੋਏ ਨੂੰ ਜ਼ਰੂਰੀ ਨਹੀਂ ਯਾਰ ਪੈਸੇ ਪਟਣੇ ਜ਼ਰੂਰੀ ਨਹੀਂ ਪੈਸੇ ਖਰਾਬ ਕਰਦੇ ਘਰ ਦੇ ਇਹ ਤੇ ਜੇ ਕਿਸੇ ਨੇ ਤਿਆਰੀ ਕਰਨੀ ਐਕਸਾਈਜ਼ ਇਨਸਪੈਕ ਬੈਚ ਨੇ ਤੁਸੀਂ એનਰੋਲ ਕਰ ਸਕਦੇ ਹੋ ਅਡਾ 247.com ਤੇ ਜਾਣਾ ਤੇ ਬਸ ਧਿਆਨ ਰੱਖਣਾ 2.0 ਜਿਹਦੇ ਵਿੱਚ 2 ਲਿਖਿਆ ਹੈ ਉਹ ਵਾਲਾ ਬੈਚ ਲੈਣਾ ਤੇ ਡਿਸਕਾਊਂਟ ਲੈਣਾ ਤੁਸੀਂ Y383Y383 ਲੱਕ ਚਲੋ ਕਰੰਟ ਅਫੇਅਰ ਸ਼ੁਰੂ ਕਰਦੇ ਤਾਂ ਜੀ ਨਾਸਕਾਮ ਜੁਆਇੰਸ ਹੈਂਡ ਵਿਦ ਗੂਗਲ ਫॉर ਡਿਜੀਵਾਨੀ ਕਾਲਡ ਸੈਂਟਰ ਤਾਂ ਲਿਖਿਆ ਕਿ ਡਿਜੀਵਾਨੀ ਮਹਿਲਾ ਉਦਯਮੀ ਹੈਲਪਲਾਈਨ ਔਮਨ ਏਮਪਾਵਰਮੈਂਟ ਐਂਡ ਐਂਟਰਪ੍ਰਨੋਰਸ਼ਿਪ ਪ੍ਰੋਗਰਾਮ ਤਾਂ ਬੇਸਿਕਲੀ ਅੱਜਕੱਲ ਹੋ ਕੀ ਰਿਹਾ ਹੈ ਇੰਡਿਆ ਵਿੱਚ ਇੱਕ ਤਾਂ ਸਾਡੇ ਐਮਐਸਐਮਈ ਇੱਕ ਸਾਡੇ ਜਿਹੜੇ স্মਲ ਛੋਟੇ ਸ਼ਹਿਰ ਦੇ ਔਨਟਰਪ੍ਰਨਰ ਆਰਥ ਨੇ ਤੇ ਤੀਜੀ ਗੱਲ ਜੀ ਔਰਤਾਂ ਨੇ ਔਰਤਾਂ ਨੂੰ ਕਾਫੀ ਜ਼ਿਆਦਾ ਉਹ ਕੀਤਾ ਜਾ ਰਿਹਾ ਯਾਰ ਪ੍ਰੇਰਿਤ ਕੀਤਾ ਜਾ ਰਿਹਾ ਕਿ ਤੁਸੀਂ ਯਾਰ ਆਪਣੇ ਪੈਰਾਂ ਤੇ ਖੜੇ ਹੋ ਤੁਸੀਂ ਪੈਸੇ ਨਾਲ ਏਮਪਾਵਰ ਹੋ ਜਾਓ ਤੁਸੀਂ ਔਨਟਰਪ੍ਰਨਰਸ਼ਿਪ ਕਰੋ ਬਸ ਆਪਣਾ ਕੰਮ ਸ਼ੁਰੂ ਕਰੋ ਦੂਜੇ ਜ਼ਰੂਰੀ ਨਹੀਂ ਦੂਜਿਆਂ ਉੱਤੇ ਡਿਪੈਂਡ ਰਹਿਣਾ ਤਾਂ ਉਹਦੇ ਕਰਕੇ ਕੀਦੇ ਨੇ ਨਾਸਕੌਮ ਨੇ ਹੱਥ ਜੋੜੇ ਆ ਗੂਗਲ ਨਾਲ ਹੱਥ ਜੋੜੇ ਮਤਲਬ ਕਿ ਬਸ ਐਮਓਯੂ ਸਾਈਨ ਕੀਤਾ ਕੰਟਰੈਕਟ ਕੀਤਾ ਹੈਨਾ ਹਾਂ ਠੀਕ ਹੈ ਇਹ ਗੱਲਾਂ ਅੱਗੇ ਕੀ ਪੜਦੇ ਨੇ ਆ ਚੱਲ ਕੇ ਆ ਜਾਂਦੇਗੇ ਨਾਸਕੋਮ ਫਾਊਂਡੇਸ਼ਨ ਤੇ ਨਾਲ ਨਾਲ Google ਇਹਨਾਂ ਨੇ ਅਨਾਉਂਸ ਕੀਤਾ ਇੱਕ ਕਾਲ ਸੈਂਟਰ ਲਾਰੇ ਨੇ ਇਨ ਕਲੈਬੋਰੇਸ਼ਨ ਵਿਦ ਇੰਡੀਅਨ ਸੁਸਾਇਟੀ ਆਫ ਐਗਰੀ ਬਿਜ਼ਨਸ ਟੂ ਹੈਲਪ ਊਮਨ ਫਾਰਮਰਸ ਸਕੇਲ ਅਪ देयर ਬਿਜ਼ਨੈਸਸ ਤਾਂ ਇੱਕ ਕੁੜੀਆਂ ਦਾ ਹੀ ਕਾਲ ਸੈਂਟਰ ਕੁੜੀਆਂ ਹੀ ਜਿਹੜੀ ਊਮਨ ਐਂਟਰਪ੍ਰਨਰ ਜਿਹੜੀ ਊਮਨ ਆਲੀਆਂ ਨੇ ਜਿਹੜੀ ਫਾਰਮਿੰਗ ਵਿੱਚ ਨੇ ਉਹਨਾਂ ਲਈ ਹੁਣ ਮੈਨੂੰ ਨਹੀਂ ਪਤਾ ਯਾਰ ਮੈਂ ਅੱਜ ਤੱਕ ਨਹੀਂ ਸੁਣਿਆ ਕੋਈ ਖੇਤ ਵਾਲਾ ਬੰਦਾ ਕਹਿ ਰਿਹਾ ਹੋਵੇ ਕਿ ਨਾ ਉਹ ਅੱਛਾ ਅੱਛਾ ਕੀੜਾ ਲੱਗਿਆ ਫੋਨ ਵੜਾ ਕੇ ਹਾਂਜੀ ਕੀੜਾ ਲੱਗਿਆ ਕਰਦੇ ਕੀ ਆਪਾਂ ਕੀ ਕਰਦੇ ਆ ਜਿਹੜੇ ਹਾਰਟੀਕਲਚਰ ਡਿਪਾਰਟਮੈਂਟ ਵਾਲੇ ਹੁੰਦੇ ਸੀ ਉਹਨਾਂ ਕੋਲ ਚੱਲ ਜਾਂਦੇ ਹਨਾ ਅਗਰੀ ਮੈਨੂੰ ਨਹੀਂ ਪਤਾ ਇਹ ਆਪਣੀ ਜਨਰਲ ਗੱਲ ਹੈ ਇਹਨਾਂ ਨੇ ਜਦੋਂ ਕਰੰਟ ਅਫੇਅਰ ਸਾਡੇ ਲਈ ਹੋ ਗਿਆ ਕਿ ਠੀਕ ਹੈ ਇੱਕ ਅਗਰੀ ਔਰਤਾਂ ਲਈ ਜਿਹੜੇ ਔਰਤਾਂ ਫਾਰਮਿੰਗ ਵਿੱਚ ਨੇ ਉਹਨਾਂ ਨੂੰ ਆਪਣਾ ਬਿਜ਼ਨਸ ਹੋਰ ਵੱਡਾ ਕਰਨ ਲਈ ਨਾਸਕੋਮ ਨੇ ਇੱਕ ਹੈਲਪਲੈਨ ਚ ਲਾਤੀ ਤੇ ਉਹਨਾਂ ਵਿੱਚ ਵੀ ਔਰਤਾਂ ਹੀ ਹੋਣਗੀਆਂ ਨਾ ਕਿ ਉਹਦਾ ਡਿਜੀਵਾਨੀ ਮਮੇ ਵੈਸੇ ਗੱਲ ਕਰ ਰਹੇ ਆ ਵੀ ਮੈਂ ਤਾਂ ਕਦੇ ਫਾਦਰ ਸਾਹਿਬ ਨੂੰ ਦੇਖਿਆ ਨਹੀਂ ਕਿ ਕੀੜਾ ਲੱਗ ਗਿਆ ਉਹਨਾਂ ਨੇ ਫੋਟੋ ਫੋਟੋ ਖਿੱਚ ਕੇ ਲੈ ਕੇ ਜਰੂਰ ਜਾਂਦੇ ਨੇ ਹਾਰਟੀ ਹਾਰਟੀ ਕਲਚਰ ਵਾਲੇ ਕੋਲ ਬਟ ਇਹ ਨਹੀਂ ਕੀਤਾ ਯਾਰ ਕੀੜਾ ਲੱਗ ਗਿਆ ਦੱਸੋ ਕੀ ਕਰੀਏ ਹੈਨਾ ਚਲੋ ਇਹ ਵੀ ਡਿੱਗ ਗਿਆ ਇਹਨੂੰ ਵੀ ਬੁਰਾ ਲੱਗ ਗਿਆ ਚਲੋ ਤਾਂ ਤਾਂ ਡਿਜੀਵਾਨੀ ਕਾਲ ਸੈਂਟਰ ਕੇ ਨੇ ਇਹਨੂੰ ਪਾਇਲਟ ਬੇਸਿਸ ਤੇ ਯਾਨੀ ਕਿ ਇੱਕ ਵਾਰ ਟਰਾਏ ਕੀਤਾ ਜਾ ਰਿਹਾ ਤੇ ਇਨੀਸ਼ੀਅਲੀ ਅਰਾਊਂਡ 20000 ਪੈੰਡੂ ਔਰ ਤਾਂ ਜਿਹੜੀ ਐਂਟਰਪ੍ਰਨਰਸ ਨੇ ਜਿਹੜੀ ਸ਼ੁਰੂਆਤ ਕਰ ਰਹੀ ਨੇ ਆਪਣਾ ਕੰਮ ਦੀ ਸ਼ੁਰੂਆਤ ਕਰ ਰਹੀਆਂ ਨੇ ਉਹਨਾਂ ਨੂੰ ਕਵਰ ਕੀਤਾ ਜਾਊਗਾ ਕ로ਸ 6 ਸਟੇਟਸ ਸਟੇਟਸ ਧਿਆਨ ਰੱਖਣੀਆਂ ਹੁਣ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਹਰਿਆਣਾ ਤੇ ਰਾਜਸਥਾਨ ਠੀਕ ਹੈ ਸਟੇਟ ਯਾਦ ਰੱਖਣੀਆਂ ਦੁਬਾਰੇ ਤੋਂ ਹਿਮਾਚਲ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਹਰਿਆਣਾ ਤੇ ਰਾਜਸਥਾਨ ਇਹ ਬੈਂਕਿੰਗ ਕੇ ਲਿਏ ਸਫੀਸ਼ੀਐਂਟ ਹੈ ਆਰਆਰਬੀ ਨਹੀਂ ਆ ਯਾਰ ਦੇਖ ਪਤਾ ਦੋ ਤਰ੍ਹਾਂ ਦੇ ਸਵਾਲ ਆਉਂਦੇ ਹੈ ਬੈਂਕਿੰਗ ਦੇ ਅੰਦਰ ਇੱਕ ਬੈਂਕਿੰਗ ਮੇ ਆਤੇ ਹੋਤੇ ਜੋ ਮੈਂ ਇਹ ਕਰਾ ਰਹਾ ਹੂੰ ਤਾਂ 80% ਆਪਾਂ ਕਵਰ ਹੋ ਜਾਏਗਾ ਨੋ ਡਾਊਟ 20% ਹੁੰਦੇ ਨੇ ਬੈਂਕਿੰਗ ਵਾਲੇ ਸਵਾਲ ਉਹ ਮੈਂ ਨਹੀਂ ਕਰਾਂਦਾ ਦੇਖੋ ਯਾਰ ਮੈਂ ਉਹ ਝੂਠ ਨਹੀਂ ਬੋਲਣਾ ਚਾਹੁੰਦਾ ਕਿ ਤੁਸੀਂ ਮੇਰੇ ਕੋਲ ਆ ਕੇ ਪੜੋ ਮੇਰੇ ਕੋਲ ਆ ਕੇ ਪੜੋ ਹੈ ਨਾ ਮੇਰੇ ਲਾਈਵ ਵੱਜੋ ਮੇਰੇ ਵੀਓ ਵੱਜੋਗੇ ਨਹੀਂ ਯਾਰ ਆਪਾਂ ਐਟ ਇੰਦੀ ਐਂਡ ਆਪਾਂ ਨੌਕਰੀ ਦੀ ਤਿਆਰੀ ਕਰਾ ਰਹੇ ਹਾਂ ਕਈ ਮੈਨੇ ਦੇਖਿਆ YouTube ਤੇ ਕਈ ਵੱਡੇ ਵੱਡੇ ਪੜਾਉਣ ਵਾਲੇ ਵੀ ਹਨਾ ਹਜ਼ਾਰਾਂ ਉਹਨਾਂ ਕੋਲ ਆਂਦੇ ਨੇ ਬੱਚੇ ਨਾ ਲਾਈਵ ਬਟ ਯਾਰ ਉਹ ਬੇਵਕੂਫ ਹੋ ਬਣਾਉਂਦੇ ਨੇ ਮੈਨੂੰ ਬਹੁਤ ਬੁਰਾ ਲੱਗਦਾ ਠੀਕ ਹੈ ਸਭ ਕੁਝ ਲਿਖ ਦੇ ਦਿੰਦੇ ਨੇ ਕਿ ਸਭ ਦੀ ਤਿਆਰੀ ਹੁੰਦੀ ਹੈ ਤੇ ਨਹੀਂ ਹੁੰਦੀ ਮੈਥੋਂ ਉਹ ਨਹੀਂ ਕੰਮ ਹੁੰਦਾ ਤਾਂ ਸਿੱਧੀ ਜੀ ਗੱਲ ਹੈ ਬੈਂਕ ਦਾ ਬੈਂਕਿੰਗ ਵਾਲਾ ਪੋਰਸ਼ਨ ਛੱਡ ਕੇ ਹੁਣ ਯਾਰ ਰੈਪੋ ਰੇਟ ਰਿਵਰਸ ਰੈਪੋ ਰੇਟ ਬੇਸਿਕ ਜਿਆ ਤੁਹਾਨੂੰ ਮੈਂ ਦੱਸ ਦੂੰਗਾ ਬਟ ਯਾਰ ਅੰਦਰ ਜਾ ਕੇ ਹੁਣ ਸਾਡੇ ਹੋਰ ਪੇਪਰ ਰੈਲੇਵੈਂਟ ਨਹੀਂ ਹੁੰਦੇ ਕਿ ਇੰਸ਼ੋਰੈਂਸ ਵਾਲੀ ਕਿਹੜੀ ਨਵਾਂ ਨਵਾਂ ਟਾਈਪ ਹੋ ਗਿਆ ਕੀ ਹੋ ਗਿਆ ਕੀ ਨਹੀਂ ਹੋ ਗਿਆ ਤਾਂ ਉਹ ਨਹੀਂ ਬੈਂਕਿੰਗ ਛੱਡ ਕੇ ਬਾਕੀ ਸਾਰਾ ਹੋ ਜਾਊਗਾ ਯਾਰ ਠੀਕ ਹੈ ਯਾਰ ਪੰਜਾਬ ਨੇ ਇਨਕਲੂਡ ਕੀਤਾ ਨਹੀਂ ਚਲੋ ਤਾਂ ਇਹ ਗੱਲਾਂ ਬਹੁਤ ਇੰਪੋਰਟੈਂਟ ਨੇ ਦੋਨਾਂ ਲਈ ਨਾਸਕਾਮ ਦਾ ਵੀ ਇੰਪੋਰਟੈਂਟ ਹੈ ਗੂਗਲ ਦਾ ਵੀ ਇੰਪੋਰਟੈਂਟ ਹੈ ਗੂਗਲ ਸਾਨੂੰ ਪਤਾ ਸੁੰਦਰ ਪਿਚਾਈ ਠੀਕ ਹੈ 1998 ਹੈਡਕਵਾਰਟਰ ਇਨ ਕੈਲੀਫੋਰਨੀਆ ਤਾਂ ਨਾਸਕਾਮ ਵੀ ਉਹ ਤੋਂ ਜ਼ਿਆਦਾ ਇੰਪੋਰਟੈਂਟ ਹੈ ਚੇਅਰ ਪਰ ਸਿਰ ਕ੍ਰਿਸ਼ਨਨ ਰਾਮਨੂਜਮ ਠੀਕ ਹੈ ਹੈਡਕਵਾਰਟਰ ਨਈ ਦਿੱਲੀ ਫਾਊਂਡੇਡ ਇਨ 1988 ਦੋਨੇ ਗੱਲਾਂ ਬਹੁਤ ਇੰਪੋਰਟੈਂਟ ਨੇ ਹਬ ਤੋਂ ਇੰਪੋਰਟੈਂਟ ਗੱਲ ਤਾਂ ਇਹੀ ਹੈ ਕਾਲ ਸੈਂਟਰ ਦਾ ਨਾਂ ਗੂਗਲ ਨਾਸਕਾਮ ਡੀਜੀ ਵਾਨੀ ਠੀਕ ਹੈ ਛੇ ਸਟੇਟਾਂ ਦੇ ਨਾਂ ਤੇ ਇੱਕ ਸੁਸਾਇਟੀ ਸੀ ਸੁਸਾਇਟੀ ਦਾ ਨਾਂ ਯਾਦ ਹੈ ਕਿਸ ਨੂੰ ਮੈਂ ਆ ਭੁੱਲ ਗਿਆ ਸੁਸਾਇਟੀ ਦਾ ਨਾਂ ਕੀ ਸੀ ਚਲ ਯਾਰ ਉਹ ਸੁਸਾਇਟੀ ਦਾ ਨਾਂ ਸੀ ਇੰਡੀਅਨ ਸੁਸਾਇਟੀ ਆਫ ਐਗਰੀ ਬਿਜ਼ਨਸ professionals ਤਾਂ ਇਹ ਸੁਸਾਇਟੀ ਦਾ ਨਾਂ ਇਹ ਵੀ ਗਲਤ ਧਿਆਨ ਰੱਖੋਗੇ ਠੀਕ ਹੈ ਯਾਰ ਚਲੋ ਅਗਲਾ ਤਾਜੀ ਵਰਲਡ ਦੀ ਗ੍ਰੇਟੈਸਟ ਪਲੇਸਿਸ ਆਫ 2022 ਵਿੱਚ ਤਾਂ ਜੀ ਕੇਰਲਾ ਤੇ ਅਹਮਦਾਬਾਦ ਟੌਪ 50 ਵਿੱਚ ਆਈਆਂ ਨੇ ਤਾਂ ਜੀ ਬਸ ਕੱਟਦੇ ਰਹਿੰਦੇ ਨੇ ਬੇਲੇ ਯਾਰ ਕੀ ਲੋੜ ਐ ਇਹੋ ਜੀ ਰੈਂਕਿੰਗ ਦੀ ਕੁਝ ਵੀ ਲੋੜ ਨਹੀਂ ਐ ਉਹ ਹੁੰਦਾ ਨਹੀਂ ਅੱਜ ਕੱਲ ਵੀ ਕਈ ਸਰਕਾਰੀ ਅਫਸਰ ਦਫਤਰਾਂ 'ਚ ਹੁੰਦਾ ਵੀ ਖਾਣਾ ਖਾਂਦੇ ਨੂੰ ਕੀ ਕਰੀਏ ਦੇਖ ਲੈ ਸਰ ਕੀ ਕਰਾਂ ਤੁਤੀ ਉਹ ਵਾਲੇ ਕੰਮ ਕਰਾਣਾ ਤਾਂ ਆਪੇ ਬਸ ਕਰਤਾ ਵਰਲਡ ਦੀ ਗ੍ਰੇਟੈਸਟ ਪਲੇਸਿਸ ਆਫ 2022 ਕੇਰਲਾ ਤੇ ਹੁੰਦਾ ਬਾ ਟੌਪ ਪੰਜਾਬ ਵਿੱਚ ਪਤਾ ਨਹੀਂ ਕਿਉਂ ਤਾਂ ਜੀ ਟਾਈਮ ਮੈਗਜ਼ੀਨ ਵਾਲਿਆਂ ਨੇ ਕੱਢੀ ਹੈ ਲਿਸਟ ਆਫ ਦੁਨੀਆ ਦੀ 50 ਗ੍ਰੇਟੈਸਟ ਪਲੇਸਿਸ ਇਹਨਾਂ ਵਿੱਚ ਐਕਸਟਰਾਆਰਡੀਨਰੀ ਆ ਫਿਰ ਬਹੁਤ ਹੀ ਕਹਿੰਦੇ ਓਹੋ ਹੋ ਚੱਕਵੀ ਕਹਿੰਦੇ ਅੱਖਾਂ ਨੂੰ ਕਹਿੰਦੇ ਰੋਸ਼ਨੀ ਮਿਲ ਗਈ ਰੋਸ਼ਨੀ ਮਿਲ ਗਈ ਅੱਖਾਂ ਨੂੰ ਠੰਡਕ ਮਿਲ ਗਈ ਇਹੋ ਜਿਹਾ ਕੁਝ ਇਹਨਾਂ ਨੇ ਕੰਮਕਾਰ ਕਰਤਾ ਤਾਂ ਪਲੇਸਿਸ ਦੇਖ ਲੋ ਤਾਂ ਜੀ ਟਾਪ 11 ਵਿੱਚ ਆਪਾਂ ਆ ਜਾਨੇ ਆ ਸਭ ਤੋਂ ਗ੍ਰੇਟੈਸਟ ਪਲੇਸ ਦਾ ਨਾਮ ਕਿਹਨੂੰ ਦਿੱਤਾ ਰਸ ਅਲ ਖਾਇਮਾ ਯੂਏਈ ਨੂੰ ਠੀਕ ਹੈ ਰਸ ਅਲ ਖਾਇਮਾ ਯੂਏਈ ਨੂੰ ਦਿੱਤਾ ਗਿਆ ਇਹ ਦੂਜੇ ਨੰਬਰ ਤੇ ਪਾਕ ਸਿਟੀ ਯੂਟਾ ਤੇ ਗੈਲਾ ਪੈਗਾਸ ਆਈਲੈਂਡ 1 2 3 ਤਾਂ ਤੁਸੀਂ ਧਿਆਨ ਰੱਖੋਗੇ ਬਾਕੀ ਫਿਰ ਨੌਵੇਂ ਨੰਬਰ ਤੇ ਕੇਰਲਾ ਤੇ 11ਵੇਂ ਤੇ ਅਹਮਦਾਬਾਦ ਅੱਛਾ ਇੱਕ ਮੈਂ ਦੱਸ ਦੂੰ ਮੈਂ ਇਹਦੇ ਕਰ ਰਿਹਾ ਸੀ ਹੁੱਕ ਕੇ ਦਿਖਾਇਆ ਮੈਂ ਸੱਚੀ ਨਹੀਂ ਕੀਤਾ ਮੈਂ ਐਕਟਿੰਗ ਕੀਤੀ ਹੈ ਕਿਤੇ ਕੋਈ ਸੋਚੇ ਕਿ ਸਰ ਗੰਦੇ ਛੀ ਇੱਕ ਮੈਂ ਨਹੀਂ ਦੇਖਦੀ ਕਲਾਸ ਮੈਂ ਦੇਖਦਾ ਕਲਾਸ ਐਕਟਿੰਗ ਕੀਤੀ ਸੀ ਮੈਂ ਠੀਕ ਹੈ ਇਹ ਗੱਲਾਂ ਕਰਨ ਲੱਗੇ ਕਰੰਟ ਅਫੇਅਰ ਇੰਗਲਿਸ਼ ਚ ਹੁੰਦੇ ਨੇ ਪੰਜਾਬੀ ਚ ਆਪਾਂ ਤਾਂ ਦੋਨੇ ਚ ਕਰਾਨਾ ਹੈ ਸਾਨੂੰ ਤਾਂ ਫਰਕ ਹੀ ਨਹੀਂ ਪੈਂਦਾ ਯਾਰ ਤਾਂ ਧਿਆਨ ਰੱਖ ਲੈਣਾ ਬਸ ਠੀਕ ਹੈ ਕੇਰਲਾ ਦੀ ਰੈਂਕ ਹੈ 9ਵੇਂ ਨੰਬਰ ਤੇ ਅਹਮਦਾਬਾਦ ਹੈ 11ਵੇਂ ਤੇ ਪਹਿਲੇ ਤੇ ਰਾਸ਼ਾ ਸਾਲ ਖਮਾਇਆ ਯੂਏਈ ਚਲੋ ਤਾਂ ਜੇ ਕੇਰਲਾ ਬਿਕਮਸ ਫਰਸਟ ਸਟੇਟ ਟੂ ਹੈਵ ਇਟਸ ਓਨ ਇੰਟਰਨੈਟ ਸਰਵਿਸ ਆਪਾਂ ਲੱਗ ਗੱਲ ਗੱਲ ਕਰ ਲਈ ਸੀ ਮੈਂ ਤਾਂ ਸਾਡੇ ਨਾਲ ਸਟਡੀ ਆਈਕਿਊ ਵਾਲੇ ਵੀ ਬੈਠੇ ਹੁੰਦੇ ਤਾਂ ਮੈਡਮ ਨਾਲ ਇੱਕ ਨਾਲ ਗੱਲ ਕਰਦਾ ਸੀ ਮੈਂ ਮੈਂ ਕਹਾ ਕੇਰਲਾ ਨਾ ਉਹ ਉੱਠ ਚੁੱਕਾ ਹੈ ਹੁਣ ਉਹ ਤੋਂ ਵੀ ਇੰਡੀਆ ਕੀ ਕਰ ਰਿਹਾ ਨਾ ਇੰਡੀਆ ਕਰ ਰਿਹਾ ਵੀ ਹਾਂਜੀ ਆਪਾਂ ਯਾਰ ਬੇਰੁਜ਼ਗਾਰੀ ਦੂਰ ਕਰਨੀ ਹੈ ਭੁੱਖ ਮਰੀ ਹੋ ਰਹੀ ਹੈ ਤੇ ਸਫਾਈ ਨਹੀਂ ਹੋ ਰਹੀ ਹੈ ਨਾ ਬੱਚੇ ਸਕੂਲ 'ਚ ਨਹੀਂ ਜਾ ਰਹੇ ਪੜਾਈ ਕੱਟ ਹੋ ਰਹੀ ਹੈ ਡ੍ਰੌਪ ਆਊਟ ਬਹੁਤ ਨੇ ਸਕੂਲ ਛੱਡ ਕੇ ਬਹੁਤ ਜਾ ਰਹੇ ਨੇ ਤੇ ਕੇਰਲਾ ਕੇਰਲਾ ਬਣ ਚੁੱਕਾ ਹੈ ਇੰਡੀਆ ਤੇ ਯੂਰਪ ਯੂਰਪ ਆਣਾ ਨੂੰ ਫਰਕ ਨਹੀਂ ਪड़ਦਾ ਯੂਰਪ ਚ ਰੋਜ਼ਗਾਰੀ ਵੀ ਨਹੀਂ ਹੈ ਭੁੱਖਮਰੀ ਵੀ ਨਹੀਂ ਹੈ ਠੀਕ ਹੈ ਬੱਚੇ ਵੀ ਸਕੂਲ ਚ ਜਾ ਰਹੇ ਨੇ ਪੜੇ ਲਿਖੇ ਲੋਕ ਨੇ ਲਿਟਰੇਸੀ ਰੇਟ ਓਹੋ ਹੋ ਤੇ ਉਹ ਹੁਣ ਕਿਹੋ ਜਿਹੇ ਕੰਮ ਕਰ ਰਹੇ ਨੇ ਕਿ ਯਾਰ ਹੁਣ ਆਪਾਂ ਕਲਾਈਮੇਟ ਨੂੰ ਕਿੱਦਾਂ ਬਚਾਈਏ ਹੈ ਨਾ ਉਹ ਬਹੁਤ ਟਾਈਮ ਪਾਸ ਗੱਲਾਂ ਕਰਨ ਲੱਗੇ ਨੇ ਬਹੁਤ ਜ਼ਿਆਦਾ ਮਤਲਬ ਇਹ ਤਾਂ ਐਗਜ਼ਾਮਪਲ ਦਿੱਤਾ ਬਹੁਤ ਜ਼ਿਆਦਾ ਟਾਈਮ ਪਾਸ ਕਰਨ ਲੱਗੇ ਨੇ ਕਿਉਂਕਿ ਬੇਸਿਕ ਚੀਜ਼ਾਂ ਪੂਰੀ ਕਰ ਚੁੱਕੇ ਨੇ ਉਹੀ ਹਾਲ ਹੈ ਇਹਨਾਂ ਦਾ ਪਹਿਲਾਂ ਇਹਨਾਂ ਨੇ ਆਪਣਾ ਲਾਂਚ ਕੀਤਾ OTT ਪਲੇਟਫਾਰਮ ਕਹਿੰਦੇ ਕਿਉਂ ਕਹਿੰਦੇ ਜਿਹੜੇ Amazon Netflix ਵਗੈਰਾ ਨੇ ਹੈ ਨਾ ਇਹ ਸਾਡੀ ਪਿਕਚਰਾਂ ਦਿਖਾਉਂਦੇ ਕਹਿੰਦੇ ਜਿਹੜੀ ਹਿੱਟ ਹੋਗੀ ਬਹੁਤ ਕੋਈ ਪਿਕਚਰ ਚੱਕਵੀਂ ਪਿਕਚਰ ਹੋਗੀ ਉਹਨੂੰ ਦਿਖਾਉਂਦੇ ਨੇ ਆਪਣਾ OTT ਪਲੇਟਫਾਰਮ ਦਿੱਤਾ हूँ कहें अच्छा लोगों को इंटरनेट की जरूरत है चक फ्री इंटरनेट तीन ने की पहली स्टेट आ चुकी है तो टू हैव इट्स ओन इंटरनेट सर्विस तो देखो गलबात हूँ त केरला फाइबर ऑप्टिक नैटवर्क लिमिटेड के फोन कहा जा रहा है ठीक है केरला फाइबर ऑप्टिक नैटवर्क लिमिटेड एक एम्बीशियस आई टी इंफ्रास्ट्रक्चर प्रोजेक्ट है करना की है इन्हों ने बस फ्री इंटरनेट देना है फ्री इंटरनेट देना इन्होंने नेंद्र कौर मैंने एक्चुअली दिख नहीं रहा बहुत सारे कमेंट आ रहे हैं इधर ध्यान देव उधर ध्यान ਐਂਡ ਵਿੱਚ ਐਂਡ ਤੱਕ ਰੁਕ ਜਾ ਯਾਰ ਗੱਲਾਂ ਗੁੱਲਾਂ ਨਾ ਜਿਹੜੀ ਆਊਟ ਆਫ ਇਹਦੋਂ ਇਹ ਤੋਂ ਜਿਹੜੀ ਅਨ ਰਿਲੇਟਡ ਗੱਲਾਂ ਨੇ ਸੌਰੀ ਟੂ ਸੇ ਵਿੱਚ ਨਹੀਂ ਕਰੂੰਗੇ ਬਾਅਦ ਤੇ ਕਰਾਂਗੇ ਤਾਂ ਕੇਰਲਾ ਬਣ ਚੁੱਕੀ ਹੈ ਪਹਿਲੀ ਤੇ ਕੱਲੀ ਕੰਟਰੀ ਕੰਟਰੀ ਕਰ ਰਹੀ ਪਹਿਲਾ ਰਾਜ ਆਪਣੇ ਇੱਕ ਇੰਟਰਨੈਟ ਸਰਵਿਸ ਦੇ ਰਹੀ ਹੈ ਮੈਂ ਕਿ ਜਿੱਦਾਂ ਮੈਂ ਕਿਹਾ ਕੇਰਲਾ ਹੈ ਕੇਰਲਾ ਤੇ 오ਡੀਸ਼ਾ ਇਹ ਦੋਨੇ ਨੇ ਯੂਰਪ ਆਫ ਇੰਡੀਆ ਇਹ ਬੇਸਿਕ ਸਭ ਕੁਝ ਕਰ ਚੁੱਕੇ ਨੇ ਹੁਣ ਇਹੋ ਜਿਹੇ ਕੰਮ ਰਹਿ ਗਏ ਨੇ OTT ਪਲੇਟਫਾਰਮ ਦੀ ਕੀ ਲੋੜ ਸੀ ਕਹਿੰਦੇ ਕਰਨਾ ਕੀ ਕੁਝ ਤਾਂ ਕੰਮ ਕਰਨਾ ਲੋ ਅਫਸਰਾਂ ਨੂੰ ਚਲੋ ਫ੍ਰੀ ਇੰਟਰਨੈਟ ਦੀ ਕੀ ਲੋੜ ਸੀ ਕਹਿੰਦੇ ਲਓ ਸਰਨੋ ਬਟ ਬੇਸਿਕ ਜਿਹੜਾ ਪੁਆਇੰਟ ਹੈ ਨਾ ਉਹ ਵੀ ਠੀਕ ਹੈ ਡਿਜੀਟਲ ਡਿਵਾਈਡ ਆਪਾਂ ਗੱਲ ਕਰਦੇ ਸ਼ਹਿਰਾਂ ਵਿੱਚ ਤੁਸੀਂ ਦੇਖੋ ਤਾਂ ਇੰਟਰਨੈਟ ਦੀ ਯੂਜ਼ੇਜ ਬਹੁਤ ਜ਼ਿਆਦਾ ਹੈ ਪਿੰਡਾਂ ਵਿੱਚ ਬਹੁਤ ਘੱਟ ਹੈ ਕਿਉਂ ਇੱਕ ਤਾਂ ਲੋਕ ਅਵੇਅਰ ਨਹੀਂ ਹੈ ਹਜੇ ਵੀ ਡਰਦੇ ਨੇ ਕਿ ਪੇਟੀਐਮ ਯੂਜ਼ ਕਰੂੰਗਾ ਤਾਂ ਮੇਰਾ ਪੈਸਾ ਚੋਰੀ ਹੋ ਜਾਊਗਾ ਕਿਉਂਕਿ ਉਹਨਾਂ ਦੀ ਵੀ ਗਲਤੀ ਨਹੀਂ ਯਾਰ ਕਈ ਵਾਰੀ ਹੁੰਦਾ ਕਿ ਇਹ ਦੇਖੋ ਸਾ ਮੇਰੇ ਵਰਗਾ ਯਾਰ ਕਿਤੇ ਮੈਂ Google Pay ਪੇਮੈਂਟ ਕਰਕੇ ਆਉਂ ਤੇ Google Pay ਮੇਰਾ ਹਮੇਸ਼ਾ ਫਸਦਾ ਫਸਦਾ ਹੈ ਮੋਸਟਲੀ 80% ਆਫ ਦਾ ਟਾਈਮ ਰੁਕ ਜਾਂਦਾ ਹੈ ਬਟ ਮੈਨੂੰ ਪਤਾ ਯਾਰ ਮੈਂ ਕਿੱਥੇ ਕਸਟਮਰ ਕੇਅਰ ਤੇ ਕਾਲ ਬਟ ਯਾਰ ਪਿੰਡ ਵਾਲਾ ਬੰਦਾ ਜਿਹੜਾ ਮੰਨ ਲਓ ਉਹਨਾਂ ਲਿਟਰੇਟ ਨਹੀਂ ਹੈ ਉਹਨਾਂ ਡਿਜੀਟਲੀ ਸਾਊਂਡ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਉਹ ਕਿੱਥੇ ਯਾਰ ਕਸਟਮਰ ਕੇਅਰ ਲੱਭੂਗਾ ਫਿਰ 1 ਦਬੂਗਾ 2 ਦਬੂਗਾ ਹਿੰਦੀ ਕੇ ਲੀਏ 1 ਦਬਾਏ ਇੰਗਲਿਸ਼ ਕੇ ਲੀਏ 2 ਪੰਜਾਬੀ ਕੇ ਲੀਏ 3 ਦਬਾਏ ਨਹੀਂ ਤਾਂ ਬਾਹਰ ਮੇ ਜਾਏ ਤਾਂ ਉਹ ਥੋੜਾ ਜਿਹਾ ਕੰਮ ਹੋ ਜਾਂਦਾ ਹੈ ਵੱਡਾ ਤਾਂ ਉਹਦੇ ਲਈ ਕੀਤਾ ਗੱਲ ਠੀਕ ਵੀ ਹੈ ਇੱਕ ਹਿਸਾਬ ਨਾਲ ਯੂਪੀ ਨੇ ਵੀ ਫ੍ਰੀ ਵਾਈਫਾਈ ਦਿੱਤਾ ਬਿਲਕੁਲ ਚਲੋ ਓਕੇ ਤਾਂ ਇਹ ਇਹਦਾ ਅਨਾਉਂਸਮੈਂਟ ਸੀ ਜਿਹੜੀ ਜਿਹੜੀ ਜਿੱਦਾਂ ਕਿਹੜੀ ਮੂਵੀ ਆਹੋ ਅ ਕੈਰੀ ਉਹ ਜਟਾ ਸਿੰਘ ਵਰਸਸ ਕਾਰਕਾ ਜਿੱਦਾਂ ਇਹਦੀ ਨੌਨ ਸਕਿੰਡ ਸੀ ਜਿਹੜੀ ਤਾਂ ਉਹ ਕੇਰਲਾ ਦੇ ਫਾਈਨੈਂਸ ਮਿਨਿਸਟਰ ਥੋਮਸ ਆਇਸੈਕ ਨੇ ਕਹੇਤੀ ਸੀ ਨਹੀਂ ਯਾਦ ਕਰਨਾ ਬਸ ਇਹ ਤੁਹਾਨੂੰ ਦੱਸਣ ਲਈ ਹੈ ਕਿ ਇਹਨੂੰ ਪਹਿਲਾ ਆਰਗ ਅਨਾਉਂਸ ਕਰਤਾ ਗਿਆ ਸੀਗਾ ਤਾਂ ਕੈਬਨਿਟਰ ਨੇ ਅਪਰੂਵ ਕੀਤਾ 1548 ਕਰੋੜ ਰੁਪਏ ਕੇਰਲਾ ਫਾਈਬਰ ਆਪਟਿਕ ਨੈਟਵਰਕ ਕੇ ਫੋਨ ਲਈ ਟੂ ਐਵਰੀ ਹਾਊਸਹੋਲਡ ਇਨ ਦਾ ਸਟੇਟ ਤੇ ਇਟ ਊਡ ਬੀ ਫ੍ਰੀ ਫਾਰ 20 ਲੱਖ ਬਿਲੋ ਪਾਵਰਟੀ ਲੈਵਲ ਫੈਮਿਲੀਜ਼ ਤਾਂ ਸਾਰਿਆਂ ਨੂੰ ਮਿਲੂਗਾ ਬਟ 20 ਲੱਖ ਜਿਹੜੀ ਬੀਪੀਐਲ ਫੈਮਿਲੀਜ਼ ਨੇ ਉਹਨਾਂ ਨੂੰ ਸਸਤਾ ਉਹਨਾਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲੂਗਾ ਹੁਣ ਉਹੀ ਗੱਲ ਆ ਯਾਰ ਵੀ ਆਪਣਾ ਜਿਹੜਾ ਪਰ ਪਰ ਸਕਦਾ ਹੁਣ ਜਿੱਦਾਂ ਦਿੱਲੀ ਚ ਮੁਫਤ ਇਲੈਕਟ੍ਰਿਸਿਟੀ ਦੇ ਰਹੇ ਹੁਣ ਕਈ ਰੋਲਾ ਪਾ ਰਹੇ ਸੀ ਕਿ ਮੁਫਤ ਦੇ ਰਹੇ ਮੁਫਤ ਦੇ ਰਹੇ ਮੁਫਤ ਦੇ ਰਹੇ ਕੇਜਰੀਵਾਲ ਜੀ ਨੇ ਕਿਹਾ ਹਾਂ ਜੀ ਹਰ ਜੀ ਨੇ ਨਹੀਂ ਲੈਣੀ ਦੇ ਦੇ ਦੋ ਪੈਸੇ ਯਾਰ ਸਾਨੂੰ ਕੀ ਸਾਡਾ ਕੀ ਹੈ ਆਪਾਂ ਤਾਂ ਦੀ ਨਕੱਟੀ ਜਾਂਦੇ ਆ ਹੈਨਾ ਉਹ ਹਿਸਾਬ ਕਿਤਾਬ ਬਾਕੀ ਨੂੰ ਆਬਵੀਅਸਲੀ ਯਾਰ ਥੋੜੀ ਨੋਰਮਲ ਫੀ ਹੋਣੀ ਤੇ ਬਾਕੀ 20 ਲੱਖ ਬੀਪੀਐਲ ਵਾਲੇ ਨੂੰ ਫ੍ਰੀ ਆਫ ਕੋਸਟ ਠੀਕ ਹੈ ਚਲੋ ਆ ਰੋ ਆ ਰੋ ਤਾਂ ਚਾਈਲਡ ਆਫ ਰਿਫਿਊਜੀਜ਼ ਬਿਕਮਸ ਜਨਵਰੀ ਜਨਵਰੀਜ਼ ਜਰਮਨੀਜ਼ ਫਰਸਟ ਬਲੈਕ ਫੀਮੇਲ ਕੈਬਨਿਟ ਮਿਨਿਸਟਰ ਤਾਂ ਜੀ ਇਹ ਵੀ ਬਹੁਤ ਇੰਪੋਰਟੈਂਟ ਹੈ ਇੱਕ ਵਾਰ ਯਾਰ ਸੈਸ਼ਨ ਨੂੰ ਸ਼ੇਅਰ ਕਰ ਦਿਓ ਯਾਰ ਤੁਸੀਂ ਕੀ ਕਰ ਰਹੇ ਹੋ ਯਾਰ ਸਵਾਦ ਨਹੀਂ ਆ ਰਹਾ ਚਲੋ ਤੁਹਾਨੂੰ ਵੀਡੀਓ ਦਿਖਾਣਾ ਮੈਂ ਕਹਿੰਨਾ ਇਹ ਚਲੋ ਫਿਰ ਤੁਸੀਂ ਸ਼ੇਅਰ ਜ਼ਰੂਰ ਕਰਦੇ ਇੱਕ ਵਾਰ ਲਾਈਕ ਜ਼ਰੂਰ ਕਰਦੇ ਹੈਨਾ ਵੀਡੀਓ ਦਿਖਾਣਾ ਤੁਹਾਨੂੰ ਤੁਸੀਂ ਵੀ ਬੋਰ ਹੋਗੇ ਕਿ ਸਰ ਫੋਟੋ 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 ਚਲਾਈ ਹੋਈਆਂ ਨੇ ਵੀਡੀਓ ਟਰਾਲਾ ਦੇਖੋ ਸਾਹਿਬ ਕਥਾਬ ਉਹ ਮੈਂ ਕਾਫੀ ਵੀਡੀਓਾਂ ਚੱਕੀਆਂ ਨੇ ਤਾਂ ਇਥੋਂ ਸ਼ੁਰੂ ਕਰਦੇ ਹਾਂ ਕੱਲ ਮੈਂ ਬੜਾ ਟਾਈਮ ਨਾਲ ਨਾਲ ਮੈਂ ਰੀਜ ਨਾਲ ਲਾ ਕੇ ਮੈਂ ਬਹੁਤ ਰਾਤੀ 3 ਵਜੇ ਤੱਕ ਬੈ ਕੇ ਮੈਂ ਬਣਾਈ ਪੀਪੀਟੀ ਮੈਂ ਕਿਹਾ ਚਲੋ ਯਾਰ ਚਾਜ ਨਾ ਬਣਾਈਏ ਤਾਂ ਜੀ ਆਈਐਨਐਸ ਸਿੰਧੂ ਦਵਜ ਡੀ ਕਮਿਸ਼ਨ ਹੋ ਚੁੱਕੀ ਆਫਟਰ 35 ਇਅਰਸ ਆਫ ਗਲੋਰੀਅਸ ਸਰਵਿਸ ਤਾਂ ਇਹ ਜਿਹੜੀ ਕਾਫੀ ਸਾਰੀ ਡੀ ਕਮਿਸ਼ਨ ਹੋ ਰਹੀਆਂ ਨੇ ਕਿਸ਼ਤੀਆਂ ਹੋ ਰਹੀਆਂ ਨੇ ਇਹ ਤਾਂ ਸਬਮਰੀਨ ਹੈ ਤਾਂ ਜੀ ਇਹ ਬਹੁਤ ਇੰਪੋਰਟੈਂਟ ਹੈ ਇਹ ਇਹਨਾਂ ਦਾ ਲੋਗੋ ਸੀ ਇਹ ਵੀ ਪੁੱਛ ਸਕਦੇ ਨੇ ਆ ਸ਼ਾਰਕ ਜੀ ਬਣੀ ਹੋਈ ਹੈ ਤਾਂ ਇਹਨੂੰ 35 ਸਾਲ ਹੋ ਚੁੱਕੇ ਨੇ ਸਬਮਰੀਨ ਨੂੰ ਤੇ ਐਟ ਲਾਸਟ ਇਨ ਦੀ ਐਂਡ ਹੁਣ ਜਾ ਕੇ ਇਹਨੂੰ ਡੀ ਕਮਿਸ਼ਨ ਕੀਤਾ ਗਿਆ ਕਿ ਇਹਨੂੰ ਆਈਐਨਐਸ ਸਿੰਧੂ ਦਵਜ ਨੂੰ ਤੇ ਜਿਹੜਾ ਕੋਈ ਰੀਸੈਂਟ ਵਿੱਚ 4-5 ਦਿਨ ਤੋ ਕਲਾਸ ਲਾਣੇ ਸ਼ੁਰੂ ਹੋਇਆ ਤਾਂ ਆਪਾਂ ਹਾਂਜੀ ਵੀਡੀਓਜ਼ ਵਗੈਰਾ ਪੂਰਾ ਪ੍ਰੋਪਰ ਆਪਾਂ ਕੰਮ ਕਰੀਦਾ ਹੈ ਇਹ ਵਿੱਚ ਵਿੱਚ ਕਦੇ ਜਦੋਂ ਜਿਆਦਾ ਹੀ ਸਟ्रेस ਜਿਆਦਾ ਆ ਜਾਂਦਾ ਨਾ ਜਿਆਦਾ ਕੰਮ ਦਾ ਬਲੋਡ ਆ ਜਾਂਦਾ ਤਾਂ ਥੋੜੀ ਕਿਉਂਕਿ ਲੱਪਣੀ ਔਖੀ ਆ ਲੱਪਣ ਦਾ ਵੀ ਕੰਮ ਔਖਾ ਨਹੀਂ ਹੈ ਕੰਮ ਉਹ ਹੈ ਵੀ ਉਹ ਵੀਡੀਓ ਚੱਕਣੀ ਪੈਂਦੀ ਜਿੱਥੇ ਕਾਪੀਰਾਈਟ ਨਾ ਆਵੇ ਕਿਉਂਕਿ ਇਹ ਕਾਪੀਰਾਈਟ ਬਹੁਤ ਆ ਜਾਂਦੇ ਨੇ ਕਾਪੀਰਾਈਟ ਦਾ ਮਤਲਬ ਵੀ ਵੀਰ ਕਿਸੇ ਨੇ ਵੀਡੀਓ ਬਣਾਈ ਹੋਈ ਹੈ ਮੈਂ ਉਹਦੀ ਕਾਪੀ ਕਰ ਲਈ ਤਾਂ ਸਾਡੇ ਉੱਤੇ ਸਟ੍ਰਾਈਕ ਲਾ ਦਿੰਦੇ ਨੇ ਵੀਡੀਓ ਹਟ ਜਾਂਦੀ ਹੈ ਤਾਂ ਉਹ ਥੋੜਾ ਜਿਹਾ ਟਾਸਕ ਰਹਿੰਦਾ ਤਾਂ ਬਾਕੀ ਆਈਐਨਐ ਸਿੰਧੂ ਦਵਜ ਬਾਰੇ ਇਹੀ ਗੱਲਾਂ ਨੇ 35 ਸਾਲ ਦੀ ਸਰਵਿਸ ਤੋਂ ਬਾਅਦ ਇਹਨੂੰ ਡੀਕਮਿਸ਼ਨ ਕੀਤਾ ਗਿਆ ਤਾਂ ਕੀ ਕਹਿੰਦੇ ਨੇ ਤਾਂ ਨੇਵੀਜ਼ ਕਿਲੋ ਕਲਾਸ ਸਬਮਰੀਨ ਇਹ ਪੇਪਰ 'ਚ ਸਵਾਲ ਆ ਸਕਦਾ ਕਿਹੜੀ ਕਲਾਸ ਦੀ ਹੈ ਤਾਂ ਨਹੀਂ ਕਿਲੋ ਠੀਕ ਹੈ ਕਿਲੋ ਕਲਾਸ ਸਬਮਰੀਨ ਆਈਐਨਐ ਸਿੰਧੂ ਦਵਜ ਇਹਨੂੰ ਡੀਕਮਿਸ਼ਨ ਕੀਤਾ ਗਿਆ ਫ੍ਰਮ ਸਰਵਿਸ ਔਨ ਸ਼ਨੀਵਾਰ ਪਰਸੋ ਐਟ ਵਿਸ਼ਾਖਾਪਟਨਮ ਐਟ ਆਫਟਰ 35 ਸਾਲਾਂ ਦੀ ਸਰਵਿਸ ਇਹਨੂੰ ਕਮਿਸ਼ਨ ਕਦੋਂ ਕੀਤਾ ਗਿਆ ਸੀ ਮਤਲਬ ਕਦੋਂ ਇਹਨੇ ਸ਼ੁਰੂਆਤ ਕੀਤੀ ਸੀ ਜੂਨ 1987 ਵਿੱਚ ਸਿੰਧੂ ਧਵਜ ਵਾਸ ਵਨ ਆਫ ਦਾ किलो क्लास सबमरीन इंडिया एक्वायर्ड फ्रॉम रशिया बिटवीन 1986 ते 2000 दो, दो तीन सवाल हो गए ने कादो कमीशन हुई थी 1987 इज ना की सी आईएनए सिंधु वज किलो क्लास सबमरीन सी कित्थों ਲਈ ਸੀ ਅਸੀਂ ਰਸ਼ੀਆ ਵਾਲਿਆਂ ਤੋਂ ਲਈ ਸੀਗੀ ਕਿੰਨੇ ਸਾਲ ਤੋਂ ਕਿੰਨੇ ਵਿੱਚ 1986 ਤੋਂ ਲੈ ਕੇ 2000 ਦੇ ਵਿੱਚ ਠੀਕ ਹੈ ਬਹੁਤ ਹੀ ਬੇਸਿਕ ਬੇਸਿਕ ਜਿਆਦਾ ਮੈਂ ਟਫ ਲੈਂਗੁਏਜ ਨਹੀਂ ਪਾਈ ਹੋਈ ਬਹੁਤ ਹੀ ਸਿੰਪਲ ਚਲੋ ਹੋਰ she had manifest ਕਹਿੰਦੇ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਸੀ ਮੈਨੀਫੈਸਟ ਮਤਲਬ ਕਿ ਜਦੋਂ ਸਾਡੀ ਨੇਵੀ ਨੇ ਕਿਹਾ ਕਿ ਆਪਾਂ ਇਹ ਟਰਾਈ ਕਰਕੇ ਦੇਖਦੇ ਆ ਇਹ ਟਰਾਈ ਕਰਕੇ ਦੇਖਦੇ ਆ ਤਾਂ ਉਹ ਸਭ ਕਹਿੰਦੇ ਪਹਿਲੀ ਪਹਿਲੀ ਵਾਰੀ ਇਹਦੇ ਵਿੱਚ ਸਿੱਧੂ ਦਵਜ ਵੀ ਸ਼ੁਰੂ ਹੋਇਆ ਜਿੱਦਾਂ ਕਿ ਕਹਿੰਦੇ ਆਪਰੇਸ਼ਨਲਾਈਜੇਸ਼ਨ ਆਫ ਦਾ ਇੰਡੀਜਿਨਸ ਸੋਨਾਰ ਸੋਨਾਰ ਕੀ ਹੁੰਦਾ ਵੀ ਦੇਖ ਸਮਰੀ ਨਾ ਸਮਰੀ ਦਾ ਕੰਮ ਕੀ ਹੁੰਦਾ ਸਮਰੀ ਉਹ ਸਿਗਨਲ ਭੇਜਦੀ ਹੁੰਦੀ ਹੈ ਤੁਸੀਂ ਜੇ ਮੂਵੀ ਦੇਖੀ ਹੋਵੇ ਗਾਜ਼ੀ ਅਟੈਕ ਉਹਦੇ ਵਿੱਚ ਦੱਸਦੇ ਹੁੰਦੇ ਸੋਨਾਰ ਤੋਂ ਸਿੱਟਦਾ ਉਹ ਉਹ ਫਿਰ ਅੱਗੇ ਜਾ ਕੇ ਟਕਰਾਂਦੀ ਹੈ ਰੇਡੀਏਸ਼ਨਸ ਹੁੰਦੀਆਂ ਨੇ ਉਹ ਟਕਰਾ ਕੇ ਵਾਪਸ ਆਸਦੀ ਤਾਂ ਦੱਸਦੀ ਆ ਵੀ ਅੱਛਾ ਇੰਨੀ ਅੱਗੇ ਦੂਜੀ ਸੰਮਰੀ ਨੇਗੀ ਅੱਗੇ ਕਸ਼ਤੀ ਹੈ ਜੇ ਵੀ ਥੱਲੇ ਕਿੱਥੇ ਨੂੰ ਕਿੱਥੇ ਕਿੰਨੀ ਥੱਲੇ ਜਿਹੜਾ ਬੇਸ ਹੈ ਮਤਲਬ ਓਸ਼ਣ ਦਾ ਬੇਸ ਹੈ ਸੋਨਾਰ ਕਿਹਾ ਜਾਂਦਾ ਹੈ ਤਾਂ ਇੰਡੀਜਿਨਸ ਯਾਨੀ ਕਿ ਇੰਡੀਆ ਦਾ ਬਣਾਇਆ ਹੋਇਆ ਅਸ਼ਸ ਦੂਜਾ ਇੰਡੀਜਿਨਸ ਸੈਟਲਾਈਟ ਕਮਿਊਨੀਕੇਸ਼ਨ ਸਿਸਟਮ ਜਿਹਦਾ ਨਾਮ ਹੈ ਰੁਕਮਣੀ ਐਂਡ ਐਮਐਮਐਸ एमएसएस ਤਾਂ ਕਾਫੀ ਕੁਝ ਮਤਲਬ ਕਿ ਇਹ ਯਾਦ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਕੀ ਕੁਛ ਹੈ ਕੀ ਕੁਝ ਇੰਡੀਜਨਾਈਜ਼ ਸੀਗਾ ਬਸ ਚਲੋ ਅਗਲਾ ਤਾਂ ਜੀ 에어 ਫੋਰਸ ਡੇ ਪਰੇਡ ਦਿਸ ਇਅਰ ਟੂ ਬੀ ਹੈਲਡ ਇਨ ਚੰਡੀਗੜ ਤਾਂ ਜੀ ਸਾਡੇ ਇੰਡੀਅਨ 에어 ਫੋਰਸ ਚੀਫ ਕਹਿ ਚੁੱਕੇ ਨੇ ਤਾਂ ਜੀ ਬਹੁਤ ਹੀ ਵਧੀਆ ਵਧੀਆ ਗੱਲ ਹੈ ਤਾਂ ਇੰਡੀਅਨ 에어 ਫੋਰਸ ਡੇ ਪਹਿਲਾਂ ਤੁਹਾਨੂੰ ਦੇਖੋ ਤਿੰਨ ਦਿਨ ਪਤਾ ਹੋਣੇ ਚਾਹੀਦੇ ਨੇ 15 ਜਨਵਰੀ ਨੂੰ ਹੁੰਦਾ ਨੈਸ਼ਨਲ ਸੌਰੀ ਆਰਮੀ ਡੇ 8 ਅਕਤੂਬਰ ਨੂੰ ਹੁੰਦਾ 에어 ਫੋਰਸ ਡੇ ਤੇ 4 ਦਸੰਬਰ ਨੂੰ ਹੁੰਦਾ ਨੇਵੀ ਡੇ ਇਹ ਤਿੰਨ ਬੇਸਿਕ ਜੇ ਤੁਸੀਂ ਬਿਲਕੁਲ ਧਿਆਨ ਰੱਖੋਗੇ ਠੀਕ ਹੈ ਚਲੋ ਆਊਟ ਆਫ ਟਾਪਿਕ ਕੁਐਸਚਨ ਤਾਂ ਇਹ ਤਿੰਨ ਚੀਜ਼ ਤੁਸੀਂ ਧਿਆਨ ਰੱਖੋਗੇ ਤੇ ਇਹ ਸਾਲ ਜਿਹੜਾ 에어ਫੋਰਸ ਡੇ ਦੀ ਪਰੇਡ ਹੋਊਗੀ ਇਹ ਚੰਡੀਗੜ੍ਹ ਵਿੱਚ ਮਨਾਇ ਜਾਊਗੀ ਸਾਡੇ ਜਿਹੜੇ 에어 ਚੀਫ ਨੇ ਉਹਨਾਂ ਨੇ ਦੱਸਿਆ ਤਾਂ ਕੀ ਕਹਿੰਦੇ ਨੇ ਕਿਉਂਕਿ ਪਹਿਲਾਂ ਕਿੱਥੇ ਹੁੰਦੀ ਸੀ ਆ ਸਕਦਾ ਤਾਂ 2006 ਤੋਂ ਇਹ 에어ਫੋਰਸ ਡੇ ਸੀ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਸੀਗਾ ਹਿੰਡਨ 에어ਬੇਸ ਹਿੰਡਨ 에어ਬੇਸ ਕਿੱਥੇ ਇੱਥੇ ਹੀ ਹੈ ਸਾਡੇ ਨੇੜੇ गाजियाबाद ਵਿੱਚ ਠੀਕ ਹੈ which is in the adjoining district of ghaziabad in uttar pradesh ਉਹ ਤੋਂ ਪਹਿਲਾਂ ਇਹਨੂੰ ਮਨਾਇਆ ਜਾਂਦਾ ਸੀਗਾ ਪਾਲਮ 에ਅਰਬੇਸ ਜਿਹੜਾ ਹੈ ਦਿੱਲੀ ਵਿੱਚ ਠੀਕ ਹੈ ਪਹਿਲਾਂ ਪਾਲਮ 에ਅਰਬੇਸ 2006 ਤੋਂ ਇਹਨੂੰ ਹਿੰਦਨ 에ਅਰਬੇਸ ਤੇ ਇਸ ਸਾਲ 8th ਕੀ ਵਾਰੀ ਇਹਨੂੰ ਮਨਾਇਆ ਜਾਊਗਾ ਕਿੱਥੇ ਮਨਾਇਆ ਜਾਊਗਾ ਚੰਡੀਗੜ੍ਹ 에ਅਰਬੇਸ ਵਿੱਚ ਹੋਰ ਗੱਲਾਂ ਬਸ ਇਹੀ ਹੈ ਯਾਰ ਹੋਰ ਤਾਂ ਕੀ ਗੱਲਾਂ ਚਲੋ ਆ ਦੇਖੋ ਵੀਡੀਓ ਬਹੁਤ ਹੀ ਕੈਮ ਤਾਂ ਜੀ ਤੁਹਾਡੇ ਮਾਡਰਨ ਹਿਸਟਰੀ ਵਾਲੇ ਹੋ ਜਿਨ੍ਹਾਂ ਨੇ ਹਿਸਟਰੀ ਪੜ੍ਹਨੀ ਹੋਈ ਠੀਕ ਹੈ ਹਾਂਜੀ ਬਿਲਕੁਲ ਸਮੁੰਦਰ ਦੀ ਗਹਿਰਾਈ ਨੂੰ ਮਾਪਣ ਲਈ ਜੋ ਯੂਜ਼ ਹੁੰਦਾ ਬਿਲਕੁਲ ਸੰਦੀਪ ਕੌਰ ਸਿੱਧੂ ਤਾਂ ਜੀ ਆਹ ਦੇਖ ਲਓ ਪਹਿਲਾ ਮਾੜਾ ਜਾ ਹਾਂਜੀ ਦੇਖ ਲਈ ਆਈ ਹੋਪ ਤੁਸੀਂ ਵੀਡੀਓ ਦੇਖ ਲਈ ਹੋਊਗੀ ਜੇ ਵਧੀਆ ਲੱਗੀ ਇੱਕ ਵਾਰ ਸੈਸ਼ਨ ਨੂੰ ਲਾਈਕ ਕਰ ਦਿਓ ਮੈਂ ਦੁਬਾਰੇ ਤੋਂ ਯਾਰ ਹੱਦ ਹੋ ਗਈ ਯਾਰ ਸ਼ੇਅਰ ਕਿਉਂ ਨਹੀਂ ਕਰਦੇ ਤੁਸੀਂ ਯਾਰ ਆਪਾਂ ਚਲੋ ਐਨੀਵੇ ਐਨੀ ਹਾਓ अच्छा ये भी आ गया ਸਾਡੇ ਵਾਲਾ ਹੈਂਗ ਹੋ ਗਿਆ ਜੀ ਹਾਂ ਤਾਂ ਜੀ ਅਨੁਰਾਗ ਠਾਕੁਰ ਨੇ ਲਾਂਚ ਕੀਤਾ ਪ੍ਰੋਮੋ ਆਫ ਦੂਰਦਰਸ਼ਨਸ ਮੈਗਾ ਸ਼ੋ ਸਵਰਾਜ ਭਾਰਤ ਕੇ ਸੁਤੰਤਰ ਸੰਗਰਾਮ ਕੀ ਸਮਗ੍ਰਗਾਥਾ ਤਾਂ ਦੇਖੋ ਤੁਹਾਡੇ ਲਈ ਹੁਣ ਬਹੁਤ ਵਧੀਆ ਹੋਗਾ ਜਿਹੜੀ ਵੀ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਜੇ ਤੁਸੀਂ ਮਾਡਰਨ ਹਿਸਟਰੀ ਪੜ੍ਹਨੀ ਹੈ ਤੁਹਾਡੇ ਲਈ ਬਹੁਤ ਹੀ ਵਧੀਆ ਚੀਜ਼ ਆ ਗਈ ਹੈ 75 ਸ਼ੋਅ ਬਣ ਰਹੇ ਨੇ 75 ਸ਼ੋਅ ਬਣ ਰਹੇ ਨੇ ਤੇ ਪਤਾ ਨਹੀਂ ਸ਼ਾਇਦ ਡੇਟ ਲਿਖੀ ਹੋਈ ਹੈ ਮੈਂ ਕਦੋਂ ਸ਼ੁਰੂ ਹੋ ਰਹੇ ਨੇ ਤਾਂ ਆਣੇ ਕਿੱਥੇ ਨੇ ਉੱਤੋਂ ਦੂਰਦਰਸ਼ਨ ਤੇ ਆਣੇ ਨੇ ਪਹਿਲੀ ਗੱਲ ਫ੍ਰੀ ਆਫ ਕੋਸਟ ਤੁਹਾਨੂੰ ਮਿਲਣੇ ਨੇ ਤਾਂ ਤੁਹਾਡੇ ਲਈ ਬਹੁਤ ਵਧੀਆ ਕਾਲ ਹੋ ਜੂਗੀ ਦੇਖੋ ਸੀਰੀਅਲ ਇਸ ਗੋਇੰਗ ਟੂ ਬੀ ਟੈਲੀਕਾਸਟ ਔਨ ਦੂਰਦਰਸ਼ਨ ਫਰਮ 14 ਅਗਸਤ 2022 14 ਅਗਸਤ ਤੋਂ ਇਹਨੂੰ ਸ਼ੁਰੂ ਕੀਤਾ ਜਾਊਗਾ ਤੇ ਦਾ 75 ਐਪੀਸੋਡ ਸੀਰੀਅਲ will highlight the contribution of freedom fighters and unsung heroes of the freedom struggle ਤਾਂ ਜਿਹੜੇ ਵੀ ਵੱਡੇ 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 ਸਤਾਰੇ ਰਹੇ ਸਤਾਰੇ ਦਾ ਮਤਲਬ ਇਹ ਆ ਗਿਆ ਜਿਹੜੇ ਫੋਰਫਰੰਟ ਤੇ ਰਹੇ ਜਿਹੜੇ ਅੱਗੇ ਰਹੇ ਜਵਾਹਰ ਲਾਲ ਨਹਿਰੂ ਸੁਭਾਸ਼ ਚੰਦਰ ਬੋਸ ਆਪਣੇ ਵੀ ਆਰ ਅੰਬੇਦਕਰ ਭਗਤ ਸਿੰਘ ਰਾਜਗੁਰੂ ਸੁਖਦੇਵ ਖੁਦਿਰਾਮ ਬੋਸ ਜਿਹੜੇ ਵੀ ਰਹੇ ਮਹਾਤਮਾ ગાંધી ਕਿੱਦਾਂ ਭੁੱਲ ਗਿਆ ਮੈਂ ਲਾਲ ਲਾਲਾਜਪਤਰਾਈ ਬਾਲ ਗੰਗਾਧਰ ਤਿਲਕ ਬਿਪਿੰਚੰਦਰ ਪਾਲ ਜਿਹੜੇ ਵੀ ਅੱਗੇ ਗਰੇ ਉਹਨਾਂ ਬਾਰੇ ਤੇ ਅਨਸੰਗ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਨਾਮ ਨਹੀਂ ਨੇ ਲੋਕਾਂ ਨੂੰ ਪਤਾ ਉਹਨਾਂ ਦੇ ਬਾਰੇ ਦੱਸਿਆ ਜਾਊਗਾ ਇਹਦੇ ਉੱਤੇ ਤੇ ਨਾਲ-ਨਾਲ ਆਲ ਇੰਡੀਆ ਰੇਡੀਓ ਤੇ ਵੀ ਆਊਗਾ ਬਟ ਤੁਸੀਂ ਜਦੋਂ ਦੇਖ ਸਕਦੇ ਹੋ ਟੀਵੀ ਤਾਂ ਜ਼ਰੂਰ ਦੇਖਿਆ ਜੀ ਅੱਗੇ ਹੋ 10 ਲੈਂਗੁਏਜਿਸ ਵਿੱਚ ਹੋਗਾ ਤਾਂ ਮੈਨੂੰ ਨਹੀਂ ਪਤਾ ਪੰਜਾਬੀ ਹੈ ਕਿ ਨਹੀਂ ਇਹਨਾਂ ਨੇ ਇਹ ਨਹੀਂ ਦੱਸਿਆ 10 ਲੈਂਗੁਏਜਿਸ ਵਿੱਚ ਹੋਗਾ ਸਵਾਲ ਕੀ ਹੈ ਇਹਦੇ ਵਿੱਚ ਕਿਹਨੇ ਲਾਂਚ ਕੀਤਾ ਸਾਡੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰ ਅਨੁਰਾਗ ਠਾਕੁਰ ਨੇ ਲਾਂਚ ਕੀਤਾ ਠੀਕ ਹੈ ਬ੍ਰਾਡਕਾਸਟਿੰਗ ਐਂਡ ਚਲੋ ਤੇ ਦ ਸਟੋਰੀ ਆਫ ਦ ਸੀਰੀਅਲ ਸਟਾਰਟ ਕਿੱਥੋਂ ਹੋ ਗਈ ਤੁਹਾਡੇ ਲਈ ਬਹੁਤ ਵਧੀਆ ਹੋ ਗਈ ਪ੍ਰੋਪਰ ਮਾਡਰਨ ਹਿਸਟਰੀ ਜਦੋਂ ਸਟਾਰਟ ਹੁੰਦੀ ਹੈ ਮਾਡਰਨ ਕੀ ਸਭ ਕੁਝ ਸਟਾਰਟ ਹੋ ਗਿਆ ਯਾਰ ਉਹ ਪਿੱਛੋਂ ਮੀਡੀਵਲ ਹਿਸਟਰੀ ਆ ਗਈ ਪੂਰੀ ਮੂ ਵੀ ਪੂਰੀ ਤਾਂ ਨਹੀਂ ਆਈ ਚਲੋ ਖੈਰ ਮਾਡਰਨ ਹੀ ਲਾ ਲੋ ਹਾਂ 1498 ਜਦੋਂ ਵਾਸਕੋ ਡਗਾਮਾ ਇੰਡੀਆ ਆਂਦਾ ਤਾਂ ਉਹ ਤੋਂ ਸ਼ੁਰੂ ਹੋਇਆ ਤਾਂ ਜੀ ਬਹੁਤ ਵਧੀਆ ਹੋਊਗੀ ਤੁਹਾਡੇ ਕੋਲ ਮੈਨੂੰ ਨਹੀਂ ਪਤਾ ਕਿੰਨੇ ਵਜੇ ਤੁਹਾਨੂੰ ਬਸ ਇਨਫੋਰਮੇਸ਼ਨ ਦੇਤੀ ਮੈਂ ਬਾਕੀ ਕੰਮ ਤੁਹਾਡਾ ਹਾਂ ਠੀਕ ਹੈ ਸਵਰਾਜ ਮੇਰਾ ਜਨਮਸੀ ਦਾ ਅਧਿਕਾਰ ਹੈ ਓਹ ਹੋ ਓਮ ਫੋ ਹੈ ਉਹ ਅੱਜ ਕੱਲ ਆਂਦਾ ਨਹੀਂ ਵੀ ਓਮ ਫੋ ਚਲੋ ਰਾਜਨਾਥ ਸਿੰਘ ਜੀ ਨੇ ਲਾਂਚ ਕੀਤਾ ਇੰਡੀਜਿਨियसਲੀ ਬਿਲਟ ਵਾਏ 3023 ਦੂਨਾਗਰੀ ਤਾਂ ਜੀ ਇੱਕ ਹੋਰ ਕਸ਼ਤੀ ਦੀ ਗੱਲ ਹੋ ਰਹੀ ਹੈ ਕਸ਼ਤੀ ਪਹਿਲਾਂ ਸੀਗੀ ਸਬਮਰੀਨ ਸਿੰਧੂ ਧਵਜ ਹੁਣ ਗੱਲ ਹੋ ਰਹੀ ਹੈ ਕਸ਼ਤੀ ਦੀ ਕਸ਼ਤੀ ਦਾ ਨਾਮ ਕੀ ਹੈ ਦੂਨਾਗਰੀ ਠੀਕ ਹੈ ਦੂਨਾਗਰੀ ਤਾਂ ਦੱਸੋ ਕੀ ਕਹਿੰਦੇ ਨੇ ਤਾਂ ਰਾਜਨਾਥ ਸਿੰਘ ਜੀ ਨੇ ਲਾਂਚ ਕੀਤੀ ਇਹ 17A ਫ੍ਰਿਗੇਟ ਹੈ ਜਿਹਨੂੰ ਬਣਾਇਆ ਹੈ ਗਾਰਡਨ ਰੀਚ ਸ਼ਿਪ ਬਿਲਡਰਸ ਲਿਮਟਿਡ ਜੀਆਰਐਸਸੀ ਇਨ ਕੋਲਕਾਤਾ ਤਾਂ ਦੋ ਤਿੰਨੇ ਕਦੇ ਕੋਚਿੰਗ ਸ਼ਿਪਯਾਰਡ ਬਣਾਉਂਦੇ ਨੇ ਕਦੇ ਗੋਆ ਸ਼ਿਪਯਾਰਡ ਬਣਾਉਂਦੇ ਨੇ ਇਹਨੂੰ ਕਿਹਨੇ ਬਣਾਇਆ ਗਾਰਡਨ ਰੀਚ ਸ਼ਿਪ ਬਿਲਡਰਸ ਲਿਮਿਟਿਡ ਨੇ ਹੁਣ ਇੰਪੋਰਟੈਂਟ ਗੱਲ ਆ ਜਾਂਦੀ ਹੈ ਪ੍ਰੋਜੈਕਟ 17A ਬਾਰੇ ਠੀਕ ਹੈ ਪ੍ਰੋਜੈਕਟ 17A ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੈ ਇਹਦੇ ਵਿੱਚ ਤਾਂ ਇਹ ਜਿਹੜੀ ਕਿਸ਼ਤੀਆਂ ਨੇ ਇਹ ਤੋਂ ਪਹਿਲਾਂ ਪ੍ਰੋਜੈਕਟ 17 ਵੀ ਸੀ ਜਿਨ੍ਹਾਂ ਨੂੰ ਕਿਹਾ ਜਾਂਦਾ ਸੀਗਾ ਸ਼ਿਵਾਲਿਕ ਕਲਾਸ ਦਾ ਉਹਦੇ ਉੱਤੇ ਹੀ ਬਸ ਥੋੜੀ ਜਿਹੀ ਇੰਪਰੂਵਡ ਨੇ ਕਾਫੀ ਥੋੜੇ ਕੁਝ ਸਟੈਲਥ ਫੀਚਰਸ ਨੇ ਬਸ ਐ ਮੰਨ ਲਓ ਆਈਫੋਨ ਸੀ ਹੈ ਇਹ ਹੋ ਗਿਆ ਆਈਫੋਨ ਪ੍ਰੋ ਠੀਕ ਹੈ ਪ੍ਰੋਜੈਕਟ 17 ਸੀ ਆਈਫੋਨ ਤੇ 17a ਹੋ ਗਿਆ ਪ੍ਰੋ 17 ਵਿੱਚ ਸੀਗੇ ਕਿੰਨੇ ਦੋ ਕੈਮਰੇ 17a ਵਿੱਚ ਲਾਤੇ ਇਹਨਾਂ ਨੇ ਤਿੰਨ ਕੈਮਰੇ ਠੀਕ ਹੈ ਤਾਂ ਐਡਵਾਂਸ ਵੈਪਨਸ ਨੇ ਉਹੀ ਗੱਲ ਤਿੰਨ ਕੈਮਰੇ ਸੈਂਸਰ ਨੇ ਪਲੈਟਫਾਰਮ ਮੈਨੇਜਮੈਂਟ ਸਿਸਟਮ ਬੇਸਿਕ ਬੇਸਿਕ ਪਾਛੀ ਦਸਤਰਾ ਪ੍ਰੋਜੈਕਟ 17 ਮਤਲਬ ਕਿ ਆਈਫੋਨ 17a ਮਤਲਬ ਕਿ ਪ੍ਰੋ ਟੋਟਲ ਆਫ 7 ਕਿਸ਼ਤਾਂ ਸੀਗੀਆਂ ਜਿਨ੍ਹਾਂ ਨੂੰ ਬਣਾ ਰਹੇ ਸੀਗੇ 4 ਬਣਾ ਰਹੀ ਸੀ ਕਿ ਮਸਗਾਉ ਡੌਕੇਟ ਲਿਮਿਟਿਡ ਵਾਲੇ ਮੁੰਬਈ ਵਿੱਚ ਤੇ 3 ਬਣਾਣੀ ਸੀਗੀ ਗਾਰਡਨ ਰੀਚ ਸ਼ਿਪ ਬਿਲਡਰਸ ਲਿਮਿਟਿਡ ਕਲਕੱਤਾ ਵਾਲਿਆਂ ਨੇ ਠੀਕ ਹੈ 7 ਕਿਸ਼ਤੀ ਆਣੀ ਸੀਗੀ 17 A ਦੇ ਅੰਦਰ ਤੇ 7 ਕਿਹੜੀਆਂ ਕਿਹੜੀਆਂ ਨੇ ਨਾ ਤੁਹਾਨੂੰ ਪਤਾ ਹੋਣਾ ਚਾਹੀਦੇ ਨੇ ਧਿਆਨ ਰੱਖਣਾ ਯਾਦ ਨਹੀਂ ਕਰਨੇ ਰਟਣੇ ਨਹੀਂ ਆ ਥੋੜਾ ਜਿਹਾ ਇੱਕ ਵਾਰ ਨਾ ਵੀਰ ਕਿਸੇ ਅ XYZ ਤੋਂ ਗੱਲਾਂ ਕਰ ਰਹੇ ਹੋ ਤਾਂ ਤੁਹਾਨੂੰ ਇੰਨਾ ਥੋੜਾ ਜਿਹਾ ਨਾ ਯਾਰ ਪੜ੍ਹ ਰਹੇ ਹੋ ਜੇ ਤੁਸੀਂ ਉਹਦਾ ਸ਼ੋਅ ਆਫ ਕਰਨਾ ਕੋਈ ਗਲਤ ਗੱਲ ਨਹੀਂ ਹੈ ਠੀਕ ਹੈ ਮੇਰੇ ਅਕੋਰਡਿੰਗ ਤਾਂ ਯਾਰ ਪੜ ਰਹੇ ਆ ਸੀ ਮਿਹਨਤ ਕੀਤੀ ਹੈ ਟਾਈਮ ਦਿੱਤਾ ਆਪੇ ਯਾਰ ਦੇਖੋ ਆਪਣਾ ਸਭ ਤੋਂ ਵਧੀਆ ਸੀ ਚੀਜ਼ ਜਿਹੜੀ ਕਰ ਸਕਦੇ ਇਨਵੈਸਟ ਨਾ ਉਹ ਹੈ ਟਾਈਮ ਕੱਲ ਉਹੀ ਬੱਚੇ ਮੈਨੂੰ ਕਹਿੰਦੇ ਸੀਗੇ ਕਿ ਇਹ ਕਹਿੰਦੇ ਸਰ ਹਮਨੇ ਕੋਰਸ ਖਰੀਦਾ ਮੈਂ ਕਹਿੰਦਾ ਪਹਿਲੀ ਗੱਲ ਤਾਂ ਖਰੀਦਾ ਨਾ ਕਹੋ ਇਨਰੋਲ ਕਹੋ ਠੀਕ ਹੈ ਪੈਸੇ ਬਣਾ ਨਹੀਂ ਰਹੇ ਇਨਰੋਲ ਕਰੋ ਇਨਵੈਸਟਮੈਂਟ ਕਰ ਰਹੇ ਠੀਕ ਹੈ जिथे तुम लोगों ने जी लख ल रुपया लाता है शेयर मार्केट में हज़ार हो उधर कहें इनवैसटमेंट करी हुई है है इधर कहें खर्च होया यार अपने उत्ते करी दी है इनवैसटमेंट अपने उत्ते जी गल ती ला रहे हो ना पैसे उन्होंने इनवैसटमेंट काउंट करोगे ना तो अपने आप माइंडसैट बदलूगा अपने आप कहूँगा यार गल तो ठीक है है ना तो थोड़ा जा सोच के मैं कह रहा अस्सी हज़ार के जुत्ते लै लो अस्सी हज़ार वाला भी अच्कल मुहिम चल एक तो यार दिमाग खराब हो गया मेरा चलो नीलगिरी हिमगिरी तारागिरी उदयगिरी महेंद्रगिरी ठीक है ये ਚਲੋ ਤਾਂ ਇਹ ਯਾਦ ਹੋਗਾ ਤੁਹਾਨੂੰ ਇੱਕ ਪਹਿਲਾਂ ਆਂਦਾ ਸੀਗਾ ਜਾਗੋ ਗ੍ਰਾਹਕ ਜਾਗੋ ਕਰੇ ਕੈਂਪੇਨ ਆਂਦਾ ਸੀਗਾ ਕਹਿੰਦੇ ਅਰੇ ਇਹ ਕੀ ਆ ਹੁਆ ਤੇ ਹਮਾਰੇ ਆਪਕੇ ਉਸਮੇ ਕੌਨ ਸਾ ਉਹ ਵੈਟ ਲਗਾ ਹੁਆ ਹੈ ਜਾਂ ਫਿਰ ਕਿ ਕਹਿੰਦੇ ਸੀ ਹੋ ਪਤਾ ਨਹੀਂ ਯਾਰ ਕਿਹੜੇ ਕਿਹੜੇ ਟੈਕਸ ਹੁੰਦੇ ਸੀ ਮੈਨੂੰ ਵਰਡ ਨਹੀਂ ਯਾਦ ਹੋ ਰਹੇ ਅੱਜ ਕੱਲੇ ਜੀ ਰੀਸੈਂਟਲੀ ਆਇਆ ਕਿ ਉਹ ਜਿਹੜੇ ਹੋਟਲ ਹੋਟਲ ਨੇ ਉਹ ਪਤਾ ਨਹੀਂ ਕਿਹੜਾ ਟੈਕਸ ਨਹੀਂ ਲੈ ਸਕਣਗੇ ਐਨੀਵੇ ਤਾਂ ਇਹ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰਸ ਨੇ ਆ ਕਾਰਟੂਨ ਤੇ ਧਿਆਨ ਰੱਖਣਾ ਆ ਕਾਰਟੂਨ ਦੀ ਕੁੜੀ ਬਣਾਈ ਹੋਈ ਹੈ ਕੁੜੀ ਦਾ ਨਾਮ ਹੈ ਜਾਗ੍ਰਿਤੀ ਇਹਦੇ ਥੋੜੇ ਛੋਟੇ ਮੋਟੀ ਦੀ ਐਡਸ ਆਣ ਗਈਆਂ ਜੋ ਵੀ ਹੋਗਾ ਇਹਨੂੰ ਇੱਕ ਤਰ੍ਹਾਂ ਨਾਲ ਮਾਸਕਟ ਲਾਂਚ ਕਰਤਾ ਵੀ ਯਾਰ ਜਿੱਥੇ ਵੀ ਇਹਨਾਂ ਨੇ ਜਾਗੋ ਗ੍ਰਾਹਕ ਜਾਗੋ ਬਾਰੇ ਲੋਕਾਂ ਨੂੰ ਦੱਸਣ ਲਈ ਆਮ ਗੱਲਾਂ ਨੂੰ ਦੱਸਣ ਲਈ ਵੀ ਉੱਠ ਘੇ ਨਾ ਜਾਣ ਠੀਕ ਹੈ ਕਿਉਂਕਿ ਬਿਜ਼ਨਸ ਵਾਲੇ ਨੇ ਕਾਫੀ ਠੱਗ ਜਾਂਦੇ ਨੇ ਤਾਂ ਕਾਫੀ ਕੁਝ ਤਾਂ ਉਹਦੇ ਲਈ ਇਹਨਾਂ ਨੇ ਮਾਸਕੋਟ ਬਣਾਤਾ ਜਿੱਦਾਂ ਨਵਾ ਵੀ ਗੰਗੇ ਦਾ ਕੋਣਾ ਚਾਚਾ ਚੌਧਰੀ ਤਾਂ ਉਹਨਾਂ ਨੇ ਰੱਖੀ ਕੁੜੀ ਕੁੜੀ ਦਾ ਨਾਮ ਹੈ ਜਾਗ੍ਰਿਤੀ ਤਾਂ ਜਾਗ੍ਰਿਤੀ ਮਾਸਕੋਟ ਫॉर ఎంਪਾਵਰਿੰਗ ਕੰਜ਼ਿਊਮਰਸ ਐਂਡ ਜਨਰੇਟਿੰਗ ਅਵੇਅਰਨੈਸ ਟਵਰਡਸ देयर ਰਾਈਟਸ ਬਸ ਸਰਕਾਰ ਨੇ ਇੱਕ ਕੰਜ਼ਿਊਮਰ ਦੇ ਸਸ਼ਕਤੀਕਰਨ ਅਤੇ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਾਗ੍ਰਿਤੀ ਮਾਸਕੋਟ ਲਾਂਚ ਕੀਤਾ ਬਸ ਬੇਸਿਕ ਜੀ ਗੱਲ ਬਹੁਤ ਹੀ ਸਿੰਪਲ ਖਤਮ ਬਹੁਤ ਪ੍ਰਾਣੀ ਮਸ਼ਹੂਰੀ ਆਂਦੀ ਹੁੰਦੀ ਸੀ ਪਹਿਲਾਂ ਜਾਗੋ ਗ੍ਰਾਹਕ ਜਾਗੋ ਐਦਾਂ ਕੁਝ ਕਰਕੇ ਹੈਨਾ ਚਲੋ ਸਰਵਿਸ ਟੈਕਸ ਨਹੀਂ ਲੈ ਸਕਦੇ ਤਾਂ ਪਹਿਲਾਂ ਵੀ ਸੀਗਾ ਕਿ ਸਰਵਿਸ ਟੈਕਸ ਤੁਹਾਡਾ ਦੇਖੋ ਵੋਲੰਟਰੀ ਹੁੰਦਾ ਤੁਸੀਂ ਦੋ ਭਾਵੇਂ ਨਾ ਦੋ ਫਿਰ ਉਹ ਕਹਿੰਦੇ ਸਰ ਬਾਹਰ ਅਸੀਂ ਪਹਿਲੇ ਹੀ ਲਿਖਾ ਹੋਇਆ ਤਾਂ ਸਰ ਦੇਖਿਓ ਸਰ ਮੈਨੂ ਵਿੱਚ ਲਿਖਾ ਹੋਇਆ ਥਾ ਬਟ ਹੁਣ ਜਿਹੜੇ ਨਵੇਂ ਅਪਡੇਟਡ ਗੱਲਾਂ ਆਈਆਂ ਨੇ ਤਾਂ ਉਹਦੇ ਵਿੱਚ ਬਿਲਕੁਲ ਹੀ ਨਕਾਰਾ ਕਰਤਾ ਕਾਟਾ ਮਾਰਤਾ ਤੁਸੀਂ ਹੋਟਲ ਵਾਲੇ ਲੈ ਹੀ ਨਹੀਂ ਸਕਦੇ ਪਹਿਲਾਂ ਵੀ ਜਾਂਦੇ ਸੀ ਮੈਂ ਆਪਕੋ ਕਰੂ ਮੈਂ ਆਪਕੋ ਦਿਖਾਉਂ ਆਪਕੇ ਇਸ ਕੇ ਅਕੋਰਡਿੰਗ ਦੇਖ ਰਹੇ ਆਪ ਸਰਵਿਸ ਟੈਕਸ ਕੋਲ ਬੋਲਤੇ ਹਾਂਜੀ ਜਾਓ ਕਰ ਲਓ ਯਾਰ ਹੁਣ ਤੁਸੀਂ ਕੀ ਕਹੋਗੇ ਤੁਸੀਂ ਕਹੇ ਤੁਸੀਂ ਖਾ ਕੇ ਆਓ ਖਾਣਾ 738 ਰੁਪਏ ਦਾ ਉਹਨੇ ਸਰਵਿਸ ਕਰਦਾ ਨਹੀਂ ਉਹ ਕੇਸ ਬਟ ਕਈਆਂ ਦਾ ਹੁੰਦਾ ਦਿਮਾਗ ਖਰਾਬ ਉਹ ਕਰ ਦਿੰਦੇ ਨੇ ਬਟ ਉਹ ਹੀ ਇਹ ਵੇਰ ਲਈ ਹੁੰਦਾ ਯਾਰ 100 ਵਿੱਚ ਯਾਰ ਆਪ ਆਪਣੇ ਆਪ ਨੂੰ ਸੋਚੋ ਹੁਣ ਮੈਂ ਗਿਆ ਕਿਤੇ ਯਾਰ ਮੈਂ ਦੋ ਪਰੌਂਟੇ ਖਾਦੇ ਯਾਰ ਕਿਸੇ ਨਾਲ ਬਹਿ ਕੇ ਮੈਂ 292 ਰੁਪਏ ਦਾ ਬਿਲ ਬਣ ਗਿਆ ਉਹਨੇ 30 ਰੁਪਏ ਲਾਤਾ ਸਰਵਿਸ ਟੈਕਸ ਮੈਂ ਕੀ ਕਹੂੰ ਮੈਂ ਤੇਰੇ ਉੱਪਰ ਕੇਸ ਕਰ ਦੂੰਗਾ ਹੈ ਕਿ ਨਹੀਂ ਉਹ ਗੱਲ ਹੁੰਦੀ ਬਸ ਤਾਂ ਡਿਪਾਰਟਮੈਂਟ ਆਫ ਕੰਜ਼ਿਊਮਰ ਅਫੇਅਰ ਇਹਨਾਂ ਨੇ ਲਾਂਚ ਕੀਤਾ ਜਾਗਰਤੀ ਇੱਕ ਮਾਸਕਟ ਬਣੀ ਹੈ ਵੀ empowering consumer ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਤੁਹਾਡੇ ਹੱਕ ਕੀ ਨੇ ਤਾਂ ਜਾਗਰਤੀ will be projected as an empowered consumer ਕਹਿੰਦੀ ਜਾਗਰਤੀ ਇਹ ਦਿਖਾਈ ਹੋਈ ਹੈ ਇਹਨੂੰ ਸਭ ਪਤਾ ਹੁੰਦਾ ਨਹੀਂ ਤੈਨੂੰ ਸਭ ਪਤਾ ਆ ਆਪਾਂ ਕਹਿੰਦੇ ਨਹੀਂ ਹੁੰਦਾ ਯਾਰ ਐਸੇ ਹੋਣਾ ਐਸੇ ਜਾਣਾ ਚਾਹੀਏ ਇਹੋ ਜੇ ਨਾਲ ਆਪਾਂ ਫਿਰ ਗੱਲ ਵੀ ਨਹੀਂ ਕਰਦੇ ਨੇ ਤੈਨੂੰ ਸਭ ਪਤਾ ਤੈਨੂੰ ਜਿਆਦਾ ਪਤਾ ਉਹ ਜੀ ਸਾਹਿਬ ਕਹਾ ਤਾ ਹੂ ਇਜ਼ ਸਪਰੈਡਿੰਗ ਅਵੇਅਰਨੈਸ ਲੋਕਾਂ ਨੂੰ ਗਿਆਨ ਵੰਡ ਰਹੀ ਹੈ ਅਬਾਊਟ ਕੰਜ਼ਿਊਮਰ ਰਾਈਟਸ ਐਂਡ ਐਡਰੈਸਿੰਗ ਸੋਲੂਸ਼ਨਸ ਟੂ ਦਾ ਪ੍ਰੋਬਲਮਸ ਫੇਸਡ ਬਾਈ ਫੇਸਡ ਬਾਈ ਦਾ ਕੰਜ਼ਿਊਮਰਸ ਦਾ ਬੇਸਿਕ ਪਾਰਟ ਵਿਚ ਇਹ ਹੈ ਠੀਕ ਹੈ 400 ਦੇ ਦੋ ਕੇਲੇ ਇਹ ਬਣਦਾ ਇਹੋ ਜਿਹੇ ਤਾਂ ਬਣਦਾ ਹੈ ਨਾ ਰਾਹੁਲ ਬਹੁਤੀ ਨਾ ਉਹਦਾ ਜਾਂ ਪਤਾ ਨਹੀਂ ਉਹਨੂੰ ਨਾ ਚੰਡੀਗੜ੍ਹ ਵਾਲੇ ਰੈਡਿਸਨ ਤੇ ਇਹਨੇ ਪਾਇਆ ਸੀ ਕੇਸ 400 ਦੇ ਦੋ ਕੇਲੇ ਤਾਂ ਇਹ ਜਾਗਰਤੀ ਹੈ ਇਹਨੂੰ ਇਹਨੂੰ ਸਭ ਪਤਾ ਇਹ ਲੋਕਾਂ ਨੂੰ ਗਿਆਨ ਵੰਡ ਰਹੀ ਹੈ ਦੇਖੋ ਬੇਸਿਕ ਮੈਂ ਦੱਸ ਕਿਉਂ ਰਿਹਾ ਐਦਾਂ ਇਹ ਵੇ ਦੱਸਣ ਦਾ ਕਿਉਂ ਹੈ ਇਹ ਵੇ ਨਾਲ ਤੁਹਾਨੂੰ ਨਾ ਲਿਖ ਕੇ ਲੈ ਲਓ 125% ਲਿਖ ਕੇ ਲੈ ਲਓ ਤੁਹਾਨੂੰ ਪੱਕਾ ਯਾਦ ਰਹੇਗਾ ਕਿ ਇਹਦਾ ਨਾ ਜਾਗਰੂਤੀ ਸੀ ਬਸ ਸਿੰਪਲ ਪੜ ਸਕਦਾ ਸੀ ਹਾਂ ਯਾਰ ਐਸ ਐਸ ਕਰਕੇ ਐਮ ਪਾਵਰ ਕਰਨਾ ਹੈ ਕੰਜ਼ਿਊਮਰਸ ਕੋ ਔਰ ਜਾਗਰੂਤੀ ਉਸ ਕਰਨਾ ਹੈ ਇਹ ਮੇਰਾ ਵੇ ਦੱਸਣ ਦਾ ਬਸ ਤਾਂ ਹੀ ਹੈ ਬਸ ਇਹ ਆ ਗੱਲ ਕੀ ਹੈ ਜਾਗਰੂਤੀ ਹੈ ਇਹਨੂੰ ਸਭ ਪਤਾ ਜਿਆਦਾ ਤੇਜ ਹੈ ਇਹ ਇਹ ਲੋਕਾਂ ਨੂੰ ਗਿਆਨ ਵੰਡਦੀ ਫਿਰਦੀ ਹੈ ਵੀ ਇਦਾਂ ਨਾ ਕਰੋ ਉਦਾਂ ਕਰੋ ਉਦਾਂ ਨਾ ਕਰੋ ਇਦਾਂ ਕਰੋ ਜੇ ਤੁਸੀਂ ਇਦਾਂ ਕਰ ਲਿਆ ਜਿੱਦਾਂ ਉਹਨੇ ਕਿਹਾ ਸੀ ਉਹ ਕਹੋਗੇ ਨਾ ਹੁਣ ਉਦਾਂ ਕਰੋ ਇਹ ਐ ਬੇਸਿਕ ਜੀ ਗੱਲ ਠੀਕ ਹੈ ਹਾ ਜਾਗੋ ਜਾਗ੍ਰਿਤੀ ਜਾਗੋ ਬਸ ਬਸ ਚਲੋ ਤਾਂ ਆਈਟੀ ਮ드ਰਾਸ ਨੇ ਟੌਪ ਕੀਤਾ ਜੀ ਇੰਡੀਆ ਰੈਂਕਿੰਗ 2022 ਵਿੱਚ ਤਾਂ ਜੀ ਰੈਂਕਿੰਗ ਆਈ ਹੈ ਨੇ ਐਨਆਈਆਰਐਫ ਦੀ ਸਰਕਾਰੀ ਰੈਂਕਿੰਗਸ ਹੁੰਦੀਆਂ ਨੇ ਸਾਰੇ ਦਰਮੇਂਦਰ ਪ੍ਰਧਾਨ ਦੀ ਜੜ ਜਿਹੜੇ ਸਾਡੇ ਅ ਐਜੂਕੇਸ਼ਨ ਮਿਨਿਸਟਰ ਨੇ ਉਹਨਾਂ ਨੇ ਲਾਂਚ ਕੀਤੀਆਂ ਤਾਂ ਓਵਰਆਲ ਰੈਂਕਿੰਗ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਤਾਂ 2022 ਵਿੱਚ IIT ਮਦਰਾਸ ਨੇ ਟੌਪ ਕੀਤਾ AIC ਬੈਂਗਲੌਰ ਦੂਜੇ ਨੰਬਰ ਤੇ IIT ਬੰਬਈ ਤੀਜੇ ਤੇ IIT ਦਿੱਲੀ ਚੌਥੇ ਤੇ IIT ਕਾਨਪੁਰ ਪੰਜਵੇਂ ਤੇ ਤਾਂ ਜੀ ਇਹ ਰਹੀ 2022 ਦੀ ਰੈਂਕਿੰਗ 2020 21 ਤੁਸੀਂ ਦੇਖ ਸਕਦੇ ਹੋ ਜਾਗ੍ਰਿਤੀ ਨੂੰ ਮੈਂ ਵੀ ਕੁਝ ਪੁੱਛਣਾ ਸੀ ਪੁੱਛ ਲਾ ਭਰਾ ਪੁੱਛ ਲਾ ਤਾਂ ਇਹ ਨੇ ਟੌਪ 5 ਤਾਂ ਆਪਣੇ ਥੋੜਾ ਜਿਹਾ ਇੰਪੋਰਟੈਂਟ ਕੀ ਹੋ ਜਾਊਗਾ ਜਿਹੜੀ ਯੂਨੀਵਰਸਿਟੀ ਰੈਂਕਿੰਗ ਨੇ ਠੀਕ ਹੈ ਪੰਜਾਬ ਦੇ ਪੁਆਇੰਟ ਆਫ 뷰 ਤੋਂ ਮੈਂ ਗੱਲ ਕਰਾਂ ਤਾਂ ਬੇਸਿਕ ਤਾਂ ਇਹੀ ਯਾਦ ਰੱਖੋ ਜਿਹੜੀ ਟੌਪ 5 ਨੇ ਠੀਕ ਹੈ ਬੇਸਿਕ ਤਾਂ ਟੌਪ 5 ਹੀ ਯਾਦ ਰੱਖਣੀ ਹੈ ਆਈਟੀ ਮਦਰਾਸ ਆਈਸੀਸੀ ਬੈਂਗਲੌਰ ਆਈਟੀ ਬੰਬਈ ਦਿੱਲੀ ਤੇ ਕਾਨਪੁਰ ਹੁਣ ਇੰਪੋਰਟੈਂਟ ਥੋੜੀ ਜਿਹੀ ਕੀ ਹੋ ਜੂਗੀ ਯੂਨੀਵਰਸਿਟੀ ਰੈਂਕਿੰਗ ਤਾਂ ਯੂਨੀਵਰਸਿਟੀ ਰੈਂਕਿੰਗ ਵਿੱਚ ਟੌਪ ਤੇ ਕਿਹੜੀ ਹੈ ਉਹੀ ਹੈ ਆਈਸੀਸੀ ਬੈਂਗਲੌਰ ਦੂਜੇ ਇਹਦੇ ਵਿੱਚ ਆਬਵੀਅਸਲੀ ਗੱਲ ਹੈ ਮੇਰੇ ਕੋਲ ਮੇਰੇ ਦਿਮਾਗ 'ਚ ਵੀ ਸਵਾਲ ਆਇਆ ਸੀ ਤੁਹਾਡੇ ਦਿਮਾਗ 'ਚ ਵੀ ਆਊਗਾ ਪੰਜਾਬ ਕਿੱਥੇ ਹੈ ਤਾਂ ਜੀ ਪੰਜਾਬ ਆਇਆ ਹੈ ਪੰਜਾਬ ਯੂਨੀਵਰਸਿਟੀ ਦੀ ਰੈਂਕ ਆਇਆ 25 ਉਹ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਦੀ ਰੈਂਕ ਆਇਆ 29 ਤੇ ਥਾਪੜ ਥਾਪੜ ਯੂਨੀਵਰਸਿਟੀ ਦੀ ਰੈਂਕ ਆਇਆ 31 ਤਾਂ ਪੰਜਾਬ ਦੀਆਂ ਤਿੰਨ ਨੇ ਜਿਹੜੀਆਂ ਟੌਪ ਤੇ ਆਈਆਂ ਨੇ ਮਤਲਬ ਟੌਪ ਤਾਂ ਕਿ ਟੌਪ 50 ਦੇ ਵਿੱਚ ਆਪਾਂ ਗੱਲ ਕਰ ਲਈਏ ਤਾਂ 25th ਨੰਬਰ ਤੇ ਪੰਜਾਬ ਯੂਨੀਵਰਸਿਟੀ 29th ਨੰਬਰ ਤੇ ਚੰਡੀਗੜ੍ਹ ਯੂਨੀਵਰਸਿਟੀ ਤੇ 31st ਨੰਬਰ ਤੇ ਥਾਪੜ ਯੂਨੀਵਰਸਿਟੀ ਤਾਂ ਇਹ ਗੱ पी यू ट्वेंटी फाइव चंडीगढ़ यूनिवर्सिटी ट्वेंटी नाइन थापर यूनिवर्सिटी थर्टी वन ठीक है यार अच्छा पहला हम तीन सौ लाइक करो फिर करा अपना अगला सवाल यार हद होगी थोड़ी यार मतलब स्वाद सा नहीं आ रहा यार जमा ही नहीं एक बार तीन सौ लाइक करो फिर करूँगा शुरू यार ਪੜਾਈ ਜਾਂਦਾ ਮੈਥ ਚੀਕ ਚੀਕ ਕੇ ਇੱਥੇ ਚਲੋ ਇਹ ਰੈਂਕਿੰਗਸ ਨੇ ਇੱਕ ਵਾਰ ਦੇਖ ਲਓ ਆਪਣੇ ਆਪ ਪੀ ਪੀਟੀ ਚ ਪੀਡੀਐਫ ਚ ਜਾਪਾਨ ਨੇ ਅਵਾਰਡ ਕੀਤਾ ਐਕਸ ਪੀ ਐਮ ਸ਼ਿੰਜ਼ੋ ਏਬ ਨੂੰ ਕੰਟਰੀ ਦਾ ਹਾਈਐਸਟ ਆਰਡਰ ਪੋਸਟਿਮੋਸਲੀ ਤੁਹਾਨੂੰ ਪਤਾ ਇਹਨਾਂ ਦੀ ਰੀਸੈਂਟਲੀ ਡੈਥ ਹੋਈ ਹੈ ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਇਹਨਾਂ ਬਾਰੇ ਤਿੰਨ ਚਾਰ ਸਾਰੀਆਂ ਪਹਿਲਾਂ ਇੱਕ ਵਾਰ ਲਿਖ ਲਓ ਹੈਨਾ ਇੰਪੋਰਟੈਂਟ ਗੱਲਾਂ ਕਿਹੜੀਆਂ ਨੇ ਇਹਨਾਂ ਬਾਰੇ ਤਾਂ ਜੀ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਜਦ ਇਹ ਕੁਆਡਰ ਨੇ ਕਿ ਕਵਾਡ ਯਾਨੀ ਕੀ ਕੀ ਹੈ ਯਾਨੀ ਕਿ ਇੰਡੀਆ ਯੂਐਸਏ ਆਸਟ੍ਰੇਲੀਆ ਤੇ ਜਾਪਾਨ ਦੀ ਜਿਹੜੀ ਗਰੂਪਿੰਗ ਹੈ ਇਹਦਾ ਆਈਡੀਆ ਦਿੱਤਾ ਸੀ ਇਹਨਾਂ ਨੇ 2007 ਵਿੱਚ ਦਿੱਤਾ ਸੀ ਪਹਿਲੀ ਗੱਲ ਇਹ ਹੈ ਦੂਜੀ ਗੱਲ 2021 ਸਨ 2021 ਪਿਛਲੇ ਸਾਲ ਇਹਨਾਂ ਨੂੰ ਦਿੱਤਾ ਗਿਆ ਪਦਮ ਵਿਭੂਸ਼ਣ ਅਵਾਰਡ ਤੀਜੀ ਗੱਲ ਕੀ ਹੈ 2022 ਇਸ ਸਾਲ ਇਹਨਾਂ ਨੂੰ ਦਿੱਤਾ ਗਿਆ ਕਿ ਸੁਭਾਸ਼ ਚੰਦਰ ਬੋਸ ਅਵਾਰਡ ਦਿੱਤਾ ਗਿਆ ਸੁਭਾਸ਼ ਚੰਦਰ ਬੋਸ ਅਵਾਰਡ ਚੌਥੀ ਗੱਲ ਵੈਸੇ ਤੁਸੀਂ ਉਹਨੂੰ ਪੁੱਛ ਸਕਦੇ ਨੇ ਵੀ 98ਵਾਂ ਪ੍ਰਧਾਨ ਮੰਤਰੀ ਸੀਗੇ ਇਹ ਤੇ ਲੋਂਗੇਸਟ ਸਰਵਿੰਗ ਪੀਐਮ ਸੀਗੇ ਇਹ ਲੋਂਗੇਸਟ ਲੋਂਗੇਸਟ ਸਰਵਿੰਗ ਪੀਐਮ ਸੀਗੇਤੇ ਇੱਕ ਹੋਰ ਗੱਲ ਕਹਦੇ ਇਹਨਾਂ ਦੀ ਜਿਹੜੀ ਯਾਰ ਇਕਨੋਮਿਕ ਪਾਲਿਸੀਸ ਸੀਗੀ ਹੈ ਨਾ ਤਾਂ ਉਹਨਾਂ ਉੱਤੇ ਸਟੱਡੀ ਹੋ ਰਹੀ ਹੈ ਵੱਡੇ ਵੱਡੇ ਕਾਲਜਾਂ ਵਿੱਚ ਵੱਡੀ ਵੱਡੀ ਯੂਨੀਵਰਸਿਟੀਆਂ ਵਿੱਚ ਇਹਨਾਂ ਦੀ ਇਕਨੋਮਿਕ ਪਾਲਿਸੀਸ ਉੱਤੇ ਸਟੱਡੀ ਹੋ ਰਹੀ ਹੈ ਵੀ ਕਿੱਦਾਂ ਇਹ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਗਏ ਜਿਹਨੂੰ ਕਿਹਾ ਜਾਂਦਾ ਏਬਨੋਮਿਕਸ ਠੀਕ ਹੈ ਏਬਨੋਮਿਕਸ ਇਹੀ ਗੱਲ ਧਿਆਨ ਰੱਖਿਓ ਕਿ ਇਹਨਾਂ ਦੇ ਕਹਿੰਦੇ ਇਕਨੋਮਿਕ ਪਾਲਿਸਿਜ਼ ਬਹੁਤ ਹੀ ਸਿਰਾਸੀ ਕੀਆ ਤਾਂ ਇਹ ਗੱਲਾਂ ਥੋੜੀ ਜਿਹੀ ਧਿਆਨ ਰੱਖਣੀਆਂ ਤੁਸੀਂ ਕੁਆਡ 2021 ਚ ਪਦਮ ਵਿਭੂਸ਼ਣ 2022 ਸੁਭਾਸ਼ ਚੰਦਰ ਬੋਸ ਅਵਾਰਡ 98 ਪ੍ਰਧਾਨ ਮੰਤਰੀ ਸੀਗੇ ਲੋਂਗੇਸਟ ਸਰਵਿੰਗ ਪੀਐਮ ਸੀਗੇ ਉਹਨਾਂ ਦੇ ਤੇ ਇਹ ਬਿਨੋਮਿਕਸ ਇਹਦੇ ਗੱਲ ਧਿਆਨ ਰੱਖ ਲਓ ਅੱਜ ਜੀ ਕਿਤੇ ਚੱਲੀ ਜੀ ਆ ਦੇਣੀ ਸੀ ਚਲੋ ਠੀਕ ਹੈ ਤਾਂ ਜੀ ਇਹਨਾਂ ਨੂੰ ਦਿੱਤਾ ਗਿਆ ਅਵਾਰਡ ਉਹਨਾਂ ਦਾ ਹਾਈਐਸਟ ਆਨਰ ਤੇ ਹਾਈਐਸਟ ਆਨਰ ਦਾ ਕੀ ਨਾਮ ਹੈ ਉਹਦਾ ਉਹਦਾ ਨਾਮ ਹੈ ਬੜੀ ਅਜੀਬ ਜਿਹਾ ਦ ਕਾਲਰ ਆਫ ਦਾ ਸੁਪਰੀਮ ਆਰਡਰ ਆਫ ਦਾ ਕ੍ਰਿਸੈਂਥਮਮ ਤਾਂ ਜੀ ਇਹਨਾਂ ਦੇ ਜਿਹੜੇ ਟਾਪ ਦੇ ਆਨਰ ਦਾ ਨਾਮ ਕੀ ਹੈ ਦ ਕਾਲਰ ਆਫ ਦਾ ਸੁਪਰੀਮ ਆਰਡਰ ਆਫ ਦਾ ਕ੍ਰਿਸੈਂਥਮ ਇਹ ਹੋ ਜਾਂਦਾ ਹੈ ਨਾ ਇਹ ਫੋਰਥ ਫਾਰਮਰ ਪ੍ਰਾਈਮ ਮਿਨਿਸਟਰ ਹੋਣਗੇ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਜਾਊਗਾ ਬਾਕੀ ਸੀਗੇ ਸ਼ਿਗੇਰੂ ਯੋਸ਼ੀਦਾ ਇ사ਕੂ ਸਾਤੋ ਤੇ ਯਾਸ਼ੂ ਹੀਰੋ ਨਾਕਾਸੋਨੇ ਇਹਨਾਂ ਦੇ ਨਾਮ ਨਹੀਂ ਯਾਦ ਰੱਖਣੇ ਨੇ ਇਹ ਧਿਆਨ ਰੱਖਣਾ ਪਹਿਲਾਂ ਤਾਂ ਨਾ ਕੀ ਹੈ 크ਿਸ 샌ਥਮਮ ਕਰਕੇ ਨਾ ਹੈ ਕੁਝ ਤੇ ਫੋਰਥ ਨੰਬਰ ਦੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਜਾਊਗਾ ਹਾਂਜੀ ਤੇ 2014 ਦੇ ਰਿਪਬਲਿਕ ਡੇ ਦੀ ਪਰੇਡ ਵਿੱਚ ਵੀ ਇਹਨਾਂ ਨੂੰ ਬੁਲਾਇਆ ਗਿਆ ਸੀ ਬਹੁਤ ਵਧੀਆ ਅਰਸ਼ ਦੀ ਪਿਆਰ ਕਿਸੇ ਨੇ ਨਹੀਂ ਦੱਸਿਆ ਮੈਂ ਵੀ ਭੁੱਲ ਗਿਆ ਸੀ ਠੀਕ ਹੈ ਕਿੰਨੇ ਵਜੇ ਤੱਕ ਚਲੇਗੀ ਕਲਾਸ बस 4-5 ਮਿੰਟ ਹੋਰ ਐ ਬੱਸ ਕੀ ਹੋ ਗਿਆ ਹੈ ਪੜਨਾ ਤਾਂ ਚਾਹਤੇ ਹੀ ਹੈ ਨਹੀਂ ਪੜ੍ਹenge ਪਤਾ ਨਹੀਂ ਕੀ ਹੋ ਜਾਏਗਾ ਚਲੋ ਬ੍ਰਿਟਿਸ਼ ਪਾਰਲੀਮੈਂਟ ਫੈਲੀਸੀਟੇਟਿਡ ਬੀਸੀਸੀਆਈ ਪ੍ਰੈਜ਼ੀਡੈਂਟ ਸੌਰਵ ਗਾਂਗੂਲੀ ਤਾਂ ਜੀ ਬ੍ਰਿਟਿਸ਼ ਪਾਰਲੀਮੈਂਟ ਨੇ ਫੈਲੀਸੀਟੇਟ ਕੀਤਾ ਯਾਨੀ ਕਿ ਆਨਰ ਕੀਤਾ ਕਿਉਂ ਨੂੰ ਕੀਤਾ ਸੌਰਵ ਗੰਗੁਲੀ ਨੂੰ ਤਾਂ ਇਹਦੇ ਬਾਰੇ ਤੁਸੀਂ ਬੜੇ ਖੁਸ਼ ਹੋਵੋਗੇ ਹੁਣ ਦੇਖ ਕੇ ਤਾਂ ਇਹਨਾਂ ਨੂੰ ਕਿਦਣ ਕੀਤਾ ਤਾਂ ਇੰਡੀਅਨ ਕ੍ਰਿਕਟ ਲੈਜੈਂਡ ਇਹਨਾਂ ਨੂੰ ਉਸੇ ਦਿਨ ਕੀਤਾ ਜੁਲਾਈ 13 ਜਦੋਂ 2002 ਵਿਰਸਨ 2002 ਵਿੱਚ ਤੁਹਾਨੂੰ ਯਾਦ ਹੋਵੇ ਤੇ ਯੁਵਰਾਜ ਸਿੰਘ ਤੇ ਮੁਹੰਮਦ ਕੈਫ ਨੇ ਹਾਰਿਆ ਹੋਇਆ ਮੈਚ ਇੱਕ ਤਰ੍ਹਾਂ ਨਾਲ ਬਿਲਕੁਲ ਹਾਰ ਚੁੱਕੇ ਸੀ ਮੈਚ ਉਹ ਮੈਂ ਜਤਾਇਆ ਸੀ ਕਦੋਂ ਜਤਾਇਆ ਸੀ ਜੁਲਾਈ 13 ਨੂੰ ਜਤਾਇਆ ਸੀ ਐਗਜ਼ੈਕਟਲੀ 20 ਸਾਲ ਹੋ ਚੁੱਕੇ ਨੇ ਜੇ ਕਿਸੇ ਨੂੰ ਯਾਦ ਨਹੀਂ ਜਾਂ ਫਿਰ ਕਿਸੇ ਨੂੰ ਸਮਝ ਨਹੀਂ ਆ ਰਿਹਾ ਪਤਾ ਨਹੀਂ ਕੀ ਗੱਲਾਂ ਕਰ ਰਿਹਾ ਤਾਂ ਮੈਂ ਇਹਦੇ ਬਾਰੇ ਗੱਲ ਕਰ ਰਿਹਾ ਇਹ ਤਾਂ ਸਭ ਨੇ ਦੇਖਿਆ ਹੋਊਗਾ ਹੈਨਾ ਤਾਂ ਇਹ ਜਿਹੜਾ ਕੀਤਾ ਸੀ ਇਹਨਾਂ ਨੇ ਕੀਤਾ ਸੀਗਾ ਜੁਲਾਈ 13 2002 ਨੂੰ ਜਦੋਂ ਯੂਵਰਾਜ ਸਿੰਘ ਤੇ ਮੁਹੰਮਦ ਕੈਫ ਸੀਗਾ ਆਬਵੀਅਸਲੀ ਆਊਟ ਆਫ ਜਿਹੜੇ ক্রিকেট ਨੂੰ ਨਹੀਂ ਪਤਾ ਉਹਨੂੰ ਨਹੀਂ ਪਤਾ ਤਾਂ ਇਹ ਵੀਡੀਓ ਲੈ ਕੇ ਸਭ ਨੇ ਦੇਖੀ ਹੋਣੀ ਤਾਂ ਜੁਲਾਈ 13 2022 ਨੂੰ ਜਿੱਤਣ ਤੋਂ ਬਾਅਦ ਭਾਜੀ ਕਹਿੰਦੇ ਓਹੋ ਹੋ ਹਾਂ ਹਾਂ ਆਹਾ ਚਲੋ ਲਾਸਟ ਅੱਜ ਦਾ ਮਹਾਰਾਸ਼ਟਰ ਦੇ ਗਵਰਨਰ ਨਾ ਕੀ ਹੈ ਭਗਤ ਸਿੰਘ ਕੋਸ਼ਿਆਰੀ ਇਹਨਾਂ ਨੇ ਦਿੱਤਾ ਮਦਰ ਟੈਰੇਸਾ ਮੈਮੋਰੀਅਲ ਅਵਾਰਡ ਟੂ ਦੀਆ ਮਿਰਜ਼ਾ ਤੇ ਅਫਰੋਜ਼ ਸ਼ਾ ਠੀਕ ਹੈ ਟੂ ਦੀਆ ਮਿਰਜ਼ਾ ਤੇ ਅਫਰੋਜ਼ ਸ਼ਾ ਇਹਨਾਂ ਨੇ ਦਿੱਤਾ ਕਿਹੜਾ ਮਦਰ ਟੈਰੇਸਾ ਮੈਮੋਰੀਅਲ ਅਵਾਰਡ ਤਾਂ UNEP ਦੀ ਨੈਸ਼ਨਲ ਗੁੱਡਵਿਲ ਐਂਬੈਸਡਰ ਹੈ UNEP 1972 ਹੈਡਕੁਆਟਰ ਨਾਈਰੋਬੀ ਕੇਨੀਆ ਕਦੋਂ ਫਾਊਂਡ ਹੋਈ ਸੀ ਕਿ 1972 ਵਿੱਚ ਪ੍ਰਧਾਨ ਦਾ ਇੰਗਰ ਐਂਡਰਸਨ ਦੀ ਆ ਮਿਰਦਾ ਤੇ ਨਾਲ ਨਾਲ ਇੱਕ এনवायरमेंटਲ ਐਕਟਿਵਿਸਟ ਹੈ ਅਫਰੋਜ਼ ਸ਼ਾ ਇਹਨਾਂ ਨੂੰ ਦਿੱਤਾ ਗਿਆ ਹੈ ਮਦਰ ਟੈਰਿਸਾ ਮੈਮੋਰੀਅਲ ਅਵਾਰਡ ਕਾਦ ਲਈ ਦਿੱਤਾ ਗਿਆ ਵੀ ਇਹਨਾਂ ਨੇ ਜਿਹੜਾ ਕੰਮ ਕੀਤਾ ਐਨਵਾਇਰਨਮੈਂਟਲੀ ਠੀਕ ਹੈ ਐਨਵਾਇਰਨਮੈਂਟਲੀ ਜਿਹੜਾ ਕੰਮ ਕੀਤਾ ਇਹਨਾਂ ਨੇ ਉਹਦੇ ਲਈ ਹੈਨਾ ਉਹਦੇ ਲਈ ਇਹਨਾਂ ਨੂੰ ਅਵਾਰਡ ਮਿਲਿਆ ਤਾਂ ਹੁਣ ਆਪਾਂ ਕਰਾਂਗੇ ਜੀ ਪਰਸੋ ਦੇ ਯਾਨੀ ਕਿ ਫਰਾਈਡੇ ਦੇ ਕਰੰਟ ਅਫੇਅਰ ਦੀ 1 ਲਾਈਨਰ ਵਿੱਚ ਰਿਵੀਜ਼ਨ ਠੀਕ ਆ ਥੋੜਾ ਜਿਹਾ ਆਪਾਂ ਤੇਜ਼ ਚੱਲਦੇ ਹੁੰਦੇ ਆ ਕਿਉਂ ਕਿ ਇਹ ਆਪਾਂ ਯਾਰ ਕਰ ਚੁੱਕੇ ਆ ਦੋ ਵਾਰ ਪੜ ਚੁੱਕੇ ਆ ਕੁਐਸਚਨ ਦੀ ਫਾਰਮ ਵਿੱਚ ਇੱਕ ਵਾਰ ਪੜ ਚੁੱਕੇ ਆ ਆਪਾਂ ਕੁਐਸਚਨ ਆਨਸਰ ਦੀ ਫਾਰਮ ਵਿੱਚ ਤੇ ਹੁਣ ਆਪਾਂ ਪੜਾਂਗੇ ਵਨ ਲਾਈਨਰ ਤਾਂ ਜੀ ਛੇਤੀ ਛੇਤੀ ਚਲੋ ਯੂਪੀ ਪਹਿਲੀ ਸਟੇਟ ਬਣ ਚੁੱਕੀ ਜਿੱਥੇ 13 ਐਕਸਪ੍ਰੈਸ ਵੇ ਹੋ ਰਹੇ ਨੇ ਪਹਿਲੀ ਗੱਲ ਬਹੁਤ ਇੰਪੋਰਟੈਂਟ ਕਾਫੀ ਬੋਰਡ ਇਹ ਇਸਰਾਨਲ ਡਵੈਲਪ ਕਰ ਰਹਾ ਹੈ ਕਲਾਈਮੇਟ ਰੈਜ਼ਿਸਟੈਂਟ ਵੈਰਾਈਟੀਆਂ ਠੰਡ ਹੋਵੇ ਹੜ੍ਹ ਹੋਵੇ ਮੀਂਹ ਆਵੇ ਕੁਛ ਆਵੇ ਕਹਿੰਦੇ ਕਾਫੀ ਕਾਫੀ ਹੈ ਕਾਫੀ ਚਾਹੀਦੀ ਹੈ ਇੱਕ ਇੱਕ ਕਰੰਟ ਅਫੇਅਰ ਆ ਜਿਹੜਾ ਸਕਿਪ ਕਰਕੇ ਗਏ ਸੀ ਇੰਡੀਆ ਦੀ ਰੈਂਕ ਕਈ 135 ਆਊਟ ਆ 146 ਜੈਂਡਰ ਗਲੋਬਲ ਜੈਂਡਰ ਗੈਪ ਇੰਡੈਕਸ ਵਿੱਚ ਟੌਪ ਕੀਤਾ ਆਈਸਲੈਂਡ ਨੇ ਕਿਨੇ ਕੱਢੀ ਰੈਂਕਿੰਗ ਵਰਲਡ ਇਕਨੋਮਿਕ ਫੋਰਮ ਨੇ ਮੋਦੀ ਜੀ ਨੇ ਐਡਰੈਸ ਕੀਤਾ ਪਹਿਲਾ ਆਈ 2 ਯੂ ਟੂ ਵਰਚੁਅਲ ਸਮਿਟ ਆਪਾਂ ਗੱਲ ਕੀਤੀ ਆਈ 2 ਮਤਲਬ ਕਿ ਇੰਡੀਆ ਇਜ਼ਰਾਈਲ ਯੂ ਟੂ ਯਾਨੀ ਕਿ ਯੂ ਐਸ ਤੇ ਯੂ اے ای AIMS ਨੇ ਆਰਗੇਨਾਈਜ਼ ਕੀਤੀ ਇੱਕ ਸੁਸ਼੍ਰੋਤ ਫਿਲ ਫੈਸਟੀਵਲ نیشنل ਪਲਾਸਟਿਕ ਸਰਜਰੀ ਡੇ ਉੱਤੇ ਇੰਡੀਅਨ ਸਾਇੰਟੀਸਟ ਨੇ ਨੋਵਲ ਮੈਕਾਨਿਜ਼ਮ ਬਣਾਇਆ SARS-CoV-2 ਕੁਛ ਨਹੀਂ ਇਹਨੂੰ ਇੰਪੋਰਟੈਂਟ ਨਹੀਂ ਹੋਣਾ ਇਹ ਇੰਪੋਰਟੈਂਟ ਹੈ ਮਿਨਿਸਟਰੀ ਆਫ ਫਾਈਨੈਂਸ ਡਿਫੈਂਸ ਨੇ 1,75,000 ਦਾ ਕਹਿੰਦੇ ਟਾਰਗੇਟ ਰੱਖਿਆ ਵੀ 2025 ਤੱਕ ਆਪਾਂ ਕਰਨਾ ਤੇ ਮੋਇਲ ਯਾਨੀ ਕਿ ਮੈਗਨੀਜ਼ ਔਰ ਮੈਗਨੀਜ਼ ਆਰਗੇਨਾਈਜੇਸ਼ਨ ਇੰਡੀਆ ਲਿਮਟਿਡ ਇਹਨਾਂ ਨੂੰ ਮਿਲੇ ਨੇ 3 ਫਾਈਵ ਸਟਾਰ ਅਵਾਰਡ ਤੇ ਇਹ ਜਿਹੜਾ ਮੈਗਨੀਜ਼ ਹੈ ਇਹ ਮੋਇਲ ਹੈ ਇਹ ਆਂਦਾ ਮਿਨਿਸਟਰੀ ਆਫ ਸਟੀਲ ਦੇ ਅੰਦਰ ਮਿਨਿਸਟਰ ਆਫ ਸਟੀਲ ਕੋਰ ਨੇ ਸਾਡੇ ਹੁਣ ਜੋਤੀ ਰਾਦੇ ਤੇ ਸਿੰਦੇ ਆ ਕਿਉਂਕਿ ਪਹਿਲਾਂ ਸੀਗੇ ਜਿਹੜੇ ਚੰਦਰ ਪ੍ਰਸਾਦ ਸਿੰਘ ਉਹਨਾਂ ਨੇ ਦਿੱਤਾ ਆਪਣਾ ਰੈਜ਼ੀਗਨੇਸ਼ਨ ਸਮਰਥ ਐਨਟੀਪੀਸੀ ਨਾਲ ਰਲ ਕੇ ਇੱਕ ਵਰਕਸ਼ਾਪ ਕੀਤੀ ਬਾਇਓਮਾਸ ਦੇ ਇਸਤੇਮਾਲ ਉੱਤੇ ਕਿੱਥੇ ਹੋਈ ਚੰਡੀਗੜ੍ਹ ਵਿੱਚ ਹੋਈ उत्तराखंड पहली स्टेट बन चुकी है इंप्लीमेंट नेशनल एजुकेशन पॉलिसी एट प्री प्राइमरी लेवल यानी कि बाल वाटिकाते वैसे कौन सी की फर्स्ट इंप्लीमेंट करने वाली कर्नाटक त्रिपुरा सरकार ने लॉन्च किया अर्न विद लर्न यानी कि कॉलेज में थर्ड ईयर में पढ़ रहे हुए जवाक ने जेड़े वो जेड़े स्कूल तो ड्रॉप आउट बच्चे ने जे किसी नु भी लेके जाएंगे ता उनो नु कुछ पैसे मिलनेंगे 5000 रुपए हैं कुछ रखा हुआ है इन्होंने ਬਰਮਿੰਗਮ ਵਰਲਡ ਗੇਮਸ ਵਿੱਚ ਇੱਕ ਆਪਣੇ ਧਿਆਨ ਰੱਖੇ ਇੱਕ ਵਾਰ ਰੋਹਿਤ ਸ਼ਰਮਾ ਨੇ ਵਰਲਡ ਰਿਕਾਰਡ ਬਣਾਤਾ ਤੇ ਪਹਿਲਾ ਪਲੇਅਰ ਬਣ ਚੁੱਕਾ ਹੈ ਪਹਿਲਾ ਕੈਪਟਨ ਬਣ ਚੁੱਕਾ ਹੈ ਪੂਰੀ ਦੁਨੀਆ ਵਿੱਚ ਜਿਹਨੇ 13 T20 ਮੈਚ ਜਿੱਤੇ ਨੇ ਲਗਾਤਾਰ ਤੇ ਅ ਇੰਗਲੈਂਡ ਦੇ ਅਗੇਂਸਟ ਜਿੱਤੇ 13th ਬਲੀਵ.ਕਲਬ ਤੇ WIOM ਇਹ ਪਹਿਲਾ ਬੈਟਵਰ ਸਪੋਰਟ ਸਿਟੀ ਬਣਾ ਰਹੇ ਨੇ ਕਿਹਦੇ ਨਾਲ ਟਾਈ ਅਪ ਕੀਤਾ ਇਹਨਾਂ ਨੇ ਸ਼ਿਕਰ धवन ਨਾਲ ਤੇ ਜਾਨਵੀ ਡੰਗੇਟੀ ਆਂਧਰਾ ਪ੍ਰਦੇਸ਼ ਤੋਂ ATCA ਦੀ 扬ਗੇਸਟ ਐਨਲੌਗ ਐਸਟਰੋਨੌਟ ਬਣ ਚੁੱਕੀ ਹੈ ਖਤਮ ਲਾਸਟ ਹੈ ਯਾਰ ਮੁਹੰਮਦ ਸ਼ਮੀ ਫਾਸਟੈਸਟ ਇੰਡੀਅਨ ਬੋਲਰ ਬਣ ਚੁੱਕੇ ਨੇ ਟੂ ਟੇਕ 150 ODI ਵਿਕਟ ਇਹਨਾਂ ਤੋਂ ਪਹਿਲਾਂ ਕੌਣ ਸੀਗੇ ਅਜੀਤ ਅਗਰਕਰ ਵਰਲਡ ਵਿੱਚ ਸਭ ਤੋਂ ਛੇਤੀ 150 ਵਿਕਟਾਂ ਕਿਹਨੇ ਲਈਆਂ ਨੇ ਮਿਚੈਲ ਸਟਾਰਕ ਨੇ ਦਿੱਲੀ ਗਵਰਨਮੈਂਟ ਨੇ ਟਾਈਪ ਕੀਤਾ ਯੂਨੀਸੇਫ ਨਾਲ ਫਾਰ এমਪਲੋਇਮੈਂਟ ਓਪਰਚ्युनिटीज ਫਾਰ ਬੱਚਿਆਂ ਲਈ ਜਵਾਕ ਲਈ ਠੀਕ ਹੈ ਯਾਰ ਚਲੋ ਤਾਂ ਜੀ ਇਹ ਸੀਗੇ ਅੱਜ ਦੀ ਕਲਾਸ ਤੇ ਦੁਬਾਰਾ ਤੁਹਮੇ ਦੱਸਣਾ ਚਾਹੂੰਗਾ ਪੀ ਟ੍ਰਿਪਲ ਐਸਬੀ ਕਲੱਬ ਤੇ ਐਕਸਾਈਜ਼ ਇੰਸਪੈਕਟਰ ਦੇ ਬੈਚਸ ਨੇ 7 ਜੁਲਾਈ ਤੋਂ ਸ਼ੁਰੂ ਹੋਏ ਨੇ ਪ੍ਰਾਈਸਿਸ ਡ੍ਰੌਪ ਹੋ ਚੁੱਕੇ ਨੇ ਬਹੁਤ ਜ਼ਿਆਦਾ ਤੇ ਇਹ ਸ ਨਵੇਂ ਬੈਚ ਵੀ ਆਣਗੇ ਐਦਾਂ ਤਾਂ ਬਟ ਮੈਂ ਉਹ ਹੀ ਕਹਾਂ ਯਾਰ ਜੇ ਤੁਹਾਨੂੰ ਇੱਧਰ 1380 ਤੱਕ ਮਿਲ ਰਿਹਾ ਜਰੂਰੀ ਨਹੀਂ 1840 ਦਾ ਨਵਾਂ ਬੈਚ ਲੈਣਾ ਜੇ ਤੁਸੀਂ ਕਰ ਸਕਦੇ ਹੋ 10 ਦਿਨ ਦੀ ਰਿਕਾਰਡਡ ਕਲਾਸਾਂ ਮਿਲਣਗੀਆਂ ਬਾਕੀ ਤੁਹਾਨੂੰ ਲਾਈਵ ਮਿਲ ਜੂਗੀ ਹਰ ਇੱਕ ਚੀਜ਼ ਦੀ ਤੁਹਾਡੀ ਤਿਆਰੀ ਹੋਗੀ ਇੱਕ ਇੱਕ ਸਬਜੈਕਟ ਦੀ ਇੱਕ ਇੱਕ ਟੌਪਿਕ ਦੀ ਪੀਡੀਐਫ ਵੀ ਮਿਲੂਗੀ ਆ ਤਾਂ ਇਹ ਐਕਸਾਈਜ਼ ਇਨਸਪੈਕਟਰ ਦਾ ਬੈਚ ਹੈ ਇਹ ਪੀਟ੍ਰਿਪਲ ਐਸਬੀ ਕਲਰਕ ਦਾ ਬੈਚ ਹੈ ਬਸ ਧਿਆਨ ਰੱਖਣਾ ਹੈ ਅਡਾ 247.com ਤੇ ਜਾ ਕੇ ਪੇਪਰ ਸਰਚ ਕਰ ਲੈ ਐਕਸਾਈਜ਼ ਤੇ ਪੀਟ੍ਰਿਪਲ ਐਸਬੀ ਕਲਰਕ ਤੇ 2.0 ਬੈਚ ਲੈਣਾ ਹੈ ਕੋਡ ਯੂਜ਼ ਕਰ ਲੈਣਾ ਹੈ Y383Y383 ਬਟ ਜੇ ਤੁਸੀਂ ਚਾਹੁੰਦੇ ਹੋ ਕਿ ਸਰ ਅਸੀਂ ਪੜਨਾ ਹੀ ਲਾਈਵ ਹੈ ਤਾਂ ਇਹ ਤੁਹਾਡੇ ਲਈ ਨਵੇਂ ਬੈਚਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਛੇਤੀ ಗ್ರಾಮ ਸੇਵਕ ਦਾ ਵੀ ਫੋਰੈਸਟ ਗਾਰਡ ਦਾ ਵੀ ਕਲਰਕ ਦਾ ਤੀਜਾ ਐਕਸਾਈਜ਼ ਇਨਸਪੈਕਟਰ ਦਾ ਤੀਜਾ ਸੀਨੀਅਰ ਅਸਿਸਟੈਂਟ ਦਾ ਦੂਜਾ ਇਹ ਸਾਰੇ ਬੈਚ ਇਹਨਾਂ ਦੀ ਮੈਂ ਫੀਸ ਵੀ ਲਿਖੀ ਹੋਈ ਹੈ ਇਹ ਫੀਸ ਕਿੱਦਾਂ ਮਿਲੂਗੀ ਸਸਤੀ ਹੋ ਕੇ ਡਿਸਕਾਊਂਟ ਲਾ ਕੇ Y383Y383 adda247.com ਤੇ ਜਾਓ ਜਿਹੜੇ ਵੀ ਪੇਪਰ ਵਿੱਚ ਐਨਰੋਲ ਕਰਨਾ ਹੈ ਉਹਨੂੰ ਸਰਚ ਕਰ ਲਓ ਤੇ ਡਿਸਕਾਊਂਟ ਕੋਡ ਧਿਆਨ ਰੱਖਣਾ Y383Y383 ਹੁਣ ਫਾਰ ਐਗਜ਼ਾਮਪਲ ਇੱਕ ਦੱਸ ਦੇਣਾ ਮੈਂ ਹੁਣ ਮੈਂ ਜਿੱਦਾਂ ਓਪਨ ਕੀਤਾ ਮੈਂ adda247.com ਮੈਂ ਇਧਰ ਮੈਂ ਸਰਚ ਕੀ ਕਰੂੰਗਾ ਇਧਰ ਮੈਂ ਸਰਚ ਕੀਤਾ ਮੰਨ ਲਓ ਐਕਸਰਸਾਈਜ਼ ਲੈਣਾ ਮੈਂ ਐਕਸਰਸਾਈਜ਼ ਠੀਕ ਹੈ ਐਕਸਰਸਾਈਜ਼ ਮੈਂ ਲਿਖਦਾ ਐਕਸਰਸਾਈਜ਼ E X E C I S E ਤਾਂ A ਆਗੇ ਦੇਖੋ 1 2.0 ਹੈ 3.0 ਹੈ ਇਹ ਲਾਈਵ ਚੱਲੂਗਾ ਇਹ 10 ਦਿਨ ਪੁਰਾਣਾ ਤਾਂ ਇਹਦੇ ਉੱਤੇ ਮੈਂ ਕਲਿੱਕ ਕੀਤਾ ਇਧਰ 6000 ਦੱਸ ਰਿਹਾ ਮੈਂ ਆਇਆ ਬਾਇ ਨਾਉ ਤੇ ਬਾਇ ਨਾਉ ਤੇ ਜਾ ਕੇ ਮੈਂ ਐਂਟਰ 쿠ਪਨ ਕੋਡ ਕੀਤਾ Y383 Y3, y383 ਠੀਕ ਹੈ ਇਹ ਮੈਂ ਭਰਿਆ y383 y383 ਤੇ ਮੈਨੂੰ ਕਿੰਨੇ ਦਾ ਪੈ ਗਏ 1380 ਆਂ ਦਾ ਐਦਾਂ ਹੀ ਕੋਈ ਵੀ ਬੈਚ ਵਿੱਚ ਐਨਰੋਲ ਕਰਨਾ ਹੋਵੇ ਤਾਂ y383 ਤੁਸੀਂ ਕੋਡ ਯੂਜ਼ ਕਰ ਸਕਦੇ ਹੋ ਬਾਕੀ ਤੁਸੀਂ ਕਹਿੰਦੇ ਹੋ ਜੀ ਅਸੀਂ ਹੋਰ ਪੇਪਰਾਂ ਦੀ ਤਿਆਰੀ ਕਰਨੀ ਹੈ ਅਸੀਂ ਹੋਰ ਮੇਰੇ ਨਾਲ ਪੜ੍ਹਨਾ ਚਾਹੁੰਦੇ ਹੋ ਤਾਂ ਜ਼ਰੂਰੀ ਨਹੀਂ ਹੈ ਰੁਕੋ ਜ਼ਰੂਰੀ ਨਹੀਂ 16 1600 ਦੋ ਬੈਚ 3200 ਹੋਗੇ ਇੰਨਾ ਪੈਸਾ ਪੱਟਣ ਦੀ ਲੋੜ ਨਹੀਂ ਹੈ ਤਾਂ ਤੁਹਾਡੇ ਕੰਮ ਆਂਦਾ ਹੈ ਪੰਜਾਬ ਦਾ ਮਹਾਪੈਕ ਇੱਕ ਸਾਲ ਤੱਕ ਦੇ ਸਾਰੇ ਬੈਚ ਸਾਰੀਆਂ ਕਲਾਸਾਂ ਸਾਰੀਆਂ ਟੈਸਟ ਸਰੀ ਸਾਰੇ ਈ-ਬੁੱਕ ਪੀਡੀਐਫ ਮੌਕ ਟੈਸਟ ਮਤਲਬ ਬੇਸਿਕਲੀ ਪੰਜਾਬ ਵੱਡਾ 247 ਤੇ ਜੋ ਵੀ ਮਟੀਰੀਅਲ ਆਊਗਾ ਤੁਹਾਡੇ ਕੋਲ ਫ੍ਰੀ ਆਫ ਕਾਸਟ ਆਊਗਾ ਮਤਲਬ ਇੱਕ ਵਾਰ ਤੁਸੀਂ ਸਬਸਕ੍ਰਿਪਸ਼ਨ ਜਿੱਦਾਂ ਲੈ ਲੀਨਾ ਨੈਟਫਲਿਕਸ Amazon ਲੈਦੇ ਹੁੰਦੇ ਹੋ ਨਾ ਉਦਾਂ 3219 ਰੁਪਏ ਦਾ ਪੂਰੇ 1 ਸਾਲ ਲਈ ਉਹ ਕਿਦਾਂ ਪਾਊਗਾ ਇਹ ਰਿਹਾ ਪੰਜਾਬ ਕਾ ਮਹਾਪੈਕ ਇਹਦੇ ਵਿੱਚ ਵੀ ਸੇਮ ਕਰਨਾ ਜਾ ਕੇ ਸਰਚ ਕਰਨਾ ਪੰਜਾਬ ਮਹਾਪੈਕ ਤੇ ਉਦਾਂ ਹੀ ਡਿਸਕਾਊਂਟ ਕੋਡ Y383 ਲਾਉਗੇ ਤੇ 3219 ਦਾ ਇਹ ਪੈ ਜਾਊਗਾ PDF ਤੁਹਾਨੂੰ ਟੈਲੀਗ੍ਰam ਤੇ ਮਿਲ ਜੂਗੀ ਤੇ ਇਸ YouTube ਵੀਡੀਓ ਦੀ ਪਹਿਲੀ ਕਮੈਂਟ ਤੇ ਮਿਲ ਜੂਗੀ इस यूट्यूब ये वीडियो है ना घंटे दो बार चेक कर लो पहला कमेंट पीडीएफ होगा <coughs> ब्रश ट्वेंटी परसेंट कहाँ से करे यार मेरे को आइडिया नहीं यार उसके बारे में यार है ना राजवीर और आपको ही बता रहा हूँ उसका आइडिया नहीं मेरे को ਕਾਲਰ मीनिंग ਦੱਸੋ ਜੀ ਜਿਵੇਂ ਗੋਲਡਨ ਕਾਲਰ ਵਾਈਟ ਕਾਲਰ ਉਹ ਕੁਝ ਨਹੀਂ ਹੈ ਉਹ ਉਹਨਾਂ ਨੇ ਅਵਾਰਡ ਦਾ ਨਾਮ ਰੱਖਿਆ ਹੋਇਆ ਉਹ ਕੁਝ ਨਹੀਂ ਹੈ ਉਹ ਵੈਸੇ ਕਹਿੰਦੇ ਨੇ ਵਾਈਟ ਕਾਲਰ ਜੌਬ ਹੈ ਬਲੂ ਕਾਲਰ ਜੌਬ ਹੈ ਉਹ ਅੱਡ ਚੀਜ਼ਾਂ ਹੁੰਦੀਆਂ ਨੇ ਉਹ ਵਰਥਲੈਸ ਹੁੰਦੀਆਂ ਨੇ ਯੂਸਲੈਸ ਚੀਜ਼ ਹੈ ਉਹਦੇ ਉੱਤੇ ਧਿਆਨ ਨਾ ਰੱਖੋ ਵਾਈਟ ਕਾਲਰ ਜੌਬ ਹੈ ਕਿਹਾ ਜਾਂਦਾ ਕਿ ਬਹੁਤ ਹੀ ਜ਼ਿਆਦਾ ਪ੍ਰੈਸਟੀਜੀਅਸ ਜੌਬ ਹੈ ਬਹੁਤ ਹੀ ਜ਼ਿਆਦਾ ਇੱਜ਼ਤ ਹੈ ਮੇਰੀ ਜਿੱਦਾਂ ਆਪਾਂ ਗੱਲ ਕਰਦੇ ਆਈਐਸ ਆਫੀਸਰਸ ਵਗੈਰਾ ਹੈ ਨਾ ਤਾਂ ਉਹ ਅੱਡ ਗੱਲ ਹੈ ਤੇ ਜਿਹੜਾ ਅਵਾਰਡ ਹੈ ਬਸ ਅਵਾਰਡ ਦਾ ਧਿਆਨ ਰੱਖੋ ਕਿ ਰਿਸੈਂਥਮ ਅੰਦਰ ਡੂੰਘੇ ਵਿੱਚ ਵਹਾ ਪੈਕ ਵਿੱਚ ਈ ਬੁਕਸ ਨਹੀਂ ਐ ਨਈ ਨਈ ਮੌਨਿਕਾ ਸਭ ਕੁਝ ਹੈ ਵਹਾ ਪੈਕ ਵਿੱਚ ਜੇ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਇੱਕ ਵਾਰ ਤੁਸੀਂ ਨਾ ਮੇਲ ਕਰੋ ਸਪੋਰਟ ਵਾਲੇ ਨੂੰ ਈ ਤੱਕਾ ਕਰ ਗਿਆ ਮੈਂ ਹਰਸ਼ਪ੍ਰੀਤ ਸਿੰਘ ਮੈਂ ਕੀ ਤੱਕਾ ਕਰ ਗਿਆ ਕੀ ਕਮੈਂਟ ਕੀਤਾ ਸੀ ਯਾਰ ਤੂੰ ਹਰਸ਼ਪ੍ਰੀਤ ਸਿੰਘ ਇਹਦਾ ਕਮੈਂਟ ਦਿਖ ਵੀ ਨਹੀਂ ਰਿਹਾ ਕਿਤੇ ਹੋਇਆ ਵੀ ਕੀ ਹਰਸ਼ਪ੍ਰੀਤ ਸਿੰਘ ਹਰਸ਼ਪ੍ਰੀਤ ਸਿੰਘ ਇੱਕ ਵਾਰ ਲਿਖ ਕੇ ਬਤਾ ਕੀ ਹੋ ਗਿਆ क्या नहीं करवाया मैंने आजा आजा तू भी आ की हो गया छेती छेती यार सर खड़े बाहर की हो गया अभी भी नहीं बता रहा है लड़का यार हर्षप्रीत तेरे तेरे लिए खड़ा बिर मैं छेती कर हां हां हरप्रीत कौर बिल्कुल 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 यार मैं सॉरी यार यार वही गल ना मेनू कमेंट ज्यादा ਨਹੀਂ ਆਉਂਦੇ यार मेरा ਹੈਨਾ ਆ ਦੇਖੋ ਇਧਰ ਮੈਂ ਕਿਹਾ ਤਾਂ ਜਿਹੜੇ ਪੇਪਰ ਦੀ ਤਿਆਰੀ ਕਰਨੀ ਹੈ AFCAT ਲਿਖ ਦਿਓ F CAT ਲਿਖ ਦਿਓ ਤੁਹਾਡੇ ਕੋਲ ਬਿਲਕੁਲ ਇੱਕ ਕੋਰਸ ਤਾਂ ਅਡ ਅਡ ਨੇ ਹਜੇ ਕਿਉਂਕਿ F CAT ਆਬਵੀਅਸ ਜੀ ਗੱਲ ਹੈ ਇਹ ਰਿਹਾ ਦੇਖੋ ਇਹ ਜੁਲਾਈ 8 ਨੂੰ ਇਹ ਵੀ ਜੁਲਾਈ 8 ਨੂੰ ਸ਼ੁਰੂ ਹੋਇਆ ਹੈ F CAT 2 ਸਿਲੈਕਸ਼ਨ ਕਿਟ ਹੈ ਐਕਚੁਅਲੀ ਸ਼ੁਰੂ ਕੀ ਹੋਇਆ ਹੈ ਇਹਦੇ ਵਿੱਚ ਕਲਾਸਾਂ ਵੀ ਨੇ ਇਹਦੇ ਵਿੱਚ ਈ ਬੁੱਕ ਵੀ ਹੈ ਇਹਦੇ ਵਿੱਚ ਟੈਸਟ ਸੀਰੀਜ਼ ਵੀ ਹੈ एफकेट सर्च ਕੀਤਾ ਇਹ ਲਿਖਿਆ एफकेट 2.0 ਬੇਸਿਕ ਜਿਹੜਾ ਪ੍ਰੋਸੈਸ ਉਹੀ ਹੈ ਸਾਰਾ ਯਾਰ ਬਾਏ ਨਾ ਤੇ ਜਾਓ ਤੇ 쿠ਪਨ ਕੋਡ ਐਂਟਰ ਕਰ ਦੋ Y383 Y383 ਇਹ ਪਾਏਗਾ 1701 ਦਾ ਫੋਰੈਸਟ ਗਾਰਡ ਲਈ ਨਵਾਂ ਬੈਚ ਕੰਪਲਸਰੀ ਜਿਨ੍ਹਾਂ ਨੇ ਪ੍ਰੀਵियस ਬੈਚ ਰਨਰਲ ਕੇ ਨਹੀਂ ਨਹੀਂ ਯਾਰ ਕਿਉਂ ਕੰਪਲਸਰੀ ਨਹੀਂ ਪੈਸੇ ਪਟਣੇ ਯਾਰ ਨਹੀਂ ਕਿਉਂ ਯਾਰ ਇੱਕ ਬੈਚ ਹੀ ਨਫਾ ਸੇਮ ਹੀ ਪੜਾਉਂਗੇ ਯਾਰ ਬਸ ਬੱਚੇ ਜ਼ਿਆਦਾ ਆ ਰਹੇ ਨੇ ਤਾਂ ਕਰਕੇ ਲਾਂਚ ਕੀਤਾ ਨਹੀਂ ਯਾਰ ਇਹ ਨਾ ਕਰੋ ਸੌਰੀ ਇਹ ਨਾ ਕਰੋ ਟਾਪਿਕ ਰਹਿੰਦਾ ਸਾਰ ਅੱਜ ਇਹ ਟਾਪਿਕ ਚੱਲਦਾ ਸੀ ਉਹ ਵਾਲਾ ਰਹਿ ਗਿਆ ਅੱਛਾ ਉਹ ਕਰਾਂ